مجسمہ آب حیات سرور کائنات شبد گرو ست گرو سری گرو گریب نواز صاحب سری گرو گرنتھ صاحب مہاراج کی مقدس گود جڑ بیٹھے بہت ہی عزیز معزز حاضرین کوئی بھی رسنا بنجی نہ رہے آؤ سب تو پہلا گرودیو پاتشاہ کی بخشش کیتی مقدس فتح بلند کریے گج کے آخیو جی واہگرو جی کا خالصہ واہگرو جی کی فتح پربندک صاحبان نے دسیا ہے کہ بہت لمبے سمے تو انہ سماگموں کی لڑی چل رہی ہے ਜਦੋਂ ਸਮਾਗਮਾਂ ਦੀ ਲੜੀ ਇੰਨੇ ਲੰਮੇ ਸਮੇਂ ਤੋਂ ਚੱਲ ਰਹੀ ਹੋਵੇ ਅਤੇ ਕੌਮ ਦੇ ਮਾਇਨੀਸ ਕਥਾਵਾਚਕ ਵਿਦਵਾਨ ਪ੍ਰਚਾਰਕ ਸਕਾਲਰ ਇਹਨਾਂ ਸਮਾਗਮਾਂ ਦੀ ਹਾਜ਼ਰੀ ਭਰ ਚੁੱਕੇ ਹੋਣ ਤਾਂ ਕੁਦਰਤਨ ਇਸ ਗੱਲ ਦਾ ਬਾਖੂਬੀ ਇਲਮ ਹੋ ਜਾਂਦਾ ਹੈ ਕਿ ਸੰਗਤ ਬਹੁਤ ਜਾਗਰੂਕ ਹੁੰਦੀ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਨਾਲ ਆਰੰਭ ਦੇ ਵਿੱਚ ਕਰਦਾ। ਇਸਲਾਮ ਧਰਮ ਦੇ ਵਿੱਚ ਇੱਕ ਔਰਤ ਹੈ ਜਿਸ ਨੂੰ ਹਜ਼ਰਤ ਦਾ ਦਰਜਾ ਹਾਸਲ ਹੈ, ਹਜ਼ਰਤ ਰਾਬੀਆ। ਉਹ ਵੀ ਆਪਣੀ ਸੰਗਤ ਦੇ ਵਿੱਚ ਆਪਣੇ ਜਿਹੜੇ ਇਸਲਾਮ ਦੇ ਵਾਇਸ ਸੀ, ਜਿਹੜੇ ਇਸਲਾਮ ਦੀ ਤਰੀਖੇ ਇਸਲਾਮ ਅਤੇ ਤਲੀਮੁਲ ਇਸਲਾਮ ਦੀ ਕਥਾ ਕਰਿਆ ਕਰਦੇ ਸੀ, ਵਿਖਿਆਨ ਕਰਿਆ ਕਰਦੇ ਸੀ, ਉਹਨਾਂ ਦੇ ਕੋਲ ਜਾਂਦੀ ਹੈ। ਉੱਥੇ ਜਿਹੜਾ ਇਸਲਾਮ ਦੀ ਤਾਰੀਖ ਔਰ ਤਾਲੀਮ ਨੂੰ ਦ੍ਰਿੜ ਕਰਾਉਣ ਵਾਲਾ ਵਾਇਸ ਹੈ, ਉਹਦੀਆਂ ਦੋ ਗੱਲਾਂ ਬੜੀਆਂ ਅਹਿਮ ਨੇ। ਜਦੋਂ ਕਈ ਵਾਰੀ ਇਕੱਲੀ ਰਾਬੀਆ ਸੰਗਤ ਦੇ ਵਿੱਚ ਬੈਠੀ ਹੁੰਦੀ ਹੈ ਤਾਂ ਉਸ ਦੇ ਗੱਲ ਕਰਨ ਦਾ ਸਮਝਾਉਣ ਦਾ ਪੱਧਰ ਹੋਰ ਹੁੰਦਾ ਹੈ। ਜਦੋਂ ਕਈ ਵਾਰੀ ਆਮ ਲੋਕ ਬੈਠਦੇ ਨੇ ਅਤੇ ਰਾਬੀਆ ਨਹੀਂ ਆਉਂਦੀ, ਉਦੋਂ ਉਸਦਾ ਪੱਧਰ ਹੋਰ ਹੁੰਦਾ ਹੈ। ਇੱਕ ਦਿਨ ਉਸਦੇ ਬੈਠੇ ਹੋਏ ਜਿਹੜੇ ਹਾਜ਼ਰੀਨ ਨੇ ਉਹਨਾਂ ਵਿੱਚੋਂ ਇੱਕ ਵਿਅਕਤੀ ਸਵਾਲ ਵਾਇਸ ਨੂੰ ਕਰ ਹੀ ਦਿੰਦਾ ਹੈ, ਕਹਿੰਦਾ ਵਾਇਸ ਸਾਹਿਬ ਇੱਕ ਸਵਾਲ ਦੱਸੋ, ਉਸਦਾ ਜਵਾਬ ਜ਼ਰੂਰੀ ਹੈ। ਉਹ ਸਵਾਲ ਇਹ ਹੈ ਕਿ ਜਦੋਂ ਰਾਬੀਆ ਬੈਠੀ ਹੁੰਦੀ ਹੈ ਉਦੋਂ ਤੁਹਾਡੇ ਵਿਖਿਆਨ ਦਾ ਪੱਧਰ ਹੋਰ ਹੁੰਦਾ ਹੈ, ਜਦੋਂ ਅਸੀਂ ਲੋਕ ਬੈਠਦੇ ਹਾਂ ਤਾਂ ਤੁਹਾਡੇ ਵਿਖਿਆਨ ਦਾ ਪੱਧਰ ਹੋਰ ਹੁੰਦਾ ਹੈ। ਵਾਇਸ ਦਾ ਜਵਾਬ ਸੀ, ਕਹਿੰਦਾ ਹੈ ਕਿ ਹਾਥੀ ਦਾ ਖਾਣਾ ਕੀੜੀਆਂ ਨੂੰ ਨਹੀਂ ਪਰੋਸਿਆ ਜਾਂਦਾ ਅਤੇ ਕੀੜੀ ਦਾ ਖਾਣਾ ਹਾਥੀ ਨਹੀਂ ਖਾਂਦੇ। ਉਹ ਕਹਿੰਦਾ ਕਿ ਜਦੋਂ ਰਾਬੀਆ ਬੈਠੀ ਹੁੰਦੀ ਹੈ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਰਾਬੀਆ ਦਾ ਮਾਨਸਿਕ ਤਵਾਜ਼ਨ ਕਿੰਨਾ ਉੱਚਾ ਹੈ, ਮੈਨੂੰ ਉਹਦੀ ਸਰੋਤ ਦੇ ਹਿਸਾਬ ਦੇ ਨਾਲ ਗੱਲ ਕਰਨੀ ਪੈਂਦੀ ਹੈ, ਅਤੇ ਜਦੋਂ ਤੁਸੀਂ ਬੈਠੇ ਹੁੰਦੇ ਹੋ ਤਾਂ ਫਿਰ ਮੈਨੂੰ ਪਤਾ ਹੁੰਦਾ ਹੈ ਕਿ ਤੁਹਾਡੀ ਸਰੋਤ ਦਾ ਪੱਧਰ ਕੀ ਹੈ, ਮੈਨੂੰ ਉਹਦੇ ਅਨੁਸਾਰ ਗੱਲ ਕਰਨੀ ਪੈਂਦੀ ਹੈ। ਸ਼ਬਦ ਉਹੀ ਹੁੰਦਾ ਹੈ, ਮੇਰੇ ਲਫ਼ਜ਼ ਅਤੇ ਉਹਦੀ ਵਿਆਖਿਆ ਦਾ ਪੱਧਰ ਬਦਲ ਜਾਂਦਾ ਹੈ। ਸੋ ਜਦੋਂ ਤੁਹਾਡੇ ਵਰਗੇ ਸੂਝਵਾਨ ਸੱਜਣ ਜਿਹੜੇ ਇੱਕ ਲੰਮੇ ਸਮੇਂ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਨੇ, ਅਤੇ ਮੈਂ ਸੋਚਦਾ ਹੈ ਕਿ ਇੱਥੇ ਮੇਰਾ ਗਿਆਨ ਤਾਂ ਇੱਕ ਕੀੜੀ ਦੇ ਭੋਜਨ ਵਰਗਾ ਹੋ ਸਕਦਾ ਹੈ, ਤੁਹਾਡਾ ਜਿਹੜਾ ਮਾਨਸਿਕ ਤਵਾਜ਼ਨ ਹੈ
ਉਹ ਉਸ ਹਾਥੀ ਵਰਗਾ ਹੈ, ਭਾਵ ਮੇਰੇ ਤੋਂ ਕਿਤੇ ਵੱਧ ਉਚੇਰਾ ਹੈ। ਸੋ ਜੇ ਮੈਂ ਇਹ ਕਹਾਂ ਕਿ ਜਾਣਕਾਰੀ ਨਹੀਂ ਹੈ ਤੁਹਾਨੂੰ ਸਿੱਖ ਧਰਮ ਦੀ, ਸਿੱਖ ਵਿਚਾਰਧਾਰਾ ਦੀ, ਸਿੱਖ ਇਤਿਹਾਸ ਦੇ ਕਿਸੇ ਪੱਖ ਦੀ, ਤਾਂ ਉਹ ਮੇਰੀ ਅਣਗਹਿਲੀ ਹੋਵੇਗੀ। ਪਰ ਵਿਖਿਆਨ ਨੂੰ ਕੇਵਲ ਅਤੇ ਕੇਵਲ ਇੱਥੋਂ ਤੱਕ ਸੀਮਿਤ ਰੱਖਾਂਗਾ ਕਿ ਜਾਣਕਾਰੀ ਔਰ ਗਿਆਨ ਦੇ ਵਿੱਚ ਕੀ ਅੰਤਰ ਹੈ। ਜਾਣਕਾਰੀ ਤਾਂ ਹੈ ਸਾਨੂੰ ਸਭ ਨੂੰ, ਜਾਣਕਾਰੀ ਔਰ ਗਿਆਨ ਦੇ ਵਿੱਚ ਕੀ ਅੰਤਰ ਹੈ, ਇਹ ਸਵਾਲ ਇੱਕ ਵਾਰੀ ਰਾਜੇ ਮਲਿੰਦ ਨੇ ਨਾਗ ਸੈਨ ਨੂੰ ਕੀਤਾ। ਬੋਧੀਆਂ ਦੇ ਇਤਿਹਾਸ ਦੇ ਵਿੱਚ ਗਿਆਨ ਦੀ ਸਭ ਤੋਂ ਗਿਆਨਵਾਨ ਸਰੋਤ ਜਿਹੜੀ ਕਿਤਾਬ ਹੈ ਉਹ ਹੈ ਮਲਿੰਦ ਪ੍ਰਸ਼ਨ। ਮੈਂ ਅਕਸਰ ਆਪਣੇ ਵੀਰਾਂ ਨੂੰ ਜਿਹੜੇ ਕਥਾਵਾਚਕ ਨੇ, ਪ੍ਰਚਾਰਕ ਨੇ, ਵਿਚਾਰਧਾਰਾ ਦੀ ਖੋਜ ਕਰਦੇ ਨੇ, ਰੂਹਾਨੀਅਤ ਦੇ ਉੱਪਰ, ਆਤਮਿਕ ਉਸ ਦੇ ਉੱਪਰ ਕਾਰਜ ਕਰਦੇ ਨੇ, ਕਿਉਂਕਿ ਹੁਣ ਸਾਡੀ ਕੌਮ ਦੇ ਵਿੱਚ ਇੱਕ ਨਵਾਂ ਜਿਹਾ ਪ੍ਰਭਾਵ ਜਨਮ ਲੈਂਦਾ ਜਾ ਰਿਹਾ ਜਿਸ ਨੂੰ ਪੱਛਮ ਦੇ ਫਲਸਫੇ ਦੇ ਵਿੱਚ ਐਲੀਮੀਨੇਟੀ ਕਿਹਾ ਜਾਂਦਾ। ਉਹ ਪ੍ਰਭਾਵ ਕੀ ਹੈ ਸਾਡੇ ਉੱਪਰ, ਉਹ ਇੱਕ ਵੱਖਰਾ ਵਰਗ ਸਾਡੇ 'ਚ ਜਨਮ ਲੈ ਰਿਹਾ ਜੀ। ਅੰਮ੍ਰਿਤ ਵੇਲੇ ਉੱਠਣ ਦੀ ਕੋਈ ਲੋੜ ਨਹੀਂ, ਨਿਤਨੇਮ ਕਰਨ ਦੀ ਕੋਈ ਲੋੜ ਨਹੀਂ। ਉਹ ਲੋਕਾਂ ਦੀ ਮਾਨਸਿਕ 'ਚੋਂ ਪੈਦਾ ਹੋ ਰਿਹਾ, ਉਹ ਮਾਨਸਿਕਤਾ 'ਚੋਂ ਪੈਦਾ ਹੋ ਰਿਹਾ ਅਤੇ ਉਸ ਮਾਨਸਿਕਤਾ ਦੇ ਉਸ ਪੱਧਰ ਨੂੰ ਪ੍ਰਚਾਰਨ ਵਾਲੇ ਪ੍ਰਚਾਰਕ ਜਨਮ ਲੈ ਰਹੇ ਨੇ ਜੀ। ਨਿਤਨੇਮ ਦੀ ਕੋਈ ਲੋੜ ਨਹੀਂ, ਅੰਮ੍ਰਿਤ ਵੇਲੇ ਦੀ ਕੋਈ ਲੋੜ ਨਹੀਂ, ਗੁਰਬਾਣੀ ਦਾ ਸਿਮਰਨ ਜਾਂ ਗੁਰਬਾਣੀ ਨੂੰ ਸਮਝ ਕੇ ਵਿਚਾਰਧਾਰਕ ਪੱਖ ਦੇ ਨਾਲ ਜੁੜਨ ਦੀ ਕੋਈ ਲੋੜ ਨਹੀਂ। ਇਹ ਇੱਕ ਨਵਾਂ ਨੀਮ ਨਾਸਤਿਕਵਾਦ ਸਾਡੀ ਕੌਮ ਦੇ ਵਿੱਚ ਪੈਦਾ ਹੋ ਰਿਹਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਇਹ ਕੌਮ ਦੇ ਵਾਸਤੇ ਬਹੁਤ ਘਾਤਕ ਹੋਵੇਗਾ। ਹੁਣ ਨਹੀਂ, ਤੁਸੀਂ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਇਹੜੇ ਨਤੀਜੇ ਵੇਖੋਗੇ ਨਾ, ਉਹ ਨਤੀਜੇ ਇਸ ਤਰ੍ਹਾਂ ਦੇ ਹੋਣਗੇ ਜਿਸ ਤਰ੍ਹਾਂ ਜਦੋਂ ਨਿਰੰਕਾਰੀ ਲਹਿਰ ਬਾਬਾ ਦਿਆਲ ਨੇ ਸ਼ੁਰੂ ਕੀਤੀ ਹੈ ਨਾ, ਤਾਂ ਉਹ ਲਹਿਰ ਪੂਰੀ ਤਰ੍ਹਾਂ ਦੇ ਨਾਲ ਸਾਡੀ ਗੁਰਮਤਿ ਵਿਚਾਰਧਾਰਾ ਨੂੰ ਸਮਰਪਿਤ ਸੀ। ਪਰ ਉਸ ਤੋਂ ਬਾਅਦ ਜਦੋਂ ਬੂਟਾ ਸਿੰਘ ਇਸ ਦਾ ਮੁਖੀ ਬਣਿਆ ਹੈ ਅਤੇ ਉਹਨੇ ਹੌਲੀ ਹੌਲੀ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਕੀ ਲੋੜ ਹੈ, ਸਤਿਕਾਰ ਦੀ ਕੀ ਲੋੜ ਹੈ, ਰੂਹਾਨੀਅਤ ਦੀ ਕੀ ਲੋੜ ਹੈ, ਆਤਮਕ ਗਿਆਨ ਦੀ ਕੀ ਲੋੜ ਹੈ, ਸਿਮਰਨ ਦੀ ਕੀ ਲੋੜ ਹੈ, ਨਿਤਨੇਮ ਦੀ ਕੀ ਲੋੜ ਹੈ। ਉਹ ਚੱਲਦੀ ਚੱਲਦੀ ਵਿਚਾਰਧਾਰਾ ਜਦੋਂ ਅਵਤਾਰ ਬਾਣੀ ਤੱਕ ਪਹੁੰਚੀ, ਉਹੀ ਅਵਤਾਰਧਾਰਾ ਜਿਹੜੀ ਕਦੀ ਗੁਰਮਤਿ ਦੇ ਨਾਲ ਜੁੜੀ ਹੋਈ ਸੀ, ਜਿਹੜੀ ਬਾਬੇ ਦਿਆਲ ਨੇ ਪਾਕਿਸਤਾਨ 'ਚ ਸ਼ੁਰੂ ਕੀਤੀ ਸੀ। ਜਦੋਂ ਉਹ ਅਵਤਾਰ ਸਿੰਘ ਤੱਕ ਆਈ ਅਤੇ ਅਵਤਾਰ ਸਿੰਘ ਹੁਣਾਂ ਦੇ ਬਾਰੇ ਅਤੇ ਉਹਨਾਂ ਨੇ ਆਪਣੀ ਅਵਤਾਰ ਬਾਣੀ ਦੇ ਵਿੱਚ ਇੱਥੋਂ ਤੱਕ ਹੀ ਨਹੀਂ ਕਿ ਗੁਰਮਤਿ ਵਿਚਾਰਧਾਰਾ ਦਾ ਖੰਡਨ ਕੀਤਾ, ਗੁਰਮਤਿ ਵਿਚਾਰਧਾਰਾ ਦਾ ਪੂਰਨ ਤੌਰ 'ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਸ਼ਬਦ ਵਰਤੇ ਉਹ ਬੜੇ ਹੀ ਘਟੀਆ ਦਰਜੇ ਦੇ ਸੀ ਕਿ ਰਾਮ ਕ੍ਰਿਸ਼ਨ ਅਤੇ ਨਾਨਕ ਵਰਗੇ ਰੱਬ ਦਾ ਭੇਦ ਨਾ ਪਾ ਸਕੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਕਈ ਵਾਰੀ ਲਹਿਰਾਂ ਇਸ ਤਰ੍ਹਾਂ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਦਾ ਵਿਖਾਵਾ ਅਤੇ ਰੂਪ ਪੰਥਕ ਹੁੰਦਾ ਹੈ, ਪਰ ਜਦੋਂ ਇਹਨਾਂ ਦਾ ਸਮੇਂ ਦੇ ਬਾਅਦ ਪ੍ਰਤੀਰੂਪ ਸਾਡੇ ਸਾਹਮਣੇ ਆਉਂਦਾ ਤਾਂ ਫਿਰ ਅਸੀਂ ਸੋਚਦੇ ਹਾਂ ਯਾਰ ਪੁੱਠੇ ਪਾਸੇ ਤੁਰੇ ਹੋਏ ਸੀ, ਕਿਸ ਦੇ ਲੜ ਲੱਗ ਗਏ, ਕਿੱਧਰ ਤੁਰ ਪਏ, ਅਸੀਂ ਤਾਂ ਗੁਰਮਤਿ ਵਿਚਾਰਧਾਰਾ ਦੇ ਨਾਲ ਟੁੱਟ ਗਏ। ਇਹ ਵਿਚਾਰਧਾਰਾ ਬਿਲਕੁਲ ਸਿੱਖਾਂ ਦੇ ਵਿੱਚ
ਅੱਜ ਪ੍ਰਵਾਹਿਤ ਹੋ ਰਹੀ ਹੈ। ਹੁਣ ਸਵਾਲ ਉਸੇ 'ਤੇ ਆ ਜਾਈਏ, ਮਿਲਿੰਦ ਪ੍ਰਸ਼ਨ ਕਿਤਾਬ ਦੇ ਵਿੱਚ। ਕਿਸੇ ਸਮੇਂ ਇਹ ਕਿਤਾਬ ਪਾਲੀ ਭਾਸ਼ਾ ਦੇ ਵਿੱਚ ਸੀ, ਹੁਣ ਇਹ ਹਿੰਦੀ ਭਾਸ਼ਾ ਦੇ ਵਿੱਚ ਵੀ ਮਿਲਦੀ ਹੈ। ਇਹਦੇ ਕੁਝ ਅੰਸ਼ਾਂ ਦਾ ਅਨੁਵਾਦ ਪੰਜਾਬੀ ਦੇ ਵਿੱਚ ਵੀ ਹੋਇਆ, ਅਤੇ ਮੈਂ ਆਪਣੇ ਵੀਰਾਂ ਨੂੰ ਹਮੇਸ਼ਾ ਬੇਨਤੀ ਕਰਦਾ ਹੁੰਦਾ, ਪੜ੍ਹੋ ਜ਼ਰੂਰ, ਕਿਉਂਕਿ ਨਿਸ਼ਚਾ ਸਾਡਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਹੈ। ਪਰ ਜਿਹੜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨ ਨੇ ਨਾ, ਉਹਨਾਂ ਦੇ ਵਿੱਚ ਇੱਕ ਬਚਨ ਬੜਾ ਅਹਿਮ ਹੈ ਕਿ ਗ੍ਰੰਥ ਹੋਰ ਮਤਾਂ ਦੇ ਵੀ ਪੜ੍ਹਨੇ ਨੇ, ਪਰ ਨਿਸ਼ਚਾ ਆਪਣੇ ਸ਼ਬਦ ਗੁਰੂ 'ਤੇ ਰੱਖਣਾ। ਸੋ ਸਾਨੂੰ ਸਾਰੇ ਧਰਮਾਂ ਦੇ ਵਿੱਚੋਂ ਜੇ ਕਿਸੇ ਗ੍ਰੰਥ ਦੇ ਵਿੱਚੋਂ ਕੋਈ ਉਹ ਗੱਲ ਚੰਗੀ ਲੱਗਦੀ ਹੈ ਜਿਹੜੀ ਸਾਡੀ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਹੈ, ਉਸ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਬਸ਼ਰਤੇ ਉਹ ਵਿਚਾਰਧਾਰਾ ਸਾਡੀ ਗੁਰਮਤਿ ਵਿਚਾਰਧਾਰਾ ਦੇ ਨਾਲ ਕਿਸੇ ਤਰ੍ਹਾਂ ਦਾ ਵਿਰੋਧਾਭਾਸ ਨਾ ਰੱਖਦੀ ਹੋਵੇ, ਵਿਰੋਧਤਾ ਨਾ ਰੱਖਦੀ ਹੋਵੇ। ਨਾਚ ਸਾਹਿਬ ਨੂੰ ਰਾਜਾ ਮਿਲਿੰਦ ਇੱਕ ਸਵਾਲ ਕਰਦਾ ਹੈ, ਕਹਿੰਦਾ ਜਾਣਕਾਰੀ ਔਰ ਗਿਆਨ ਦੇ ਵਿੱਚ ਅੰਤਰ ਕੀ ਹੈ? ਔਰ ਦੁਨੀਆ ਦੀ ਹਰ ਭਾਸ਼ਾ ਦੇ ਵਿੱਚ ਇਹ ਦੋ ਸ਼ਬਦ ਨੇ, ਨੌਲੇਜ ਅਤੇ ਇਨਫੋਰਮੇਸ਼ਨ, ਜਾਣਕਾਰੀ ਔਰ ਗਿਆਨ, ਹਰ ਭਾਸ਼ਾ ਦੇ ਵਿੱਚ ਇਹ ਦੋ ਸ਼ਬਦ ਨੇ। ਪਰ ਇਹਦਾ ਜਿਹੜਾ ਅੰਤਰ ਹੈ ਉਹ ਸਮਝਣਾ ਬਹੁਤ ਜ਼ਰੂਰੀ ਹੈ। ਸਵਾਲ ਬੜਾ ਅਹਿਮ ਹੈ ਕਿ ਜਾਣਕਾਰੀ ਔਰ ਗਿਆਨ ਦੇ ਵਿੱਚ ਅੰਤਰ ਕੀ ਹੈ? ਅਤੇ ਆਮ ਮਨੁੱਖ ਦੀ ਜਿਹੜੀ ਕਹਿ ਸਕਦੇ ਹਾਂ ਕਿ ਐਵਰੇਜ ਮਾਨਸਿਕਤਾ ਹੈ, ਉਹਨੂੰ ਇਹ ਸਵਾਲ ਕੀਤਾ ਜਾਵੇ ਤਾਂ ਕਹੇਗਾ ਕਿ ਜਾਣਕਾਰੀ ਹੋਣਾ ਹੀ ਤਾਂ ਗਿਆਨ ਹੈ, ਜਿਹਨੂੰ ਜਾਣਕਾਰੀ ਹੈ ਉਹਦਾ ਗਿਆਨ ਹੈ। ਪਰ ਨਹੀਂ, ਜਿਹੜੀ ਸਾਡੀ ਜਾਣਕਾਰੀ ਹੈ ਉਹ ਜਾਣਕਾਰੀ ਹੈ, ਅਸੀਂ ਕਿਤਾਬਾਂ ਪੜ੍ਹ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਗਿਆਨ ਇੱਕ ਹੋਰ ਚੀਜ਼ ਹੈ। ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਕੇਵਲ ਜਾਣਕਾਰੀ ਹੈ, ਪਰ ਜਾਣਕਾਰੀ ਔਰ ਗਿਆਨ ਦੇ ਵਿੱਚ ਅੰਤਰ ਕੀ ਹੈ? ਇਸ ਦਾ ਜਵਾਬ ਨਾਗ ਸੈਨ ਨੇ ਬੜਾ ਪਿਆਰਾ ਦਿੱਤਾ ਹੈ। ਕਹਿੰਦਾ ਰਾਜਾ ਮਿਲਿੰਦ, ਕਦੀ ਕਿਸੇ ਕਿਸਾਨ ਨੂੰ ਕਣਕ ਦੀ ਵਾਢੀ ਕਰਦੇ ਵੇਖਿਆ? ਕਹਿੰਦਾ ਬਿਲਕੁਲ ਵੇਖਿਆ। ਕਹਿੰਦਾ ਸਮਝ ਲਾ ਕਿ ਉਹਦੀ ਕਣਕ ਦੀ ਵਾਢੀ ਕਰਦਿਆਂ ਨੂੰ ਵੇਖਣਾ ਤੇਰੀ ਜਾਣਕਾਰੀ ਹੈ, ਉਹ ਤੇਰੇ ਸਾਹਮਣੇ ਦਿਸ ਰਹੀ ਹੈ, ਉਹ ਜਾਣਕਾਰੀ ਹੈ ਕਿ ਕਿਸਾਨ ਕਣਕ ਦੀ ਵਾਢੀ ਕਰ ਰਿਹਾ। ਪਰ ਤੂੰ ਇਹ ਵੇਖਿਆ ਕਦੀ ਕਿ ਉਹ ਘਰ ਜਾ ਕੇ ਦਾਣੇ ਕਿੱਥੇ ਸੰਭਾਲ ਰਿਹਾ? ਜੇ ਤੈਨੂੰ ਇਹ ਪਤਾ ਹੋਵੇ ਕਿ ਬਿਹਾਈਂਡ ਦਾ ਸੀਨ ਕੀ ਹੈ, ਉਸਨੇ ਦਾਣੇ ਕਿੱਥੇ ਸੰਭਾਲੇ ਨੇ, ਉਹ ਗਿਆਨ ਹੈ। ਜਾਣਕਾਰੀ ਦਿਸ ਰਿਹਾ ਰੂਪ ਹੈ, ਅਖਬਾਰ ਦੇ ਵਿੱਚ ਸਾਨੂੰ ਜੋ ਮਿਲਦਾ ਹੈ ਜਾਣਕਾਰੀ ਹੈ ਕਿ ਬੱਸ ਦਾ ਐਕਸੀਡੈਂਟ ਹੋਇਆ ਹੈ, ਪਰ ਉਹਦਾ ਕਾਰਨ ਕੀ ਸੀ? ਉਹ ਗਿਆਨ ਹੈ, ਉਹ ਕਿਉਂ ਹੋਇਆ, ਉਹਦੇ ਪਿੱਛੇ ਕਾਰਨ ਕੀ ਸੀ। ਸੋ ਇਤਿਹਾਸਕਾਰੀ ਦੇ ਵਿੱਚ ਬਹੁਤਾਤ ਸਾਡਾ ਕੋਸ਼ਿਸ਼ ਅਤੇ ਸਾਡੀ ਜਿਹੜੀ ਕਹਿ ਸਕਦੇ ਹੋ ਕਿ ਕਿਸੇ ਨਾ ਕਿਸੇ ਰੂਪ 'ਚ ਅਪਰੋਚ ਜਾਂ ਪਹੁੰਚ ਹੁੰਦੀ ਹੈ, ਉਹ ਹੁੰਦੀ ਹੈ ਕਿ ਇਹਦਾ ਪਿਛੋਕੜ ਕੀ ਹੈ, ਇਹ ਵਰਤਾਰਾ ਕਿਉਂ ਵਾਪਰਿਆ। ਔਰ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਕਿ ਜਿਹਦੀ ਵਰਤਾਰੇ ਤੱਕ ਅਪਰੋਚ ਹੋ ਜਾਂਦੀ ਹੈ ਉਹਦੇ ਅੰਦਰ ਅਹੰਕਾਰ ਜਨਮ ਲੈ ਲੈਂਦਾ। ਗਿਆਨ ਹੋਣਾ ਬੜੀ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਹੋਣਾ ਉਸ ਤੋਂ ਵੀ ਬੁਰਾ ਹੈ। ਗਿਆਨ ਹੋਣਾ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਹੋ ਜਾਣਾ ਕਿ ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ, ਇਹ ਸਭ ਤੋਂ ਬੁਰੀ ਚੀਜ਼ ਹੈ। ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਹੈ। ਉਸ ਘਟਨਾ ਦੀਆਂ ਦੋ ਉਦਾਹਰਨਾਂ ਵੈਸੇ ਤਾਂ ਇਤਿਹਾਸ 'ਚ ਬਹੁਤ ਹੋਣਗੀਆਂ, ਮੈਂ ਤੁਹਾਡੇ ਨਾਲ ਦੋ ਸਾਂਝੀਆਂ ਕਰਦਾ।
ਗੁਰੂ ਨਾਨਕ ਦੇਵ ਮਹਾਰਾਜ ਮਾਨ ਸਰੋਵਰ ਤੋਂ ਹੁੰਦੇ ਹੋਏ ਲੱਦਾਖ, ਨਿੰਮੂ, ਸਕਾਡੂ, ਉਸ ਤੋਂ ਬਾਅਦ ਕਾਰਗਿਲ ਅਤੇ ਉਸ ਤੋਂ ਬਾਅਦ ਮੱਟਨ ਪਹੁੰਚੇ ਨੇ। ਮੱਟਨ ਦੇ ਵਿੱਚ ਇੱਕ ਪੰਡਿਤ ਹੈ, ਗਿਆਨ ਬਹੁਤ ਹੈ, ਕੋਈ ਸ਼ੱਕ ਨਹੀਂ, ਪਰ ਗਿਆਨ ਜਿਹੜਾ ਉਹਦੇ ਨਾਲ ਨਾਲ ਗਿਆਨ ਦਾ ਅਹੰਕਾਰ ਵੀ ਹੈ ਕਿ ਸ਼ਾਇਦ ਮੇਰੇ ਤੋਂ ਵੱਧ ਕਿਸੇ ਨੂੰ ਗਿਆਨ ਨਹੀਂ। ਪੰਡਿਤ ਦਾ ਨਾਮ ਹੈ ਬ੍ਰਹਮਦੱਤ, ਪਿਤਾ ਦਾ ਨਾਮ ਹੈ ਨਰਾਇਣ ਦੱਤ। ਨਰਾਇਣ ਦੱਤ ਵੀ ਬੜਾ ਮਸ਼ਹੂਰ ਪੰਡਿਤ ਸੀ, ਪਰ ਗੁਰੂ ਨਾਨਕ ਸਾਹਿਬ ਦੇ ਸਮੇਂ ਬ੍ਰਹਮਦੱਤ ਹੈ। ਬ੍ਰਹਮਦੱਤ ਔਰ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੁੰਦਾ ਹੈ ਅਤੇ ਬ੍ਰਹਮਦੱਤ ਆਪਣੇ ਨਾਲ ਕੀ ਲੈ ਕੇ ਆਉਂਦਾ ਹੈ, ਪੂਰਾ ਕਿਤਾਬਾਂ ਦਾ ਢੇਰ, ਜਿਹਦੇ ਵਿੱਚ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮ੍ਰਤੀਆਂ ਨੇ, 52 ਉਪਨਿਸ਼ਦ ਹੈ ਅਤੇ 1 ਗਾਇਤਰੀ ਮੰਤਰ। ਇਹਨਾਂ ਸਾਰੇ ਗ੍ਰੰਥਾਂ ਦੀ ਗਿਣਤੀ ਬਣ ਜਾਂਦੀ ਹੈ 108। ਅਤੇ ਜਿਹੜੀ ਹਿੰਦੂ ਧਰਮ ਦੀ ਗੁਰੂਕੁਲ ਪਰੰਪਰਾ ਹੈ ਉਹਦੇ ਮੁਤਾਬਕ ਜਿਸ ਕਿਸੇ ਵੀ ਸਿੱਖਿਆਰਥੀ ਜਾਂ ਵਿਦਿਆਰਥੀ ਨੇ ਆਸ਼ਰਮ ਦੇ ਵਿੱਚ ਰਹਿ ਕੇ, ਗੁਰੂਕੁਲ ਦੇ ਵਿੱਚ ਰਹਿ ਕੇ ਇਹਨਾਂ 108 ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ ਉਹ ਆਪਣੇ ਅੱਗੇ 108 ਸ਼ਬਦ ਦੀ ਵਰਤੋਂ ਕਰ ਸਕਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ 5 ਸਾਲ ਡਾਕਟਰੀ ਦੀ ਪੜ੍ਹਾਈ ਕਰਦੇ ਹਾਂ ਅਤੇ ਉਸ ਪੜ੍ਹਾਈ ਪੂਰੀ ਕਰਨ ਉਪਰੰਤ ਅਸੀਂ ਆਪਣੇ ਨਾਮ ਦੇ ਅੱਗੇ MBBS ਲਗਾ ਸਕਦੇ ਹਾਂ। ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਦੇ ਹਾਂ, 2-3 ਸਾਲ ਹੋਰ ਲਗਾਉਂਦੇ ਹਾਂ, ਫਿਰ ਉਹਦੇ ਤੋਂ ਵੱਡੀ ਡਿਗਰੀ ਲਗਾ ਸਕਦੇ ਹਾਂ ਕਿ ਸਰਜਰੀ ਵਾਲਾ ਹੈ ਤਾਂ MS ਲਗਾ ਸਕਦਾ, ਜਿਹੜਾ ਮੈਡੀਸਨ ਦੇ ਵਿੱਚੋਂ MD ਲਗਾ ਸਕਦਾ। ਮਤਲਬ ਕਿ 108 ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਤੋਂ ਬਾਅਦ ਮਿਲਿਆ ਹੋਇਆ ਇੱਕ ਲਕਬ ਜਾਂ ਡਿਗਰੀ ਤੁਸੀਂ ਕਹਿ ਸਕਦੇ ਹੋ। ਹੁਣ ਤਾਂ ਤੁਸੀਂ ਵੇਖਦੇ ਹੋ ਗੱਲ ਹੀ ਵੱਖਰੀ ਹੈ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਦੀ ਗੱਡੀ ਦੇ ਅੱਗੇ ਵੀ 108 ਲਿਖਿਆ ਹੁੰਦਾ, 108 ਬ੍ਰਹਮ ਗਿਆਨੀ ਬਾਬਾ। ਔਰ ਉਹ ਗ੍ਰੰਥ ਜਿਨ੍ਹਾਂ ਦਾ ਸਾਡੇ ਨਾਲ ਕੋਈ ਬਹੁਤਾ ਤਲਕ ਵੀ ਨਹੀਂ ਹੈ, ਉਹ ਗ੍ਰੰਥ ਜਿਨ੍ਹਾਂ ਦੇ ਵਿੱਚ ਜਾਤ ਪਾਤ ਔਰ ਕਰਮ ਕਾਂਡ ਪੂਰੀ ਤਰ੍ਹਾਂ ਦੇ ਨਾਲ ਭਰੇ ਹੋਏ ਨੇ, ਉਹਨਾਂ ਗ੍ਰੰਥਾਂ ਦੇ ਬਾਰੇ ਵੀ ਅਸੀਂ ਇਹ ਗੱਲ ਕਹਿ ਦਿੰਦੇ ਹਾਂ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਗ੍ਰੰਥਾਂ ਦੇ ਵਿੱਚੋਂ ਕੋਈ ਹਵਾਲਾ ਨਹੀਂ ਦਿੱਤਾ। ਬ੍ਰਹਮਦੱਤ ਨੂੰ ਇਸ ਗੱਲ ਦਾ ਅਹੰਕਾਰ ਹੈ ਕਿ ਮੈਂ 108 ਗ੍ਰੰਥ ਪੜ੍ਹੇ ਹੋਏ ਨੇ, ਪਰ ਜਿਹੜੀ ਗੱਲ ਮੇਰੇ ਬਾਬੇ ਨਾਨਕ ਨੇ ਕਹੀ ਹੈ ਨਾ, ਉਹ ਗੱਲ ਬੜੀ ਵੱਖਰੀ ਹੈ। ਔਰ ਉਹ ਇਵੇਂ ਦੀ ਗੱਲ ਇੱਕ ਪੰਕਤੀ ਦੇ ਵਿੱਚ ਕਹਿ ਦਿੱਤੀ ਕਿ ਉਸ ਗਿਆਨ ਦਾ ਅਹੰਕਾਰ ਰੱਖਣ ਵਾਲਾ ਜਿਹੜਾ ਬ੍ਰਹਮਦੱਤ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਢਹਿ ਪਿਆ। ਗੱਲ ਗੁਰੂ ਸਾਹਿਬ ਨੇ ਕੀ ਕਹੀ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਚਾਕ। ਬਈ ਲੇਖੇ ਦੇ ਵਿੱਚ ਤਾਂ ਇੱਕ ਗੱਲ ਹੈ, ਇੱਕ ਨਿਰੰਕਾਰ ਦੇ ਨਾਲ ਜੁੜਨਾ, ਪਰ ਜੇ ਇੰਨੀਆਂ ਕਿਤਾਬਾਂ ਅਤੇ ਵੇਦ ਪੜ੍ਹਨ ਤੋਂ ਬਾਅਦ ਮਨ ਦੇ ਵਿੱਚ ਅਹੰਕਾਰ ਨੇ ਜਨਮ ਲੈ ਲਿਆ, ਤੂੰ ਤਾਂ ਇੱਕ ਤੋਂ ਦੂਰ ਚਲਾ ਗਿਆ, ਗੁਰੂ ਸਾਹਿਬ ਦੇ ਨਾਲ ਜੁੜ ਗਿਆ। ਔਰ ਇਵੇਂ ਦਾ ਜੁੜਿਆ ਸ਼ਬਦ ਦੇ ਨਾਲ ਕਿ ਪੀੜ੍ਹੀਆਂ ਜੁੜੀਆਂ ਰਹੀਆਂ। ਇਸੇ ਨਰਾਇਣ ਦੱਤ ਦਾ ਬੇਟਾ ਅੜੂ ਰਾਮ ਸੀ, ਔਰ ਅੜੂ ਰਾਮ ਦਾ ਬੇਟਾ ਕਿਰਪਾ ਰਾਮ ਦੱਤ ਸੀ, ਜਿਹੜਾ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਸੀ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਜਾਮੇ ਸ਼ਹਾਦਤ ਪੀਤਾ ਸੀ। ਹੁਣ ਤੁਸੀਂ ਖਿਆਲ ਕਰੋ, ਠਾਕਰ ਦਾਸ, ਬ੍ਰਹਮਦੱਤ, ਨਰਾਇਣ ਦੱਤ,
ਅੜੂ ਰਾਮ ਅਤੇ ਕਿਰਪਾ ਰਾਮ, ਪਰਿਵਾਰ ਦਾ ਪਰਿਵਾਰ ਹੀ ਜੁੜ ਗਿਆ। ਕਿਸ ਚੀਜ਼ ਦਾ ਅਸਰ ਹੋਇਆ ਕਿ ਗਿਆਨ ਜ਼ਰੂਰੀ ਹੈ ਪਰ ਗਿਆਨ ਦਾ ਅਹੰਕਾਰ ਜਿਹੜਾ ਉਹ ਵਿਨਾਸ਼ਕਾਰੀ, ਗਿਆਨ ਜ਼ਰੂਰੀ ਹੈ ਪਰ ਗਿਆਨ ਦਾ ਅਹੰਕਾਰ ਜਿਹੜਾ ਉਹ ਵਿਨਾਸ਼ਕਾਰੀ ਹੈ। ਔਰ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸੰਦੇਸ਼ ਕੀ ਮਿਲਿਆ? ਸੰਦੇਸ਼ ਇਹ ਮਿਲਿਆ ਕਿ ਜਿੰਨਾ ਵੀ ਗਿਆਨ ਮਿਲਦਾ ਹੈ ਉਸ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਆਪਣੇ ਆਪ ਨੂੰ ਨਿਵਾਣੇ 'ਚ ਲੈ ਆਓ, ਨੀਵੇਂਪਨ 'ਚ ਲੈ ਆਓ, ਆਪਣੇ 'ਚ ਨਿਮਰਤਾ ਲੈ ਆਓ। ਜੇਕਰ ਉਹ ਨਹੀਂ ਆਉਂਦੀ ਤਾਂ ਗਿਆਨ ਦਾ ਕੋਈ ਲਾਭ ਨਹੀਂ। ਅਤੇ ਮਾਫ਼ ਕਰਨਾ, ਸਾਨੂੰ ਤਾਂ ਛੋਟੀ ਛੋਟੀ ਗੱਲ ਦਾ ਅਹੰਕਾਰ ਹੋ ਜਾਂਦਾ। ਇੱਕ ਮੁਸਲਮਾਨ ਲਿਖਾਰੀ ਨੇ ਅਕਬਰ ਸ਼ਾਹ ਨਜ਼ੀਬਾਬਾਦੀ, ਜਿਨ੍ਹਾਂ ਨੇ ਸਭ ਤੋਂ ਵਧੀਆ ਸਿੱਕੇਬੰਦ ਤਰੀਕੇ ਦੇ ਨਾਲ ਇਸਲਾਮ ਦੀ ਤਵਾਰੀਖ ਨੂੰ ਲਿਖਿਆ, ਤਾਰੀਖੇ ਇਸਲਾਮ ਨੂੰ, ਉਸ ਤਾਰੀਖੇ ਇਸਲਾਮ ਦੇ ਵਿੱਚੋਂ ਮੁੜ ਕੇ ਇਸਲਾਮ ਦੀਆਂ ਹੋਰ ਵੀ ਕਈ ਕਿਤਾਬਾਂ ਨਿਕਲੀਆਂ ਨੇ, ਫੈਜ਼ਾਨੇ ਸੁਨਤ, ਫੈਜ਼ਾਲੇ ਅਮਾਲ, ਇਹ ਸਾਰੀਆਂ ਫਾਰਸੀ ਦੇ ਵਿੱਚ ਨੇ, ਹੁਣ ਪਿੱਛੇ ਜੇ ਇਹਨਾਂ ਦੇ ਉਰਦੂ ਅਨੁਵਾਦ ਵੀ ਹੋਏ ਨੇ। ਉਸ ਕਿਤਾਬ ਦੇ ਵਿੱਚ ਇੱਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਉਸਨੇ ਕੀਤਾ ਹੈ। ਘਟਨਾ ਤਾਂ ਇਸਲਾਮ ਦੇ ਵਿੱਚੋਂ ਹੈ, ਮੇਰੇ ਖਿਆਲ ਸਾਡੇ ਸਾਰਿਆਂ ਦੇ ਉੱਪਰ ਟੁੱਕ ਜਾਂਦੀ ਹੈ, ਹੈ ਇਸਲਾਮ ਦੇ ਵਿੱਚੋਂ। ਨਮਾਜ਼ ਫਜ਼ਰ, ਸਵੇਰ ਦੀ ਨਮਾਜ਼, ਜਿਹੜੀ ਸਭ ਤੋਂ ਪਹਿਲੀ ਨਮਾਜ਼ ਇਸਲਾਮ ਦੀ ਹੁੰਦੀ ਹੈ, ਨਮਾਜ਼ ਫਜ਼ਰ ਅਦਾ ਕਰਨ ਤੋਂ ਬਾਅਦ ਮਸਜਿਦ ਦੇ ਵਿੱਚੋਂ ਹਜ਼ਰਤ ਮੁਹੰਮਦ ਸਾਹਿਬ ਅਤੇ ਉਹਨਾਂ ਦਾ ਦੋਤਰਾ ਹਜ਼ਰਤ ਹੁਸੈਨ, ਦੋਵੇਂ ਨਾਨਾ ਅਤੇ ਦੋਤਾ ਇਕੱਠੇ ਤੁਰੇ ਆ ਰਹੇ। ਹਜ਼ਰਤ ਹੁਸੈਨ ਉਹੀ ਹੈ ਜਿਸ ਨੂੰ ਉਸਦੇ ਬੇਟਿਆਂ ਅਲੀ ਅਲ ਅਸਗਰ ਅਤੇ ਅਲੀ ਅਲ ਅਕਬਰ ਦੇ ਨਾਲ 680 ਈਸਵੀ ਦੇ ਵਿੱਚ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਬੜੀ ਛੋਟੀ ਉਮਰ ਹੈ, ਹੁਸੈਨ ਆਪਣੇ ਨਾਨੇ ਦੇ ਨਾਲ ਹੈ ਅਤੇ ਜਦੋਂ ਨਮਾਜ਼ ਅਦਾ ਕਰਕੇ ਫਜ਼ਰ ਦੀ ਘਰ ਨੂੰ ਤੁਰੇ ਆ ਰਹੇ ਨੇ ਅਤੇ ਹੁਸੈਨ ਇੱਕ ਗੱਲ ਕਹਿੰਦਾ, ਕਹਿੰਦਾ, ਨਾਨਾ ਜੀ ਇਹ ਕਿੰਨੇ ਬਦਕਿਸਮਤ ਲੋਕ ਨੇ, ਅਜੇ ਵੀ ਸੁੱਤੇ ਪਏ ਨੇ, ਅਸੀਂ ਨਮਾਜ਼ ਅਦਾ ਕਰਕੇ ਆ ਵੀ ਗਏ। ਕੋਈ ਜਵਾਬ ਨਹੀਂ ਦਿੱਤਾ ਮੁਹੰਮਦ ਸਾਹਿਬ ਨੇ। ਉਸਨੇ ਸੋਚਿਆ ਸ਼ਾਇਦ ਮੇਰੀ ਗੱਲ ਨੂੰ ਸੁਣਿਆ ਨਹੀਂ ਹੈ। ਥੋੜ੍ਹਾ ਹੋਰ ਅੱਗੇ ਆਏ, ਸਵਾਲ ਫਿਰ, ਨਾਨਾ ਜੀ ਇਹਨਾਂ ਲੋਕਾਂ ਦੇ ਉੱਪਰ ਤਾਂ ਕਿਆਮਤ ਦਾ ਕਹਿਰ ਵਰਸੇਗਾ, ਇਹ ਤਾਂ ਕਹਿਰੇ ਕਿਆਮਤ ਹੈ, ਫਜ਼ਰ ਦਾ ਵੇਲਾ, ਇਹ ਲੋਕ ਸੁੱਤੇ ਪਏ ਨੇ। ਮੁਹੰਮਦ ਸਾਹਿਬ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਮਨ ਦੇ ਵਿੱਚ ਆਇਆ ਸ਼ਾਇਦ ਅਜੇ ਵੀ ਨਹੀਂ ਸੁਣਿਆ ਹੋਵੇਗਾ। ਥੋੜ੍ਹਾ ਅੱਗੇ ਜਾ ਕੇ ਫਿਰ ਸਵਾਲ ਕੀਤਾ, ਨਾਨਾ ਜੀ ਤੁਸੀਂ ਸੁਣਿਆ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਨਮਾਜ਼ ਅਦਾ ਵੀ ਕਰਕੇ ਆ ਗਏ, ਇਹ ਲੋਕ ਅਜੇ ਵੀ ਸੁੱਤੇ ਪਏ ਨੇ। ਮੁਹੰਮਦ ਸਾਹਿਬ ਨੇ ਬਾਂਹ ਫੜੀ, ਕਹਿੰਦੇ ਚੱਲ ਵਾਪਸ ਦੁਬਾਰਾ ਨਮਾਜ਼ ਪੜ੍ਹ ਕੇ ਆਈਏ, ਜਿਹੜੀ ਪਹਿਲੀ ਨਮਾਜ਼ ਪੜ੍ਹੀ ਸੀ ਉਹ ਕਜ਼ਾ ਹੋ ਗਈ ਹੈ, ਉਹ ਨਮਾਜ਼, ਕਜ਼ਾ ਦਾ ਭਾਵ ਹੈ ਮੌਤ, ਉਹ ਨਮਾਜ਼ ਖਤਮ ਹੋ ਗਈ ਹੈ। ਕਹਿੰਦੇ ਹੁਸੈਨ ਤੇਰੇ ਨਾਲੋਂ ਲੱਖਾਂ ਦਰਜੇ ਉਹ ਲੋਕ ਚੰਗੇ ਨੇ ਜਿਹੜੇ ਨਹੀਂ ਪੜ੍ਹ ਰਹੇ, ਤੂੰ ਤਾਂ ਪੜ੍ਹ ਕੇ ਵੀ ਅਹੰਕਾਰ ਕਰ ਰਿਹਾ ਕਿ ਮੈਂ ਪੜ੍ਹ ਆਇਆ, ਤੇਰੇ ਤੋਂ ਲੱਖਾਂ ਦਰਜੇ ਲੋਕ ਉਹ ਚੰਗੇ ਨੇ ਜਿਹੜੇ ਕਮ ਸੇ ਕਮ ਨਹੀਂ ਪੜ੍ਹ ਰਹੇ ਪਰ ਅਹੰਕਾਰ ਵੀ ਨਹੀਂ ਕਰ ਰਹੇ, ਸੁੱਤੇ ਤਾਂ ਪਏ ਨੇ ਨਾ, ਤੂੰ ਤਾਂ ਉਹਨਾਂ ਤੋਂ ਕਿਤੇ ਵੱਧ ਬੁਰਾ ਹੈ ਕਿ ਜੇ ਪੜ੍ਹ ਕੇ ਆਇਆ ਤਾਂ ਮਨ ਦੇ ਵਿੱਚ ਅਹੰਕਾਰ ਹੈ ਕਿ ਮੈਂ ਨਮਾਜ਼ੇ ਫਜ਼ਰ ਅਦਾ ਕਰਕੇ ਆਇਆ, ਤੂੰ ਤਾਂ ਉਹਨਾਂ ਤੋਂ ਵੀ ਬੁਰਾ ਹੈ। ਸੋ ਇਹ ਜਾਣਕਾਰੀ ਔਰ ਗਿਆਨ, ਇਸ ਦਾ ਸਮਝ ਹੋਣੀ ਸਾਨੂੰ ਬੜੀ ਜ਼ਰੂਰੀ ਹੈ, ਕਿਉਂਕਿ ਅਕਸਰ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਬਹੁਤਾਤ ਕਰਮ ਅਸੀਂ ਐਸੇ ਕਰਦੇ ਜ਼ਰੂਰ ਹਾਂ ਜਿਨ੍ਹਾਂ ਦੀ ਸਾਨੂੰ ਜਾਣਕਾਰੀ ਹੁੰਦੀ ਹੈ ਕਿ ਇਹ ਗੁਰਮਤਿ ਅਨੁਸਾਰ ਨਹੀਂ, ਪਰ ਬਿਹਾਈਂਡ ਦਾ ਸੀਨ, ਪਿਛੋਕੜ ਕੀ ਹੈ ਸਾਨੂੰ ਉਸਦਾ ਪਤਾ ਨਹੀਂ ਹੁੰਦਾ।
ਜਦੋਂ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਤਾਂ ਉਹਨਾਂ ਸ਼ਬਦਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਮੈਂ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਾਂ। ਵਿਦੇਸ਼ ਦੀ ਇੱਕ ਸਟੇਜ ਦੇ ਉੱਪਰ ਮੇਰੇ ਤੋਂ ਪਹਿਲਾਂ ਇੱਕ ਵੀਰ ਵਿਖਿਆਨ ਕਰ ਰਹੇ ਸੀ ਅਤੇ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ। ਕਹਿੰਦੇ ਕਿ ਜਦੋਂ ਪਤਾ ਲੱਗਾ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਦੇ ਵਾਸਤੇ ਮੁਗਲ ਫੌਜ ਆ ਰਹੀ ਹੈ ਅਤੇ ਬਾਬਾ ਦੀਪ ਸਿੰਘ ਜੀ ਨੇ ਉਸੇ ਵੇਲੇ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਦਾ ਬੀੜਾ ਚੁੱਕਿਆ। ਅਕਸਰ ਅਸੀਂ ਇਹ ਸ਼ਬਦ ਵਰਤਦੇ ਹਾਂ ਬੀੜਾ ਚੁੱਕਣਾ, ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਦੇ ਭਾਵ ਕੀ ਹੋਣਗੇ। ਔਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਡੇ ਕੋਲ ਇਹਨਾਂ ਭਾਵਾਂ ਜਾਂ ਇਹਨਾਂ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਨੂੰ ਸਮਝਣ ਦੇ ਵਾਸਤੇ ਗ੍ਰੰਥ ਨਹੀਂ ਹੈ, ਸਾਡੇ ਕੋਲ ਗ੍ਰੰਥ ਵੀ ਮੌਜੂਦ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਰਚਨਾ ਜ਼ਫਰਨਾਮਾ ਪੜ੍ਹੋ। ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਹੈ, ਕਸੇ ਹਰ ਕੇ ਕੌਲੇ ਗੁਰਾਂ ਬਾਇਦਸ਼ ਜਾਂ ਕੁਸਤਨੋ ਬਸਤਨੋ ਬਾਇਦਸ਼। ਔਰੰਗਜ਼ੇਬ ਨੂੰ ਕਹਿ ਰਹੇ ਨੇ, ਕਿਉਂਕਿ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੀ ਚਿੱਠੀ ਹੈ। ਉਸ ਚਿੱਠੀ ਦੇ ਇਸ ਸ਼ੇਰ ਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਸੇ ਹਰ ਕੇ ਕੌਲੇ ਗੁਰਾਂ ਬਾਇਦਸ਼ ਜਾਂ ਕੁਸਤਨੋ ਬਸਤਨੋ ਬਾਇਦਸ਼। ਔਰੰਗਜ਼ੇਬ, ਤੇਰਾ ਇੱਕ ਜਰਨੈਲ ਬੀੜਾ ਚੁੱਕ ਕੇ ਸਹੁੰ ਖਾ ਕੇ ਆਇਆ ਸੀ ਕਿ ਜਾਂ ਕੁਸਤਨੋ ਜਾਂ ਬਸਤਨੋ, ਕਿ ਜਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਤੇਰੇ ਕਦਮਾਂ 'ਤੇ ਰੱਖ ਦਊਂਗਾ ਕੁਸਤਨੋ ਕੋਹ ਕੇ, ਅਤੇ ਜਾਂ ਬਸਤਨੋ ਬੰਦੀ ਬਣਾ ਕੇ, ਜਾਂ ਬੰਦੀ ਬਣਾ ਕੇ ਤੁਹਾਡੇ ਦਰਬਾਰ ਦੇ ਵਿੱਚ ਪੇਸ਼ ਕਰੂੰਗਾ। ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਔਰੰਗਜ਼ੇਬ ਤੇਰਾ ਉਹ ਜਰਨੈਲ ਜਦੋਂ ਸਹੁੰ ਖਾ ਕੇ ਆਇਆ ਸੀ ਨਾ, ਮੈਂ ਉਸ 'ਤੇ ਵਾਰ ਨਹੀਂ ਕਰ ਸਕਿਆ, ਮੈਂ ਉਸ 'ਤੇ ਤੀਰ ਨਹੀਂ ਚਲਾ ਸਕਿਆ। ਕਿਉਂ? ਹੋਵੇ ਦੁਸ਼ਮਣ ਸਹੁੰ ਖਾਧੀ ਹੋਵੇ ਕਿ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢਣਾ ਅਤੇ ਗੁਰੂ ਸਾਹਿਬ ਕਹਿਣ ਮੈਂ ਉਸ 'ਤੇ ਤੀਰ ਨਹੀਂ ਚਲਾ ਸਕਿਆ। ਪਾਤਸ਼ਾਹ ਇਸ ਦਾ ਜਵਾਬ ਵੀ ਜ਼ਫਰਨਾਮੇ 'ਚ ਦਿੰਦੇ ਨੇ। ਕਹਿੰਦੇ ਨੇ ਕਿ ਤੇਰੇ ਉਸ ਜਰਨੈਲ ਦਾ ਨਾਂ ਸੀ ਖਵਾਜ਼ਾ ਖਿਜ਼ਰ ਮਹਿਮੂਦ ਅਲੀ ਖਾਂ, ਜਿਹੜਾ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਦਾ ਸਕਾ ਭਰਾ ਸੀ। ਔਰੰਗਜ਼ੇਬ ਦਾ 7000 ਮਨਸਬਦਾਰ ਸੀ। ਇਹ ਸਹੁੰ ਖਾ ਕੇ ਆਇਆ ਸੀ ਮਲੇਰੀਆ ਪਠਾਨ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਗੁਰੂ ਸਾਹਿਬ ਦਾ ਸਿਰ ਵੱਢਣਾ। ਘੋੜੇ 'ਤੇ ਸਵਾਰ ਹੋ ਕੇ ਚਮਕੌਰ ਦੀ ਗੜੀ ਵੱਲ ਵੱਧ ਰਿਹਾ, ਉੱਧਰੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕਮਾਨ ਦੇ ਵਿੱਚ ਲੈ ਕੇ ਤੀਰ ਨੂੰ ਜਦੋਂ ਕੰਧ ਤੱਕ ਖਿੱਚਿਆ ਨਾ, ਇਹ ਘੋੜੇ ਤੋਂ ਉਤਰਿਆ ਅਤੇ ਦੌੜ ਕੇ ਕੰਧ ਦੇ ਉੱਲੇ ਹੋ ਗਿਆ। ਅਤੇ ਪਾਤਸ਼ਾਹ ਨੇ ਸ਼ਬਦ ਵਰਤਿਆ ਔਰੰਗਜ਼ੇਬ ਨੂੰ ਕਿ ਆ ਖਵਾਜ਼ਾ ਮਰਦੂਦ ਸਾਇਆ ਦੀਵਾਰ, ਤੇਰਾ ਖਵਾਜ਼ਾ ਮਰਦੂਦ, ਮਰਦੂਦ ਦਾ ਭਾਵ ਹੈ ਰੱਦ ਕੀਤਾ ਹੋਇਆ, ਲਾਂਤੀ, ਜਿਹੜਾ ਜਰਨੈਲ ਕਸਮ ਖਾ ਕੇ ਆਇਆ ਸੀ ਨਾ ਗੁਰੂ ਦਾ ਸਿਰ ਵੱਢਣਾ, ਅਤੇ ਕਹਿੰਦਾ ਗੁਰੂ ਦਾ ਸਿਰ ਵੇਖ ਕੇ ਹੀ ਕੰਧ ਦੇ ਉੱਲੇ ਹੋ ਗਿਆ ਕਿ ਆ ਖਵਾਜ਼ਾ ਮਰਦੂਦ ਸਾਇਆ ਦੀਵਾਰ, ਬਾ ਮੈਦਾਨਾ ਆਮਦ ਬਾ ਮਰਦਾਨਾ ਵਾਰ। ਉਹ ਮਰਦਾਂ ਵਾਂਗੂ ਮੈਦਾਨੇ ਜੰਗ 'ਚ ਮੇਰੇ ਸਾਹਮਣੇ ਨਹੀਂ ਆਇਆ, ਮੈਂ ਹੈਰਾਨ ਹਾਂ। ਪਿਤਾ ਦੀ ਸ਼ਹਾਦਤ, ਪੁੱਤਰਾਂ ਦੀ ਸ਼ਹਾਦਤ, ਮਾਤਾ ਦੀ ਸ਼ਹਾਦਤ, ਤਖਤ ਗਿਆ, ਤਾਜ ਗਿਆ, ਰਾਜ ਗਿਆ, ਬਾਜ ਗਿਆ, ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਬਾਨ ਦੇ ਉੱਪਰ ਅਫਸੋਸ ਸ਼ਬਦ ਨਹੀਂ ਹੈ। ਜ਼ਫਰਨਾਮੇ 'ਚ ਇੱਕ ਜਗ੍ਹਾ 'ਤੇ ਲਿਖਦੇ ਨੇ, ਮੈਨੂੰ ਅਫਸੋਸ ਹੈ। ਇਸੇ ਸ਼ੇਰ ਦਾ ਅਗਲਾ ਸ਼ੇਰ, ਆ ਖਵਾਜ਼ਾ ਮਰਦੂਦ ਸਾਇਆ ਦੀਵਾਰ ਬਾ ਮੈਦਾਨਾ ਆਮਦ ਬਾ ਮਰਦਾਨਾ ਵਾਰ। ਦਰੇਗਾ, ਅਫਸੋਸ, ਦਰੇਗਾ ਅਗਰ ਰੂਏ ਊ ਦੀਦ ਮੇ,
ਕਿਤੇ ਤੇਰਾ ਜਰਨੈਲ ਮਰਦਾਂ ਵਾਂਗੂ ਮੇਰੇ ਸਾਹਮਣੇ ਆਉਂਦਾ ਨਾ, ਬਾ ਯੱਕ ਤੀਰ ਲਾਚਾਰ ਬਖਸ਼ੀ ਦਵੇ ਅਤੇ ਮੈਂ ਆਪਣੇ ਕਮਾਨ ਦੇ ਵਿੱਚੋਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਪਰ ਮੈਂ ਇਸ ਕਰਕੇ ਵਾਰ ਨਹੀਂ ਕੀਤਾ ਕਿ ਜਿਹੜਾ ਦੁਸ਼ਮਣ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਲੜ ਹੀ ਨਹੀਂ ਸਕਦਾ, ਗੁਰੂ ਗੋਬਿੰਦ ਸਿੰਘ ਉਹਦੇ 'ਤੇ ਵਾਰ ਕਰ ਹੀ ਨਹੀਂ ਸਕਦਾ। ਜਿਹੜਾ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਨਹੀਂ ਲੜਦਾ, ਗੁਰੂ ਸਾਹਿਬ ਕਹਿੰਦੇ ਮੈਂ ਉਸ ਮਰਦ ਦੇ ਉੱਪਰ ਵਾਰ ਨਹੀਂ ਕਰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਮਰਦੂਦ, ਰੱਦ ਕੀਤਾ ਹੋਇਆ, ਲਾਂਤੀ, ਮੈਂ ਉਸਨੂੰ ਬਹਾਦਰ ਨਹੀਂ ਗਿਣਦਾ। ਹੁਣ ਉੱਥੇ ਸ਼ਬਦ ਹੈ ਬੀੜਾ ਚੁੱਕਣਾ, ਇਸਲਾਮ ਦੀ ਪਰੰਪਰਾ ਹੈ। ਜਦੋਂ ਇਸਲਾਮ ਦਾ ਬਾਦਸ਼ਾਹ ਤਖ਼ਤ 'ਤੇ ਬੈਠਦਾ ਹੈ, ਖਬਰ ਮਿਲਦੀ ਹੈ ਕਿ ਉਹਦਾ ਕੋਈ ਦੁਸ਼ਮਣ ਬਾਗੀ ਹੈ, ਉਸੇ ਵੇਲੇ ਆਪਣੇ ਕਾਜ਼ੀ ਨੂੰ ਕਹਿੰਦਾ ਹੈ ਕਾਜ਼ੀ ਸਾਹਿਬ ਬੀੜਾ ਲੈ ਕੇ ਆਓ। ਇੱਕ ਤਸ਼ਤਰੀ ਦੇ ਵਿੱਚ, ਇੱਕ ਟਰੇ ਦੇ ਵਿੱਚ ਇੱਕ ਬਾਦਸ਼ਾਹ ਦੀ ਸ਼ਾਹੀ ਤਲਵਾਰ ਰੱਖੀ ਜਾਂਦੀ ਹੈ ਅਤੇ ਇੱਕ ਤੰਬਾਕੂ ਦਾ ਬੀੜਾ ਰੱਖਿਆ ਜਾਂਦਾ ਹੈ, ਤੰਬਾਕੂ ਦਾ ਬੀੜਾ ਰੱਖਿਆ ਜਾਂਦਾ ਹੈ। ਅਤੇ ਜਿੰਨੇ ਵੀ ਜਰਨੈਲ ਖੜ੍ਹੇ ਹੁੰਦੇ ਨੇ ਨਾ, ਉਹ ਸਾਰਿਆਂ ਜਰਨੈਲਾਂ ਦੇ ਅੱਗੇ ਉਹ ਟਰੇ, ਉਹ ਤਸ਼ਤਰੀ ਘੁਮਾਈ ਜਾਂਦੀ ਹੈ ਅਤੇ ਜਿਹੜਾ ਵੀ ਜਰਨੈਲ ਆਪਣੇ ਆਪ ਨੂੰ ਬਹਾਦਰ ਸਮਝਦਾ, ਉਹ ਤਲਵਾਰ ਨੂੰ ਹੱਥ 'ਚ ਫੜ ਕੇ ਸਿਜਦਾ ਕਰਦਾ ਹੈ ਅਤੇ ਬੀੜਾ ਮੂੰਹ ਦੇ ਵਿੱਚ ਪਾ ਲੈਂਦਾ ਹੈ। ਵੀ ਬੀੜਾ ਤਾਂ ਪਿਆਰੇ ਉਹ ਤੰਬਾਕੂ ਦਾ ਹੁੰਦਾ ਸੀ, ਗੁਰਸਿੱਖਾਂ ਨੂੰ ਚੁਕਾਈ ਜਾਂਦੇ ਹਾਂ। ਇਹਦਾ ਮਤਲਬ ਇਨਫੋਰਮੇਸ਼ਨ ਤਾਂ ਹੈ ਸਾਨੂੰ ਕਿ ਬੀੜਾ ਚੁੱਕਿਆ, ਬੀੜਾ ਹੈ ਕਿਸ ਚੀਜ਼ ਦਾ, ਤੰਬਾਕੂ ਦਾ, ਅਸੀਂ ਬਾਬਾ ਦੀਪ ਸਿੰਘ ਨੂੰ ਚੁਕਾ ਦਿੰਦੇ। ਮੈਂ ਕਿਤਾਬਾਂ ਦੇ ਵਿੱਚ ਲਿਖਿਆ ਪੜ੍ਹਿਆ, ਕਿਤਾਬਾਂ ਸਿੱਖਾਂ ਦੀਆਂ ਕਿਤਾਬਾਂ 'ਚ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਬੀੜਾ ਚੁੱਕਿਆ। ਬਈ ਕਿੱਥੇ ਚਲੀ ਗਈ ਸਾਡੀ ਸੁਰਤ? ਕਿਉਂ ਨਹੀਂ ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਗਿਆਨ ਲੈਣ ਦੀ ਕੋਸ਼ਿਸ਼ ਕਰਦੇ? ਕਿਉਂ ਨਹੀਂ ਜਦੋਂ ਕਿਸੇ ਸ਼ਬਦ ਨੂੰ ਪੜ੍ਹਦੇ ਉਸ ਸ਼ਬਦ ਦਾ ਪਿਛੋਕੜ ਕੀ ਹੈ, ਅਸੀਂ ਉਸ ਦੀ ਖੋਜ ਕਿਉਂ ਨਹੀਂ ਕਰਦੇ, ਅਸੀਂ ਉਸ ਦੀ ਭਾਲ ਕਿਉਂ ਨਹੀਂ ਕਰਦੇ? ਹੁਣ ਤੁਸੀਂ ਵੇਖੋ ਸਾਡੀ ਉਹ ਪਰੰਪਰਾ ਜਿਹਦੇ ਵਿੱਚ ਤੰਬਾਕੂ ਨੂੰ ਬੱਜਰ ਕਰਹਿਤ ਦੇ ਵਿੱਚ ਸ਼ਾਮਿਲ ਕੀਤਾ ਹੋਵੇ, ਅਸੀਂ ਗੁਰਸਿੱਖਾਂ ਦੇ ਨਾਵਾਂ ਦੇ ਨਾਲ ਜੋੜ ਦਿੰਦੇ। ਇੱਥੋਂ ਤੱਕ ਕਿ ਕੋਈ ਮਹਾਂਪੁਰਸ਼ ਸੇਵਾ ਵੀ ਕਰਾ ਰਿਹਾ ਹੁੰਦਾ, ਜੀ ਫਲਾਣੇ ਮਹਾਂਪੁਰਸ਼ਾਂ ਨੇ, ਫਲਾਣੇ ਬਾਬਾ ਜੀ ਨੇ ਇਸ ਇਮਾਰਤ ਦੀ ਸੇਵਾ ਕਰਾਉਣ ਦਾ ਬੀੜਾ ਚੁੱਕਿਆ। ਅਕਸਰ ਇਹ ਸ਼ਬਦ ਸਟੇਜਾਂ ਤੋਂ ਵਰਤੇ ਜਾਂਦੇ ਨੇ, ਲਿਖਤਾਂ 'ਚ ਵਰਤੇ ਜਾਂਦੇ ਨੇ, ਕਦੀ ਖਿਆਲ ਹੀ ਨਹੀਂ ਕੀਤਾ ਕਿ ਬਿਹਾਈਂਡ ਦਾ ਸੀਨ ਕੀ ਹੈ। ਇੱਕ ਅੰਗਰੇਜ਼ੀ ਫਲਸਫੇ ਦੀ ਬੜੀ ਵੱਡੀ ਗੱਲ ਹੈ, ਡੀਕੰਸਟਰਕਟ ਦਾ ਵਰਡ ਯੂ ਵਿਲ ਫਾਈਂਡ ਦਾ ਪਾਸਟ ਸਟਰਕਚਰ। ਜਦੋਂ ਵੀ ਕੋਈ ਸ਼ਬਦ ਸੁਣਦੇ ਹੋ ਨਾ ਨਵਾਂ, ਉਹਦੀ ਖੋਜ ਜ਼ਰੂਰ ਕਰੋ ਕਿ ਇਸ ਸ਼ਬਦ ਦੇ ਪਿੱਛੇ ਕੋਈ ਨਾ ਕੋਈ ਪਿਛੋਕੜ ਜ਼ਰੂਰ ਹੋਵੇਗਾ। ਜਦੋਂ ਤੁਸੀਂ ਪਿਛੋਕੜ ਦੀ ਖੋਜ ਕੀਤੇ ਬਿਨਾਂ ਉਸ ਸ਼ਬਦ ਦੀ ਵਰਤੋਂ ਕਰਦੇ ਹੋ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹੋ, ਅਰਥ ਰਹਿ ਹੀ ਨਹੀਂ ਜਾਂਦੇ, ਅਨਰਥ ਹੋ ਜਾਂਦੇ ਨੇ। ਔਰ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਹੋ ਰਹੇ ਨੇ, ਜੇ ਮੈਂ ਕਹਾਂ ਤਾਂ ਸੂਤਕ ਤੋਂ ਲੈ ਕੇ ਪਾਤਕ ਤੱਕ, ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ, ਐਸੇ ਸ਼ਬਦ, ਐਸੇ ਕਰਮਕਾਂਡ, ਐਸੇ ਵਿਚਾਰਧਾਰਕ ਪੱਖ ਸਾਡੀ ਜ਼ਿੰਦਗੀ 'ਚ ਜੁੜ ਗਏ ਨੇ ਜਿਨ੍ਹਾਂ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ ਸੀ। ਅੱਜ ਕਿਤੇ ਸਾਡੇ ਘਰਾਂ 'ਚੋਂ ਸੂਤਕ ਖਤਮ ਹੋ ਗਿਆ? ਨਹੀਂ ਖਤਮ ਹੋਇਆ। ਉਹਨਾਂ ਘਰਾਂ ਦੇ ਵਿੱਚੋਂ ਖਤਮ ਨਹੀਂ ਹੋਇਆ ਜਿਨ੍ਹਾਂ ਘਰਾਂ ਦੇ ਵਿੱਚ ਰੋਜ਼ ਲਾਈਵ ਆਸਾ ਦੀ ਵਾਰ ਚੱਲਦੀ ਹੈ ਅਤੇ ਰੋਜ਼ ਗੁਰੂ ਸਾਹਿਬ ਦਾ ਸ਼ਬਦ ਸਰਵਣ ਕਰਦੇ ਹਾਂ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੈ ਅਤੈ ਲੱਕੜੀ ਅੰਦਰ ਕੀੜਾ ਹੋਏ। ਵੀ ਸੂਤਕ ਔਰ ਪਾਤਕ ਤੋਂ ਤਾਂ ਕੋਈ ਘਰ ਮੁਕਤ ਹੋ ਹੀ ਨਹੀਂ ਸਕਦਾ, ਇਹ ਤਾਂ ਬ੍ਰਾਹਮਣਵਾਦ ਨੇ ਸਿਮਰਤੀਆਂ ਦੇ ਵਿੱਚ ਪੈਦਾ ਕੀਤਾ। 27 ਸਿਮਰਤੀਆਂ ਦੇ ਵਿੱਚੋਂ ਇੱਕ ਸਿਮਰਤੀ ਹੈ ਅਤੀ ਸਿਮਰਤੀ। ਅਤੀ ਸਿਮਰਤੀ ਦੇ ਵਿੱਚ ਸੂਤਕ ਦੇ ਅਰਥ ਨੇ ਪ੍ਰਸੂਤ ਤੋਂ ਬਾਅਦ, ਬੱਚੇ ਦੇ ਜਨਮ ਤੋਂ ਬਾਅਦ ਅਸ਼ੁੱਧ ਹੋਇਆ ਘਰ।
ਅਸੀਂ ਸਮਝ ਹੀ ਨਾ ਸਕੇ ਕਿ ਇਹਦਾ ਪਿਛੋਕੜ ਕੀ ਹੈ। ਹੁਣ ਖਿਆਲ ਕਰੋ, ਬੱਚੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਪ੍ਰਸੂਤ ਬੱਚੇ ਨੂੰ ਜਨਮ ਦੇਣ ਦੀ ਕਿਰਿਆ, ਘਰ ਅਸ਼ੁੱਧ ਹੋ ਜਾਂਦਾ, ਹਰ ਘਰ ਅਸ਼ੁੱਧ ਹੁੰਦਾ ਹੋਵੇਗਾ ਨਾ। ਫਿਰ ਬ੍ਰਾਹਮਣ ਦਾ ਘਰ ਜਿਹੜਾ ਉਹਦੇ ਘਰ ਦਾ ਸੂਤਕ 13 ਦਿਨ ਤੱਕ ਹੈ, ਜਿਹੜਾ ਖੱਤਰੀ ਦਾ ਉਹ 17 ਦਿਨ ਤੱਕ ਹੈ, ਜਿਹੜਾ ਸ਼ੂਦਰ ਦਾ ਉਹ 20 ਦਿਨ ਤੱਕ ਹੈ, ਅਤੇ ਜਿਹੜਾ ਵੈਸ਼ ਦਾ ਉਹ 1 ਮਹੀਨੇ ਤੱਕ ਹੈ। ਵੀ ਇਹਦਾ ਮਤਲਬ ਘਰ ਦੀ ਪਵਿੱਤਰਤਾ ਵੀ ਉਹਨਾਂ ਦੀਆਂ ਸਿਮਰਤੀਆਂ ਦੇ ਮੁਤਾਬਕ ਹੋਗੀ ਕਿ ਹੁਣ ਘਰ ਜਿਹੜਾ ਅਸ਼ੁੱਧ ਹੋ ਗਿਆ ਅਤੇ ਇਹਨੂੰ ਸ਼ੁੱਧ ਕਰਨ ਦੇ ਵਾਸਤੇ ਵਕਤ ਲੱਗੇਗਾ। ਬ੍ਰਾਹਮਣ ਦਾ ਘਰ ਪਹਿਲਾਂ ਪਵਿੱਤਰ ਕਿਉਂ ਹੋ ਜਾਂਦਾ? ਕਿਉਂਕਿ ਉਸਨੇ ਆਪਣੇ ਕਾਰਜ ਵਿਹਾਰ ਦੇ ਉੱਪਰ ਨਿਕਲਣਾ, ਉਹਨੇ ਸੂਤਕ ਨੂੰ ਫਾਲੋ ਨਹੀਂ ਕਰਨਾ। ਇੱਕ ਗਰੀਬ ਦਾ ਸੂਤਕ 30 ਦਿਨ ਕਿਉਂ ਰਹਿੰਦਾ? ਹੁਣ ਵੀ ਮੇਰੀ ਉਹ ਭੈਣੋ, ਤੁਹਾਨੂੰ ਪਤਾ ਨਾ, 1.25 ਮਹੀਨਾ ਇਹ 30 ਸਿਮ੍ਰਿਤੀ 'ਚੋਂ ਆਇਆ, 30 ਤੋਂ ਲੈ ਕੇ 45 ਦਿਨ ਤੱਕ ਦਾ ਸੂਤਕ ਕੀ? ਕਾਰੋਬਾਰ ਨਾ ਕੀਤੇ ਜਾਣਗੇ, ਸ਼ੁੱਧਰ ਗਰੀਬ ਰਹਿਣਗੇ, ਬ੍ਰਾਹਮਣ ਦੇ ਗੁਲਾਮ ਰਹਿਣਗੇ। ਪਰ ਗੁਰੂ ਪਾਤਸ਼ਾਹ ਨੇ ਕਿੰਨੀ ਵਧੀਆ ਉਦਾਹਰਣ ਦਿੱਤੀ ਕਿ ਕਿਹੜਾ ਘਰ ਹੈ ਜਿਹਦੇ ਵਿੱਚ ਲੱਕੜੀ ਨਹੀਂ, ਅਤੇ ਕਿਹੜੀ ਲੱਕੜੀ ਹੈ? ਸਾਡੇ ਘਰਾਂ 'ਚ ਘੁਣ ਲੱਗਦੇ ਨੇ, ਸਿਉਂਕ ਲੱਗਦੀ ਹੈ ਨਾ, ਅਤੇ ਉਸ ਪਰਮਾਤਮਾ ਦੇ ਵਾਸਤੇ ਤਾਂ ਸਾਰੇ ਜੀਵ ਇੱਕੋ ਜਿਹੇ ਨਾ। ਖਸਮੇ ਨਦਰੀ ਕੀੜਾ ਆਵੇ ਜੇਤੇ ਚੁੱਗੇ ਦਾਣੇ, ਉਸ ਪਰਮਾਤਮਾ ਦੇ ਵਾਸਤੇ ਤਾਂ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਇੱਕੋ ਜਿਹੇ ਨੇ ਨਾ, ਅਸੀਂ ਵੀ ਜਾਨਵਰ ਹਾਂ। ਇਹ ਗੱਲ ਵੱਖਰੀ ਹੈ ਕਿ ਪਰਮਾਤਮਾ ਨੇ ਸਾਨੂੰ ਇੱਕ ਸੋਝੀ ਦੇ ਦਿੱਤੀ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪੜੇ। ਪਰਮਾਤਮਾ ਨੇ ਮਨੁੱਖ ਨੂੰ ਇਹ 4 ਚੀਜ਼ਾਂ ਦਿਮਾਗ 'ਚ ਦੇ ਦਿੱਤੀਆਂ ਨੇ, ਚਿੱਤ, ਬੁੱਧ, ਵਿਚਾਰ ਔਰ ਆਖਰੀ ਚੀਜ਼ ਅਹੰਕਾਰ। ਬਾਕੀ ਜੀਵਾਂ ਦੇ ਕੋਲ ਇੰਨਾ ਗਿਆਨ ਨਹੀਂ ਹੈ, ਪਰ ਹੈ ਉਹ ਵੀ ਜੀਵ ਅਤੇ ਅਸੀਂ ਵੀ ਜੀਵ। ਹੁਣ ਜੇਕਰ ਲੱਕੜੀ ਦਾ ਕੀੜਾ ਜਿਹੜਾ ਉਹ ਜਨਮ ਵੀ ਦਿੰਦਾ ਹੈ ਅਤੇ ਉਹ ਲੱਕੜੀ ਦੇ ਵਿੱਚ ਮਰਦਾ ਵੀ ਹੈ, ਇਹਦਾ ਮਤਲਬ ਸੂਤਕ ਉੱਥੇ ਵੀ ਹੋ ਰਿਹਾ, ਪਾਤਕ ਉੱਥੇ ਵੀ ਹੋ ਰਿਹਾ, ਫਿਰ ਕਿਹੜਾ ਘਰ ਸ਼ੁੱਧ ਹੈ? ਜੇਕਰ ਸੂਤਕ ਮੰਨੀਏ, ਸਭ ਤਾਂ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਉਹ ਗੋਹੇ ਦੇ ਵਿੱਚ ਚਾਹੇ ਕੀੜਾ ਹੈ ਚਾਹੇ ਲੱਕੜੀ 'ਚ ਕੀੜਾ ਹੈ, ਜਨਮ ਦੀ ਕਿਰਿਆ ਉੱਥੇ ਵੀ ਚੱਲ ਰਹੀ ਹੈ, ਮਰਨ ਦੀ ਕਿਰਿਆ ਉੱਥੇ ਵੀ ਚੱਲ ਰਹੀ ਹੈ, ਫਿਰ ਕਿਤਨਾ ਅਸੀਂ ਕਹਿ ਸਕਦੇ ਹਾਂ ਕਿ ਕੋਈ ਘਰ ਸੂਤਕ ਔਰ ਪਾਕਤ ਮੁਕਤ ਹੈ? ਨਹੀਂ ਹੋ ਸਕਦਾ। ਪਰ ਅਸੀਂ ਕਦੀ ਸੋਚਿਆ ਹੀ ਨਹੀਂ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਸਮਝ ਕੇ ਤਾਂ ਵੇਖੀਏ ਕਿ ਸੂਤਕ ਨਹੀਂ ਹੋ ਸਕਦਾ, ਅਤੇ ਜੇ ਮੰਨਣਾ ਹੈ ਫਿਰ ਇੱਕ ਦਿਨ ਵੀ ਸੂਤਕ ਤੋਂ ਮੁਕਤ ਨਹੀਂ ਹੈਗਾ, ਸਭ ਤੋਂ ਸੂਤਕ ਹੋਏ, ਫਿਰ ਇੱਕ ਪਲ ਵੀ ਸੂਤਕ ਤੋਂ ਮੁਕਤ ਨਹੀਂ ਹੈ। ਘਰ ਦੇ ਵਿੱਚ ਰੋਜ਼ ਜੀਵ ਜਨਮ ਵੀ ਲੈ ਰਹੇ ਨੇ, ਕੋਕਰੋਚ, ਸਿਉਂਕ, ਘੁਣ, ਕਿੰਨੇ ਜੀਵ ਨੇ ਘਰ ਦੇ ਵਿੱਚ, ਰੋਜ਼ ਜੰਮਦੇ ਨੇ, ਰੋਜ਼ ਮਰਦੇ ਨੇ, ਅਤੇ ਫਿਰ ਤਾਂ ਹਰ ਸਮੇਂ ਹਰ ਘਰ ਦੇ ਵਿੱਚ ਸੂਚਕ ਹੈ। ਕਦੀ ਕੋਈ ਘਰ ਸੁੱਚਾ ਹੋ ਹੀ ਨਹੀਂ ਸਕਦਾ, ਕੋਈ ਸ਼ੁੱਧ ਹੋ ਹੀ ਨਹੀਂ ਸਕਦਾ। ਅਤੇ ਅਤਿ ਸਿਮ੍ਰਿਤੀ ਕਹਿੰਦੀ ਹੈ ਕਿ ਜਿਸ ਘਰ ਦੇ ਵਿੱਚ ਜਨਮ ਹੋਇਆ ਉਹ ਅਸ਼ੁੱਧ ਹੈ, ਅਤੇ ਫਿਰ ਤਾਂ ਕੋਈ ਪਵਿੱਤਰ ਹੋ ਹੀ ਨਹੀਂ ਸਕਦਾ। ਬੱਚਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਤਾਂ ਉਹਨਾਂ ਦੇ ਮੁਤਾਬਕ ਜਨੇਊ ਪਾਉਣ ਦੀ ਰਸਮ, ਸਾਡੀ ਨਹੀਂ। ਇਹ ਗੱਲ ਵੱਖਰੀ ਜੇ ਕਿ ਸਾਡੇ ਸਰੋਤਾਂ ਦੇ ਵਿੱਚ ਗੁਰੂ ਸਾਹਿਬ ਦੇ ਜਨੇਊ ਪਾਉਣ ਦਾ ਜ਼ਿਕਰ ਵੀ ਕਰ ਦਿੱਤਾ ਹੈ। ਇੱਕ ਲਿਖਾਰੀ ਨੇ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਨੇਊ ਪਾਉਣ ਦੀ ਰਸਮ ਦਾ ਜ਼ਿਕਰ ਕੀਤਾ। ਲਿਖਾਰੀ ਦਾ ਨਾਮ ਹੈ ਸੁੱਖਾ ਸਿੰਘ, ਕਿਤਾਬ ਦਾ ਨਾਮ ਹੈ ਗੁਰਬਿਲਾਸ ਪਾਤਸ਼ਾਹ ਦਸਵੀਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨੇਊ ਪਾਉਣ ਦਾ ਜ਼ਿਕਰ ਕੀਤਾ। ਕਾਰਨ, ਸਰੋਤਾਂ ਨੂੰ ਪੜ੍ਹਦੇ ਨਹੀਂ ਅਸੀਂ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਸਰੋਤਾਂ ਦੇ ਵਿੱਚ ਉਹਨਾਂ ਰਸਮਾਂ ਨੂੰ ਸਾਡੇ ਧਰਮ ਦਾ ਹਿੱਸਾ ਬਣਾਇਆ ਜਾ ਰਿਹਾ ਜਿਨ੍ਹਾਂ ਨਾਲ ਸਾਡਾ ਸੰਬੰਧ ਹੀ ਕੋਈ ਨਹੀਂ ਸੀ।
ਉਹ ਚਾਹੇ ਕੋਇਰ ਸਿੰਘ ਦਾ ਗੁਰਬਿਲਾਸ ਹੈ, ਚਾਹੇ ਸੁੱਖਾ ਸਿੰਘ ਦਾ ਗੁਰਬਿਲਾਸ ਹੈ, ਸਭ ਤੋਂ ਵੱਧ ਬ੍ਰਾਹਮਣਵਾਦ ਉਹਨਾਂ ਗ੍ਰੰਥਾਂ ਦੇ ਵਿੱਚੋਂ ਲਿਆ ਕੇ ਸਾਡੇ ਸਿਰ ਮੜ ਦਿੱਤਾ ਗਿਆ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਸੀ, ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਤਾਂ ਪੰਡਿਤ ਹਰਦਿਆਲ ਜਨੇਊ ਦੀ ਰਸਮ ਕਰਨ ਆਇਆ, ਪਰ ਉਸ ਜਨੇਊ ਦੀ ਰਸਮ ਦਾ ਇੱਕ ਬਹੁਤ ਵੱਡਾ ਪ੍ਰਤੀਰੂਪ ਤੁਹਾਡੇ ਸਾਹਮਣੇ ਹੈ। ਗੁਰੂ ਸਾਹਿਬ ਆਪਣੇ ਘਰ ਪਰਿਵਾਰ ਨੂੰ ਪਹਿਲਾਂ ਵੀ ਕਹਿ ਸਕਦੇ ਸੀ, ਆਪਣੇ ਪਿਤਾ ਜੀ ਨੂੰ ਕਹਿ ਸਕਦੇ ਸੀ ਕਿ ਪਿਤਾ ਜੀ ਮੈਂ ਇਹ ਰਸਮ ਨਹੀਂ ਕਰਨੀ, ਨਾ ਤੁਸੀਂ ਸਕੇ ਸੰਬੰਧੀ ਇਕੱਠੇ ਕਰਿਓ, ਨਾ ਤੁਸੀਂ ਪੰਡਿਤ ਨੂੰ ਬੁਲਾਇਓ, ਮੈਂ ਇਹ ਰਸਮ ਨਹੀਂ ਕਰਨੀ। ਅਕਸਰ ਅਸੀਂ ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਮ ਕੀ ਕਹਿੰਦੇ ਹਾਂ ਜੀ? ਮਹਿਤਾ ਕਾਲੂ। ਦਰਅਸਲ ਮਹਿਤਾ ਉਹਨਾਂ ਦੀ ਗੋਤ ਨਹੀਂ ਹੈ, ਮਹਿਤਾ ਇੱਕ ਅਹੁਦਾ ਹੈ ਜਿਹੜਾ ਉਸ ਸਮੇਂ ਕਾਨੂੰ ਗੋ ਦੇ ਵਾਸਤੇ ਵਰਤਿਆ ਜਾਂਦਾ ਸੀ। ਗੁਰਬਾਣੀ 'ਚ ਹੁੰਦਾ ਨਾ ਰਾਜਾ ਮਹਿਤਾ, ਰਾਜੇ ਤੋਂ ਹੇਠਲੀ ਪਦਵੀ, ਉਹਨਾਂ ਦੀ ਪਦਵੀ ਉੱਚੀ ਸੀ, ਇਸ ਕਰਕੇ ਮਹਿਤਾ ਸ਼ਬਦ ਉਹਨਾਂ ਦੇ ਨਾਲ ਲੱਗਦਾ। ਵੈਸੇ ਮਹਿਤਾ ਇੱਕ ਗੋਤ ਜ਼ਰੂਰ ਹੈ ਪਰ ਉਹਨਾਂ ਦੀ ਨਹੀਂ ਹੈ। ਮਹਿਤਾ ਕਲਿਆਣ ਦਾਸ ਪਹਿਲਾਂ ਲੱਗਦਾ ਸ਼ਬਦ, ਕਿਉਂਕਿ ਉਹ ਜ਼ਰਾਇਤੀ ਖੇਤਰ ਦੇ ਵਿੱਚ ਉਸ ਸਮੇਂ ਇੱਕ ਉੱਚਾ ਅਹੁਦਾ ਰੱਖਦੇ ਸੀ, ਇਸ ਕਰਕੇ ਮਹਿਤਾ ਸ਼ਬਦ ਦੀ ਅਸੀਂ ਵਰਤੋਂ ਉਹਨਾਂ ਦੇ ਨਾਲ ਕਰਦੇ। ਹੁਣ ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਨੂੰ ਨਹੀਂ ਕਿਹਾ ਕਿ ਪਿਤਾ ਜੀ ਮੈਂ ਇਹ ਰਸਮ ਨਹੀਂ ਕਰਨੀ। ਗੁਰੂ ਸਾਹਿਬ ਨੇ ਇੰਨੀ ਛੋਟੀ ਉਮਰ 'ਚ ਇੰਤਜ਼ਾਰ ਕੀਤਾ ਹੈ, ਕੁਟੰਬ ਕਬੀਲਾ ਸਮਾਜ ਰਿਸ਼ਤੇਦਾਰੀ ਸਾਰੇ ਜਦੋਂ ਇਕੱਠੇ ਹੋ ਕੇ ਬੈਠ ਗਏ ਨੇ, ਜਦੋਂ ਪੰਡਿਤ ਹਰਦਿਆਲ ਆ ਗਿਆ, ਕਿਉਂ ਕੀਤਾ ਉਦੋਂ? ਕਿਉਂਕਿ ਗੁਰੂ ਸਾਹਿਬ ਕੇਵਲ ਅਤੇ ਕੇਵਲ ਇਕੱਲੇ ਉਸ ਰਸਮ ਦਾ ਵਿਰੋਧ ਨਹੀਂ ਸੀ ਕਰਨਾ ਚਾਹੁੰਦੇ, ਉਹ ਸਮਾਜ ਨੂੰ ਦੱਸਣਾ ਚਾਹੁੰਦੇ ਸੀ ਕਿ ਮੈਂ ਹੀ ਨਹੀਂ, ਤੁਸੀਂ ਵੀ ਇਹਦੇ ਵਿਰੋਧ ਦੇ ਵਿੱਚ ਖੜ੍ਹੇ ਹੋ। ਗੁਰੂ ਸਾਹਿਬ ਨੇ ਜੰਜੂ ਦੀ ਰਸਮ ਦਾ ਵਿਰੋਧ ਉਦੋਂ ਕੀਤਾ ਹੈ ਜਦੋਂ ਜਨੇਊ ਦੀ ਰਸਮ ਦਾ ਜਿਹੜਾ ਸਮਾਗਮ ਘਰ ਦੇ ਵਿੱਚ ਹੋ ਰਿਹਾ ਹੈ, ਸ਼ਰੀਕਾ ਕੁਟੰਬ ਬਰਾਦਰੀ ਰਿਸ਼ਤੇਦਾਰ ਪੰਡਿਤ ਜਿੰਨੇ ਵੀ ਸੱਦੇ ਹੋਏ ਲੋਕ ਸਾਰੇ ਘਰ ਦੇ ਵਿੱਚ ਬੈਠੇ ਨੇ, ਗੁਰੂ ਸਾਹਿਬ ਉਦੋਂ ਕਹਿੰਦੇ ਨੇ ਪੰਡਿਤ ਜੀ, ਫਿਰ ਗੱਲ ਕਰਨ ਦਾ ਤਰੀਕਾ, ਪੰਡਿਤ ਜੀ ਮੈਂ ਜਨੇਊ ਪਾਉਣ ਤੋਂ ਇਨਕਾਰ ਹੀ ਨਹੀਂ, ਪਰ ਜਿਹੜਾ ਮੈਂ ਜਨੇਊ ਪਾਉਣਾ ਚਾਹੁੰਦਾ ਨਾ ਉਹ ਬਣਾ ਕੇ ਲੈ ਕੇ ਆਓ, ਇਨਕਾਰ ਹੀ ਨਹੀਂ ਆ ਪਰ ਲੈ ਕੇ ਉਹ ਆਓ ਜਿਹਦੀ ਮੈਨੂੰ ਲੋੜ ਹੈ, ਜਿਹਦੀ ਦਇਆ ਦੀ ਕਪਾਹ ਹੋਵੇ, ਜਿਹਦਾ ਸੋਧ ਸੰਤੋਖ ਦਾ ਹੋਵੇ, ਜਿਸ ਨੂੰ ਜੱਤ ਦੀਆਂ ਗੰਢਾਂ ਦਿੱਤੀਆਂ ਹੋਣ, ਜਿਸ ਨੂੰ ਸੱਤ ਦਾ ਵੱਟ ਚੜਾਇਆ ਹੋਵੇ, ਜਿਹੜਾ ਸੜਦਾ ਨਾ ਹੋਵੇ, ਜਿਹੜਾ ਗਲਦਾ ਨਾ ਹੋਵੇ, ਜਿਹੜਾ ਦਰਗਾਹ ਦੇ ਵਿੱਚ ਵੀ ਕੰਮ ਆਉਂਦਾ ਹੋਵੇ। ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਆਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲਾਗੇ ਨਾ ਇਹ ਚਲੇ ਨਾ ਜਾਏ, ਧੰਨ ਸੁਮਾਨਸ ਨਾਨਕਾ ਚਿੰਕਾ ਚੱਲੇ ਪਾਏ। ਇਹ ਗੁਰੂ ਸਾਹਿਬ ਨੇ ਉਪਦੇਸ਼ ਕਦੋਂ ਦਿੱਤਾ ਹੈ? ਜਦੋਂ ਸਾਰੀ ਲੁਕਾਈ ਇਸ ਤਰ੍ਹਾਂ ਘਰ 'ਚ ਇਕੱਠੀ ਹੋਈ ਸੀ ਕਿ ਗੁਰੂ ਸਾਹਿਬ ਦਾ ਨਿਸ਼ਾਨਾ ਇਹ ਨਹੀਂ ਸੀ ਕਿ ਕੇਵਲ ਮੈਂ ਹੀ ਇਸ ਜਿਹੜੀ ਸੰਸਾਰ ਦੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਹੀਣ ਹੀ ਰਸਮ ਹੈ, ਕਿਉਂਕਿ ਇਹਦੇ ਵਿੱਚ ਵੀ ਜਾਤ ਪਾਤ ਸੀ। ਬ੍ਰਾਹਮਣ ਦਾ ਜਨੇਊ ਵੱਖਰਾ ਹੈ, ਖੱਤਰੀ ਦਾ ਜਨੇਊ ਵੱਖਰਾ ਹੈ, ਸ਼ੂਦਰ ਦਾ ਜਨੇਊ ਵੱਖਰਾ ਹੈ, ਵੈਸ਼ ਦਾ ਜਨੇਊ ਵੱਖਰਾ ਹੈ। ਬ੍ਰਾਹਮਣ ਦਾ ਜਨੇਊ ਇੱਕ ਹੋਰ ਉਮਰ 'ਚ ਪਾਇਆ ਜਾਂਦਾ ਹੈ, ਖੱਤਰੀ ਦਾ ਹੋਰ ਉਮਰ ਦੇ ਵਿੱਚ, ਵੈਸ਼ ਦਾ ਵੱਖਰੀ ਉਮਰ ਦੇ ਵਿੱਚ, ਸ਼ੂਦਰ ਦਾ ਵੱਖਰੀ ਉਮਰ ਦੇ ਵਿੱਚ। ਧਾਗੇ ਧਾਗਿਆਂ ਦੀ ਗਿਣਤੀ ਵੀ ਵੱਖਰੀ ਹੈ ਅਤੇ ਉਮਰ ਵੀ ਵੱਖਰੀ ਹੈ, ਪਰ ਗੁਰੂ ਸਾਹਿਬ ਨੇ ਵਿਰੋਧ ਉਦੋਂ ਕੀਤਾ ਜਦੋਂ ਸਾਰਾ ਸਮਾਜ ਬੈਠਾ ਹੋਇਆ ਸੀ ਕਿ ਕੇਵਲ ਮੈਂ ਹੀ ਇਸ ਨੈਤਿਕ ਕਦਰਾਂ ਕੀਮਤਾਂ ਤੋਂ ਹੀਣੀ ਰਸਮ ਦਾ ਵਿਰੋਧ ਨਹੀਂ ਕਰਨਾ, ਮੈਂ ਸਮਾਜ ਨੂੰ ਵੀ ਜਾਗਰੂਕ ਕਰਨਾ ਹੈ। ਹੁਣ ਇਹਦੇ ਪਿੱਛੇ ਇੱਕ ਬੜਾ ਵੱਡਾ ਪਿਛੋਕੜ ਸੀ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਵੀ ਜਾਗਰੂਕ ਕੀਤਾ ਕਿ ਅਸੀਂ ਇਵੇਂ ਦੀਆਂ ਰਸਮਾਂ ਨਹੀਂ ਕਰਨੀਆਂ,
ਅਤੇ ਮਾਫ਼ ਕਰਨਾ। ਅੱਜ ਅਸੀਂ ਕਿਹੜੀਆਂ ਰਸਮਾਂ ਨੇ ਜਿਹੜੀਆਂ ਛੱਡ ਦਿੱਤੀਆਂ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੱਚੇ ਦੇ ਜਨਮ ਤੋਂ ਲੈ ਕੇ ਪਰਿਵਾਰ ਦੇ ਵਿੱਚ ਹੋਈ ਕਿਸੇ ਮੌਤ ਤੱਕ ਸਾਡੀਆਂ ਸਾਰੀਆਂ ਰਸਮਾਂ ਉਹ ਨੇ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਵਰਜਿਆ ਸੀ, ਜਿਨ੍ਹਾਂ ਦੇ ਬਾਰੇ ਅਸੀਂ ਰਹਿਤ ਮਰਿਆਦਾ 'ਚ ਪੜ੍ਹ ਸਕਦੇ ਹਾਂ, ਪਰ ਉਹਦਾ ਪਿਛੋਕੜ ਪਤਾ ਨਾ ਹੋਣ ਕਰਕੇ ਅਸੀਂ ਉਹਨੂੰ ਛੱਡਣ ਨੂੰ ਤਿਆਰ ਨਹੀਂ, ਕਿਉਂਕਿ ਪਿਛੋਕੜ ਨਹੀਂ ਪਤਾ। ਅਸੀਂ ਕਹਿੰਦੇ ਕੋਈ ਨਹੀਂ, ਪਰਿਵਾਰਕ ਗੱਲ ਹੈ, ਚੱਲੀ ਆ ਰਹੀ ਹੈ, ਨਾਨਕੇ ਗੁੱਸੇ ਕਿਉਂ ਕਰਨੇ ਨੇ, ਦਾਦਕੇ ਗੁੱਸੇ ਕਿਉਂ ਕਰਨੇ ਨੇ, ਜੋ ਚੱਲਦਾ ਇਹਨੂੰ ਚੱਲਦਾ ਰਹਿਣ ਦਿਓ। ਪਰ ਇਹ ਸਮੱਸਿਆ ਤਾਂ ਗੁਰੂ ਸਾਹਿਬ ਦੇ ਸਾਹਮਣੇ ਵੀ ਤਾਂ ਸੀ, ਇਹ ਤਾਂ ਗੁਰੂ ਸਾਹਿਬ ਦੇ ਸਾਹਮਣੇ ਵੀ ਸੀ। ਪਰ ਜ਼ਿੰਦਗੀ ਹੈ ਕੀ, ਇਹਨੂੰ ਤਾਂ ਸਮਝੀਏ ਕਿ ਜ਼ਿੰਦਗੀ ਹੈ ਕੀ ਅਤੇ ਕਿੰਨੀ ਕੁ ਹੈ। ਮੈਂ ਜੇ ਕਹਾਂ ਕਿ ਜ਼ਿੰਦਗੀ ਦੀ ਪਰਿਭਾਸ਼ਾ ਕੀ ਹੈ, ਅਤੇ ਜਿਹੜੇ ਚਾਰ ਅੱਖਰ ਲਿਖਣ ਵਾਲੇ ਵੀਰ ਨੇ ਨਾ, ਉਹ ਕਿਤਾਬਾਂ ਦੀਆਂ ਕਿਤਾਬਾਂ ਲਿਖ ਦੇਣਗੇ। ਪਰ ਜੇ ਮੈਂ ਗੁਰੂ ਸਾਹਿਬ ਨੂੰ ਪੁੱਛਾਂ ਨਾ ਕਿ ਪਾਤਸ਼ਾਹ ਜ਼ਿੰਦਗੀ ਕੀ ਹੈ, ਅਤੇ ਪਾਤਸ਼ਾਹ ਇੰਨੇ ਥੋੜ੍ਹੇ ਸ਼ਬਦਾਂ ਦੇ ਵਿੱਚ ਇੰਨਾ ਵੱਡਾ ਫਲਸਫਾ ਦੱਸ ਦਿੰਦੇ ਨਾ, ਕਹਿੰਦੇ ਨੇ ਆਇਆ ਗਿਆ ਮੂਆ ਨਾ। ਆਇਆ ਸੰਸਾਰ ਦੇ ਵਿੱਚ ਤੁਸੀਂ ਕਹਿ ਦਿੱਤਾ ਕਿ ਜੰਮ ਪਿਆ ਹੈ, ਚਲਾ ਗਿਆ ਅਤੇ ਕਹਿ ਦਿੱਤਾ ਮੂਆ ਹੈ, ਆਉਣ ਤੋਂ ਲੈ ਕੇ ਜਾਣ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ, ਇਹ ਤਾਂ ਜ਼ਿੰਦਗੀ ਹੈ। ਔਰ ਹੈ ਵੀ ਕੀ, ਆਇਆ ਗਿਆ ਮੂਆ ਨਾ। ਇਹ ਤਾਂ ਥੋੜ੍ਹੇ ਸ਼ਬਦਾਂ 'ਚ ਜ਼ਿੰਦਗੀ ਨੂੰ ਸਮਝਾ ਸਕਦਾ ਕੋਈ, ਕਿ ਆਉਣ ਤੋਂ ਲੈ ਕੇ ਜਾਣ ਤੱਕ ਦਾ ਜਿਹੜਾ ਸਮਾਂ ਹੈ, ਜਿਹੜਾ ਟਾਈਮ ਪੀਰੀਅਡ ਹੈ, ਉਹੀ ਜ਼ਿੰਦਗੀ ਹੈ। ਔਰ ਗੁਰੂ ਸਾਹਿਬ ਨੇ ਅਗਲੀ ਗੱਲ ਬਗੜੀ ਵੱਖਰੀ ਕਰ ਦਿੱਤੀ, ਪਿੱਛੇ ਪੱਤਲ ਸਦੀਏ ਕਾਂ। ਮੂਆ ਬੰਦਾ ਮਰ ਗਿਆ, ਅਤੇ ਕਾਵਾਂ ਨੂੰ ਆਵਾਜ਼ਾਂ ਮਾਰਦੇ ਆ ਪੱਤਲ ਦੇ ਵਿੱਚ ਖੀਰ ਰੱਖ ਕੇ, ਪਿੱਛੇ ਪੱਤਲ ਸਦੀਏ ਕਾਂ। ਜਦੋਂ ਅਸੀਂ ਸਰੋਤਾਂ ਦੇ ਵਿੱਚ ਇਸ ਦੇ ਅਰਥ ਪੜ੍ਹਦੇ ਹਾਂ ਤਾਂ ਮਹਿਜ਼ ਇੰਨਾ ਕੁ ਕਹਿ ਕੇ ਅੱਗੇ ਲੰਘ ਜਾਂਦੇ ਹਾਂ ਕਿ ਇੱਕ ਬ੍ਰਾਹਮਣਵਾਦੀ ਰਸਮ ਹੈ, ਗੁਰੂ ਸਾਹਿਬ ਨੇ ਇਸ ਰਸਮ ਤੋਂ ਰੋਕਿਆ। 2012 ਦੇ ਵਿੱਚ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਦੇ ਉੱਪਰ ਖੋਜ ਕਰ ਰਿਹਾ ਸੀ, ਅਤੇ ਕੁਦਰਤਨ ਅਰਧ ਕੁੰਭ ਦਾ ਮੇਲਾ ਸੀ, ਮੈਨੂੰ ਉਸ ਤ੍ਰਿਵੇਣੀ ਦੇ ਸਥਾਨ ਦੇ ਉੱਪਰ ਜਾਣ ਦਾ ਮੌਕਾ ਮਿਲ ਗਿਆ, ਅਤੇ ਮੈਂ ਵੇਖ ਕੇ ਹੈਰਾਨ ਰਹਿ ਗਿਆ ਕਿ ਸੱਚਮੁੱਚ ਗੁਰੂ ਸਾਹਿਬ ਨੂੰ ਇਸ ਜਗ੍ਹਾ ਦੇ ਉੱਪਰ ਇਹ ਸ਼ਬਦ ਕਿਉਂ ਉਚਾਰਨਾ ਪਿਆ। ਜਿਹੜੀਆਂ ਬੀਬੀਆਂ ਦੇ ਪਤੀ ਜਵਾਨ ਅਵਸਥਾ ਦੇ ਵਿੱਚ ਦੁਨੀਆ ਤੋਂ ਚਲੇ ਜਾਂਦੇ ਨੇ, ਬ੍ਰਾਹਮਣਾਂ ਨੇ ਉਹਨਾਂ ਨੂੰ ਇੱਕ ਵਹਿਮ ਪਾ ਦਿੱਤਾ ਹੈ। ਉਹ ਵਹਿਮ ਕੀ ਪਾ ਦਿੱਤਾ ਹੈ ਕਿ ਜੇਕਰ ਤੁਸੀਂ ਤ੍ਰਿਵੇਣੀ ਦੇ ਅਸਥਾਨ ਦੇ ਉੱਪਰ ਆ ਕੇ ਪੱਤਲ ਦੇ ਵਿੱਚ ਖੀਰ ਰੱਖ ਕੇ ਬੈਠੋਗੇ ਨਾ, ਤਾਂ ਤੁਹਾਡਾ ਪਤੀ ਕਾਂ ਦੀ ਜੂਨ ਦੇ ਵਿੱਚ ਪਿਆ ਹੈ, ਅਤੇ ਜੇ ਉਹ ਕਾਂ ਦੀ ਜੂਨ ਦੇ ਵਿੱਚ ਪਿਆ, ਤੁਹਾਡਾ ਪਤੀ ਤੁਹਾਡੀ ਉਸ ਪੱਤਲ ਦੇ ਵਿੱਚੋਂ, ਥਾਲੀ ਦੇ ਵਿੱਚੋਂ ਖੀਰ ਦਾ ਇੱਕ ਦਾਣਾ ਵੀ ਲੈ ਜਾਵੇ ਨਾ, ਤਾਂ ਉਹ ਇੱਕ ਸਾਲ ਵਾਸਤੇ ਤ੍ਰਿਪਤ ਹੋ ਜਾਵੇਗਾ ਤੁਹਾਡਾ ਪਿੱਤਰ। ਹੁਣ ਇੱਥੇ ਗੁਰੂ ਸਾਹਿਬ ਕਹੇ ਨੇ ਆਇਆ ਗਿਆ ਮੂਆ ਨਾਉ, ਪਿੱਛੇ ਪੱਤਲ ਸਦੀਏ ਕਾਉ। ਕਾਵਾਂ ਨੂੰ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ, ਕਿਉਂ? ਕਿਉਂਕਿ ਉੱਥੇ ਥਾਲੀ ਲੈ ਕੇ ਬੈਠਣ ਦੇ ਵਾਸਤੇ ਵੀ ਪਹਿਲਾਂ ਬ੍ਰਾਹਮਣ ਨੂੰ ਪੈਸੇ ਦੇਣੇ ਪੈਂਦੇ ਨੇ। ਇੱਕ ਰੁਜ਼ਗਾਰ ਹੈ ਤੁਹਾਡੇ ਕੋਲ, ਸਾਰਿਆਂ ਦੇ ਕੋਲ ਸਮਾਰਟਫੋਨ ਨੇ, ਆਈਫੋਨ ਨੇ, ਸਾਰਿਆਂ ਕੋਲ ਚੰਗੇ ਗੈਜ਼ਟ ਨੇ, ਕਿਤੇ ਇਸ ਚੀਜ਼ ਦੀ ਖੋਜ ਕਰਿਓ। ਇੱਕ ਤੁਹਾਨੂੰ ਵੀਡੀਓ ਮਿਲੇਗੀ ਸੁਰਿੰਦਰ ਸ਼ਰਮਾ ਦੀ, ਹਿੰਦੂ ਵਿਦਵਾਨ ਹੈ ਪਰ ਉਸਨੇ ਬੜਾ ਵਧੀਆ ਕਟਾਕਸ਼ ਕੀਤਾ ਇਸ ਦੇ ਉੱਪਰ, ਸੁਣਨਾ ਚਾਹੀਦਾ ਸਾਨੂੰ। ਕਹਿੰਦਾ ਕਿ ਦੋ ਬੀਬੀਆਂ ਥਾਲੀ ਦੇ ਵਿੱਚ ਖੀਰ ਰੱਖ ਕੇ ਬੈਠੀਆਂ ਨੇ, ਨੌਜਵਾਨ ਉਮਰ ਦੇ ਵਿੱਚ ਦੋਵੇਂ ਖੀਰ ਰੱਖ ਕੇ ਬੈਠੀਆਂ ਨੇ, ਕਾਂ ਨੂੰ ਉਡੀਕ ਰਹੀਆਂ ਨੇ, ਕਿਉਂਕਿ ਕਾਂ ਦੇ ਵਿੱਚੋਂ ਪਤੀ ਨਜ਼ਰ ਆ ਰਿਹਾ ਨਾ ਕਿ ਮੇਰਾ ਪਤੀ, ਕਾਂ ਨੂੰ ਉਡੀਕ ਰਹੀਆਂ ਨੇ ਕਿ ਕਿਹੜੇ ਵੇਲੇ ਆਵੇ ਅਤੇ ਥਾਲੀ 'ਚੋਂ ਖੀਰ ਖਾਵੇ।
ਇੱਕ ਵਾਰੀ ਕਾਂ ਨੇੜੇ ਆਇਆ, ਦੂਰ ਚਲਾ ਗਿਆ। ਅਕਸਰ ਕਾਂ ਮਨੁੱਖ ਤੋਂ ਡਰਦਾ ਵੀ ਹੈ, ਇੰਨੀ ਛੇਤੀ ਥਾਲੀ ਦੇ ਵਿੱਚੋਂ ਖੀਰ ਨਹੀਂ ਖਾਂਦਾ। ਦੂਜੀ ਵਾਰੀ ਵੀ ਚਲਾ ਗਿਆ, ਤੀਜੀ ਵਾਰੀ ਵੀ ਦੂਰ ਚਲਾ ਗਿਆ। ਹਾਰ ਕੇ ਅੱਕ ਕੇ ਇੱਕ ਦੂਜੀ ਨੂੰ ਕਹਿੰਦੀ ਹੈ, ਬਿੱਟੂ ਦੇ ਪਾਪਾ ਮਰ ਤੇ ਗਏ ਨੇ, ਰੋਟੀ ਅਜੇ ਵੀ ਟਾਈਮ ਨਾਲ ਨਹੀਂ ਖਾਂਦੇ। ਇਹ ਸਾਡੀ ਮਾਨਸਿਕਤਾ ਜੇ ਅੱਜ ਵੀ। ਉਹ ਕਹਿੰਦਾ ਜੇ ਆਇਆ ਹੀ ਆਇਆ ਅਤੇ ਆਇਆ ਪਹਿਲੀ ਦੀ ਥਾਲੀ ਦੇ ਵੱਲ, ਅਤੇ ਇੱਕਦਮ ਮੁੜ ਕੇ ਦੂਜੀ ਦੀ ਥਾਲੀ ਦੇ ਵਿੱਚੋਂ ਚੌਲ ਲੈ ਕੇ ਚਲਾ ਗਿਆ, ਅਤੇ ਉੱਚੀ ਉੱਚੀ ਰੋਣ ਲੱਗ ਗਈ, ਹਾਏ ਮੈਂ ਮਰ ਜਾਵਾਂ, ਅਜੇ ਵੀ ਗਵਾਂਢਣ ਘਰੋਂ ਰੋਟੀ ਖਾਣ ਜਾਣੋਂ ਨਹੀਂ ਹਟਦੇ। ਅਸੀਂ ਕਿੱਥੇ ਬੈਠੇ ਹਾਂ, ਕਿਹੜੀ ਸਦੀ ਦੇ ਵਿੱਚ ਹਾਂ, ਵੀ ਜਦੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇਹਨਾਂ ਕਰਮ ਕਾਂਡਾਂ 'ਚੋਂ, ਇਹਨਾਂ ਪਖੰਡਾਂ 'ਚੋਂ, ਇਹਨਾਂ ਵਹਿਮਾਂ 'ਚੋਂ ਕੱਢ ਦਿੱਤਾ, ਪਰ ਸਾਡੇ ਮਨ ਦੇ ਵਿੱਚ ਇਹ ਬਣੇ ਹੋਏ ਨੇ। ਕਰਮਕਾਂਡ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ, ਪਰ ਕਰਮਕਾਂਡ ਦਾ ਆਪਣਾ ਆਧਾਰ ਕੀ ਹੈ? ਸ਼ਾਸਤਰਾਂ ਦੇ ਵਿੱਚ ਜਿਹੜੀ ਕਰਮ ਫਿਲਾਸਫੀ ਹੈ ਕਿ ਤੁਸੀਂ ਇੱਥੇ ਕੁਛ ਕਰੋਗੇ, ਉੱਪਰ ਤੁਹਾਨੂੰ ਕੀ ਮਿਲੇਗਾ, ਇਹਨੂੰ ਕਰਮ ਫਿਲਾਸਫੀ ਕਿਹਾ ਜਾਂਦਾ ਹੈ। ਗੁਰਬਾਣੀ ਦੇ ਵਿੱਚ ਕਰਮ ਫਿਲਾਸਫੀ ਇਵੇਂ ਦੀ ਨਹੀਂ ਹੈ। ਗੁਰਬਾਣੀ ਦੇ ਵਿੱਚ ਹੈ ਕਿ ਚੰਗੇ ਕਰਮ ਕਰਨੇ ਨੇ, ਅਤੇ ਆਪਣੇ ਚੰਗੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਤੁਸੀਂ ਪਰਮਾਤਮਾ ਦੇ ਨੇੜੇ ਜਾਂ ਦੂਰ ਹੋ ਸਕਦੇ ਹੋ। ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਤੁਸੀਂ ਆਪ ਚੰਗੇ ਕਰਮ ਕਰਨੇ ਨੇ, ਪਰ ਗੁਰਬਾਣੀ ਇਸ ਗੱਲ ਨੂੰ ਪ੍ਰਵਾਨਗੀ ਨਹੀਂ ਦਿੰਦੀ ਕਿ ਕੋਈ ਮਾੜੇ ਕਰਮ ਕਰਕੇ ਮਰ ਗਿਆ ਅਤੇ ਤੁਸੀਂ ਕਾਵਾਂ ਨੂੰ ਖੀਰ ਖਵਾ ਕੇ ਉਹਦੇ ਕਰਮ ਚੰਗੇ ਕਰ ਸਕਦੇ ਹੋ। ਗੁਰਮਤਿ ਇਸ ਗੱਲ ਨੂੰ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਕਿ ਤੁਸੀਂ ਆਪ ਚੰਗੇ ਰਾਹ ਦੇ ਉੱਪਰ, ਚੰਗੇ ਮਾਰਗ ਦੇ ਉੱਪਰ ਚੱਲਣਾ, ਅਤੇ ਉਹਨਾਂ ਚੰਗੇ ਕਰਮਾਂ ਦੇ ਕਰਕੇ ਤੁਸੀਂ ਜਾਂ ਪਰਮਾਤਮਾ ਦੇ ਨੇੜੇ ਹੋ ਜਾਂ ਦੂਰ ਹੋ। ਬੁਰੇ ਕਰਮ ਕਰੋਗੇ ਤੁਸੀਂ ਦੂਰ ਹੋ, ਚੰਗੇ ਕਰਮ ਕਰੋਗੇ ਪਰਮਾਤਮਾ ਦੇ ਨੇੜੇ ਹੋ। ਅਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੀਤੇ ਹੋਏ ਕਰਮਾਂ ਦੇ ਸਦਕਾ। ਪਰ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਬਿਲਕੁਲ ਉਹ ਬ੍ਰਾਹਮਣਵਾਦੀ ਕਰਮ ਫਿਲਾਸਫੀ ਦੇ ਵਿੱਚ ਲੈ ਕੇ ਚਲੇ ਗਏ। ਕਦੀ ਸੋਚਿਆ ਹੀ ਨਹੀਂ ਪਾਤਸ਼ਾਹ ਨੇ ਕਿੰਨੇ ਉੱਚੇ ਉਪਦੇਸ਼ ਸਾਨੂੰ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਪਹਿਲੇ ਪ੍ਰਚਾਰਕ ਦੌਰੇ 'ਤੇ ਨਿਕਲੇ, ਲਾਹੌਰ ਪਹੁੰਚੇ, ਲਾਹੌਰ ਦੁਨੀ ਚੰਦ ਨਾਮ ਦਾ ਸੇਠ, ਘਰ ਦੇ ਵਿੱਚ ਬੜੀ ਚਹਿਲ ਪਹਿਲ, ਬੜੇ ਮਹਿਮਾਨ, ਬੜੇ ਸ਼ਮਿਆਨੇ ਲੱਗੇ ਹੋਏ ਨੇ, ਅਤੇ ਉੱਥੇ ਫਿਰ ਗੁਰੂ ਸਾਹਿਬ ਨੇ ਮਰਦਾਨੇ ਨੂੰ ਇੱਕ ਸਵਾਲ ਕੀਤਾ, ਮਰਦਾਨਾ ਕਿਸ ਦਾ ਗ੍ਰਹਿ ਹੈ? ਇਸ ਦਾ ਜ਼ਿਕਰ ਸਾਨੂੰ ਪੁਰਾਤਨ ਜਨਮ ਸਾਖੀ 'ਚ ਮਿਲਦਾ ਹੈ। ਮਰਦਾਨਾ ਕਿਹਦਾ ਘਰ ਹੈ? ਇੰਨੀ ਚਹਿਲ ਪਹਿਲ, ਇੰਨੇ ਮਹਿਮਾਨ, ਇੰਨੇ ਲੋਕ, ਇੰਨਾ ਬ੍ਰਹਮ ਭੋਜ। ਮਰਦਾਨੇ ਨੇ ਪਤਾ ਕਰਕੇ ਆ ਕੇ ਦੱਸਿਆ, ਪਾਤਸ਼ਾਹ ਦੁਨੀ ਚੰਦ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਹ ਇਸ ਅੱਸੂ ਦੇ ਮਹੀਨੇ ਦੇ ਵਿੱਚ ਸ਼ਰਾਧ ਕਰ ਰਿਹਾ। ਚਾਰ ਤਰ੍ਹਾਂ ਦੇ ਸ਼ਰਾਧ ਹੁੰਦੇ ਨੇ ਜਿਹੜੇ ਸ਼ਾਸਤਰਾਂ ਦੇ ਅਨੁਸਾਰ ਨੇ, ਪੁਰਾਣਾਂ ਦੇ ਅਨੁਸਾਰ ਨੇ। ਨਿੱਤਿਆ ਸ਼ਰਾਧ, ਪਾਰਵਣ ਸ਼ਰਾਧ, ਮਹਾਲਿਆ ਸ਼ਰਾਧ ਅਤੇ ਕੁਸ਼ਿਆ ਸ਼ਰਾਧ। ਪਰ ਇਹ ਨਾ ਸਮਝਿਓ ਕਿ ਅਸੀਂ ਨਹੀਂ ਕਰਦੇ, ਕਰਦੇ ਅਸੀਂ ਵੀ ਜੇ। ਗੁਰੂ ਸਾਹਿਬ ਦੀ ਗੱਲ ਨੂੰ ਅਸੀਂ ਮੰਨਿਆ ਨਹੀਂ, ਕਰਦੇ ਜ਼ਰੂਰ ਜੇ। ਅਸੀਂ ਸ਼ਰਾਧਾਂ ਤੋਂ ਦੂਰ ਨਹੀਂ ਗਏ, ਅਸੀਂ ਤਰੀਕਾ ਬਦਲ ਲਿਆ ਸ਼ਰਾਧ ਕਰਨ ਦਾ, ਤਰੀਕਾ ਬਦਲ ਲਿਆ ਸੀ। ਹੁਣ ਗੁਰੂ ਸਾਹਿਬ ਗਏ ਦੁਨੀ ਚੰਦ ਦੇ ਘਰ ਅਤੇ ਦੁਨੀ ਚੰਦ ਨੂੰ ਜਾ ਕੇ ਪੁੱਛਦੇ ਨੇ, ਦੁਨੀ ਚੰਦ ਕੀ ਕਰ ਰਹੇ ਹਾਂ? ਪਾਤਸ਼ਾਹ ਪਿਤਾ ਦੇ ਸ਼ਰਾਧ ਕੀ ਹੋਵੇਗਾ ਜੀ? ਜਿਹੜੇ ਮੈਂ ਇੱਥੇ ਬਰਤਨ, ਵਸਤਰ, ਧਨ ਅਤੇ ਅੰਨ ਪਦਾਰਥ ਪੁਰੋਹਿਤ ਜੀ ਨੂੰ ਦੇਵਾਂਗਾ, ਮੇਰੇ ਪਿਤਾ ਜੀ ਤੱਕ ਪਹੁੰਚ ਜਾਣਗੇ। ਔਰ ਸ਼ਰਾਧ ਜਿਹੜੇ ਨੇ ਉਹ, ਜਿਹੜੇ ਪਾਰਵਣ ਅਤੇ ਮਹਾਲਿਆ ਸ਼ਰਾਧ ਨੇ, ਉਹਨਾਂ ਦਾ ਇੱਕ ਤਰੀਕਾ ਹੈ।
ਇੱਕ ਉਹ ਸ਼ਰਾਧ ਨੇ ਜਿਹੜੇ ਮ੍ਰਿਤਕ ਦੀ ਮੌਤ ਤੋਂ 13 ਮਹੀਨੇ ਤੋਂ ਪਹਿਲਾਂ ਪਹਿਲਾਂ ਕੀਤੇ ਜਾਂਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਆਤਮਾ ਪਿੱਤਰ ਲੋਕ 'ਚ ਜਾਂਦੀ ਹੈ ਅਤੇ ਪਿੱਤਰ ਲੋਕ ਦੇ ਦਰਵਾਜ਼ੇ 13 ਮਹੀਨੇ ਖੁੱਲ੍ਹੇ ਰਹਿੰਦੇ ਨੇ, 13 ਮਹੀਨੇ, ਉਸ ਤੋਂ ਬਾਅਦ ਦਰਵਾਜ਼ੇ ਬੰਦ ਹੋ ਜਾਂਦੇ ਨੇ। ਫਿਰ ਉਹ ਅੱਸੂ ਦੇ ਮਹੀਨੇ 'ਚ ਇੱਕ ਮਹੀਨਾ ਖੁੱਲ੍ਹਦੇ ਨੇ ਕਿ ਜਾਂ ਤਾਂ 13 ਮਹੀਨਿਆਂ ਦੇ ਵਿੱਚ ਵਿੱਚ ਜੋ ਕੁਛ ਉੱਪਰ ਭੇਜਣਾ ਹੈ ਭੇਜ ਦਿਓ, ਅਤੇ ਜਾਂ ਫਿਰ ਅੱਸੂ ਦੇ ਮਹੀਨੇ ਇੱਕ ਮਹੀਨਾ ਖੁੱਲ੍ਹਦੇ ਨੇ। ਅਸੀਂ ਵਰੀਣਾ ਨਹੀਂ ਕਰਦੇ ਜੀ, ਸਾਡੀ ਕਿਹੜੀ ਮਰਿਆਦਾ 'ਚ ਲਿਖਿਆ ਵਰੀਣਾ? ਅਸੀਂ ਵੀ ਸੋਚਦੇ ਕਿ ਸਾਲ ਤੋਂ ਪਹਿਲਾਂ ਪਹਿਲਾਂ ਵਰੀਣਾ ਕਰ ਦਈਏ, ਬਾਪੂ ਦੇ ਵਾਸਤੇ ਬਿਸਤਰਾ, ਜੁੱਤੀ, ਬਰਤਨ, ਬਸਤਰ ਉੱਪਰ ਭੇਜ ਦਈਏ। ਕੀ ਇਹ ਸ਼ਰਾਧ ਨਹੀਂ? ਸਾਡੀ ਸਿੱਖ ਰਹਿਤ ਮਰਿਆਦਾ 'ਚ ਵਰੀਣਾ ਸ਼ਬਦ ਹੀ ਨਹੀਂ ਹੈਗਾ। ਛੋਟੀ ਜਿਹੀ ਸਾਡੀ ਲਿਖੀ ਹੋਈ ਸਿੱਖ ਰਹਿਤ ਮਰਿਆਦਾ 30-32 ਪੰਨੇ, ਅਸੀਂ ਉਹ ਪੜ੍ਹ ਕੇ ਜ਼ਿੰਦਗੀ ਨੂੰ ਸੁਧਾਰ ਨਹੀਂ ਸਕਦੇ? ਕੀ ਗੁਰੂ ਦੇ ਉੱਪਰ ਯਕੀਨ ਨਹੀਂ ਕਿ ਮਰੇ ਹੋਏ ਵਿਅਕਤੀ ਦੇ ਨਿਮਿੱਤ ਜਦੋਂ ਇੱਕ ਵਾਰੀ ਅਸੀਂ ਅੰਤਿਮ ਅਰਦਾਸ ਕਰ ਦਿੱਤੀ ਕਿ ਪਰਮਾਤਮਾ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਬਾਕੀ ਉਹਦੇ ਕਰਮਾਂ ਦੇ ਅਨੁਸਾਰ ਹੈ, ਅਸੀਂ ਵਰੀਣਾ ਕਰਦੇ? ਕਿਹੜੇ ਸਿੱਖ ਪਰਿਵਾਰ ਨੇ ਜਿਨ੍ਹਾਂ ਨੇ ਵਰੀਣਾ ਕਰਨਾ ਛੱਡ ਦਿੱਤਾ? ਪਰ ਨਹੀਂ, ਅਸੀਂ ਸੋਚਦੇ ਕਿ ਨਹੀਂ, ਸਾਲ ਤੋਂ ਪਹਿਲਾਂ ਕਰਨਾ, ਉਸ ਤੋਂ ਬਾਅਦ ਤਾਂ ਪਿੱਤਰ ਲੋਕ ਦੇ ਦਰਵਾਜ਼ੇ ਬੰਦ ਹੋ ਜਾਣੇ ਨੇ। ਫਿਰ ਪਿੱਤਰ ਲੋਕ ਇੱਕ ਤਰ੍ਹਾਂ ਦਾ ਟ੍ਰਾਂਜ਼ਿਟ ਬਣਾਇਆ ਹੋਇਆ, ਜਿੱਥੇ 13 ਮਹੀਨੇ ਜਿਹੜੀ ਆਤਮੇ ਦੀ ਆਤਮਾ ਰਹਿੰਦੀ ਹੈ, ਉਸ ਤੋਂ ਬਾਅਦ ਉੱਥੋਂ ਫਲਾਈਟਾਂ ਜਾਂਦੀਆਂ ਨੇ, ਜਿਹਦੀ ਨਰਕ ਦੀ ਹੈ ਨਰਕ ਨੂੰ ਚਲੇਗੀ, ਜਿਹਦੀ ਸਵਰਗ ਦੀ ਹੈ ਸਵਰਗ ਨੂੰ ਚਲੇਗੀ। ਉਹ ਇੱਕ ਤਰ੍ਹਾਂ ਦਾ ਟ੍ਰਾਂਜ਼ਿਟ ਬਣਾ ਦਿੱਤਾ ਉਹਨਾਂ ਸਾਡੇ ਸਾਹਮਣੇ। ਦੁਨੀ ਚੰਦ ਨੂੰ ਗੁਰਦੇਵ ਪਾਤਸ਼ਾਹ ਉਪਦੇਸ਼ ਦੇਣ ਦੇ ਵਾਸਤੇ ਬੜਾ ਵਧੀਆ ਤਰੀਕਾ ਵਰਤਦੇ ਨੇ, ਇੱਕ ਸੂਈ ਕੱਢ ਕੇ ਦੇ ਦਿੰਦੇ ਨੇ। ਦੁਨੀ ਚੰਦ, ਜਿਹੜਾ ਪੁਰੋਹਿਤ ਤੇਰੇ ਘਰ ਆਵੇਗਾ ਨਾ, ਆਹ ਸੂਈ ਦੇ ਦੇਵੀਂ, ਉਸਨੂੰ ਕਹਿ ਦੇਵੀਂ ਕਿ ਮੈਂ ਉੱਪਰ ਜਾ ਕੇ ਆਪੇ ਵਾਪਸ ਲੈ ਲਵਾਂਗਾ, ਪਿੱਤਰ ਲੋਕ ਤੱਕ ਪੰਡਿਤ ਪਹੁੰਚਾ ਦੇਵੇ, ਅੱਗੇ ਮੈਂ ਆਪੇ ਵਾਪਸ ਲੈ ਲਵਾਂਗਾ। ਇਹ ਕਹਿ ਕੇ ਗੁਰੂ ਸਾਹਿਬ ਤਾਂ ਚਲੇ ਗਏ। ਜਦੋਂ ਪੁਰੋਹਿਤ ਜੀ ਘਰ ਆਏ, ਰਾਸ਼ਨ ਪਾਣੀ ਛਕਿਆ, ਅਤੇ ਜਦੋਂ ਮਹਾਂਮੁਕਤੀ ਮੰਤਰ ਦੇਣ ਲੱਗੇ ਤਾਂ ਦੁਨੀ ਚੰਦ ਨੇ ਸੂਈ ਕੱਢ ਕੇ ਅੱਗੇ ਰੱਖ ਦਿੱਤੀ। ਪਾਤਸ਼ਾਹ, ਮੇਰੇ ਘਰ ਇੱਕ ਮਹਾਤਮਾ ਆਏ ਸੀ, ਆਹ ਸੂਈ ਦੇ ਗਏ ਸੀ, ਕਹਿੰਦੇ ਸੀ ਮੈਂ ਉੱਪਰ ਜਾ ਕੇ ਆਪੇ ਵਾਪਸ ਲੈ ਲਵਾਂਗਾ। ਹੁਣ ਪੁਰੋਹਿਤ ਜੀ ਦੇ ਪੈਰਾਂ ਹੇਠੋਂ ਦੇ ਜ਼ਮੀਨ ਨਿਕਲ ਗਈ ਕਿ ਧਨ, ਬਰਤਨ, ਬਸਤਰ, ਅੰਨ, ਇਹ ਤਾਂ ਮੇਰੇ ਘਰ ਜਾਣਾ, ਸੂਈ ਦਾ ਮੈਂ ਕੀ ਕਰਾਂ? ਨਹੀਂ ਜੀ, ਸੂਈ ਉੱਪਰ ਨਹੀਂ ਜਾ ਸਕਦੀ। ਇਹ ਕਹਿ ਕੇ ਉਹ ਤਾਂ ਚਲੇ ਗਏ, ਅਤੇ ਦੁਨੀ ਚੰਦ ਦੀ ਪਤਨੀ ਕਹਿੰਦੀ ਹੈ ਹੁਣ ਇਸ ਸੂਈ ਦਾ ਕੀ ਕਰਨਾ ਹੈ? ਜਿਹੜੇ ਮਹਾਤਮਾ ਦੇ ਕੇ ਗਏ ਸੀ ਉਹਨਾਂ ਨੂੰ ਵਾਪਸ ਦੇ ਦੇਣੀ ਚਾਹੀਦੀ ਹੈ। ਦੁਨੀ ਚੰਦ ਉਹ ਸੂਈ ਲੈ ਕੇ ਜਿੱਥੇ ਗੁਰੂ ਨਾਨਕ ਸਾਹਿਬ ਬਾਹਰ ਬੈਠੇ ਨੇ ਵਾਪਸ ਦੇਣ ਗਿਆ, ਅਤੇ ਪਾਤਸ਼ਾਹ ਪੁੱਛਦੇ ਨੇ ਦੁਨੀ ਚੰਦ ਆ ਗਿਆ? ਹਾਂ ਪਾਤਸ਼ਾਹ। ਕਿਉਂ, ਹੁਣ ਕੀ ਕਰਨਾ ਹੈ? ਪਾਤਸ਼ਾਹ, ਤੁਹਾਡੀ ਸੂਈ ਵਾਪਸ ਦੇਣ ਆਇਆ। ਪਾਤਸ਼ਾਹ ਕਹਿੰਦੇ ਕੀ ਗੱਲ, ਤੇਰੇ ਇੰਨੇ ਬਰਤਨ, ਬਸਤਰ, ਜੁੱਤੀਆਂ, ਧਨ, ਅੰਨ, ਇਹ ਸਭ ਕੁਝ ਉੱਪਰ ਚਲੇਗਾ, ਇੱਕ ਛੋਟੀ ਜਿਹੀ ਸੂਈ ਕਿਉਂ ਨਹੀਂ ਜਾ ਸਕਦੀ? ਨਹੀਂ ਪਾਤਸ਼ਾਹ, ਪੁਰੋਹਿਤ ਕਹਿੰਦਾ ਉਹ ਨਹੀਂ ਜਾ ਸਕਦੀ। ਅਸੀਂ ਵੀ ਕੋਸ਼ਿਸ਼ ਤਾਂ ਕਰਦੇ ਹਾਂ, ਭੇਜ ਦਈਏ, ਬਸ ਇਹ ਸੱਚ ਹੈ ਨਾ, ਕੋਸ਼ਿਸ਼ ਤਾਂ ਅਸੀਂ ਵੀ ਕਰਦੇ ਮਰੀਨੇ ਤੱਕ ਕਿ ਉੱਪਰ ਭੇਜ ਦਈਏ ਕੁਛ ਨਾ ਕੁਛ। ਪਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਨਾ, ਰੋਜ਼ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਪਰ ਮੰਨਦੇ ਨਹੀਂ। ਗੁਰੂ ਸਾਹਿਬ ਨੇ ਕਿੰਨੀ ਪਿਆਰੀ ਉਦਾਹਰਨ ਦਿੱਤੀ ਦੁਨੀ ਚੰਦ ਨੂੰ, ਕਹਿੰਦੇ ਦੁਨੀ ਚੰਦ ਮੰਨ ਲਾ ਕਿਸੇ ਚੋਰ ਦੇ ਪਿਤਾ ਦੀ ਮੌਤ ਹੋ ਜਾਵੇ, ਜੇ ਮਹਾਕਾ ਘਰ ਮੂਏ। ਮਹਾਕਾ ਕਹਿੰਦੇ ਨੇ ਚੋਰ ਨੂੰ, ਕਹਿੰਦੇ ਜੇ ਚੋਰ ਦੇ ਪਿਤਾ ਦੀ ਮੌਤ ਹੋ ਜਾਵੇ ਉਹਦਾ ਵੀ ਜੀ ਕਰੇਗਾ ਨਾ, ਕਿ ਜਿੱਥੇ ਬਾਕੀਆਂ ਦੇ ਬਾਪੂ ਉੱਤੇ ਬੈਠੇ ਖੀਰ ਅਤੇ ਰਸਗੁੱਲੇ ਗੁਲਾਬ ਜਾਮੁਨ ਖਾਣ ਦੇ ਨੇ, ਮੇਰਾ ਬਾਪੂ ਭੁੱਖਾ ਕਿਉਂ ਰਵੇ? ਉਹ ਵੀ ਘਰ ਦੇ ਵਿੱਚ ਪੁਰੋਹਿਤ ਨੂੰ ਬੁਲਾਵੇਗਾ, ਘਰ ਮੈਂ ਪਿੱਤਰੀ ਦੇ, ਉਹ ਵੀ ਘਰ ਦੇ ਵਿੱਚ ਪਿੱਤਰਾਂ ਦੀ ਪੂਜਾ ਦੇ ਵਾਸਤੇ ਬਰਤਨ, ਬਸਤਰ, ਧਨ ਸਭ ਕੁਝ ਅਰਪਿਤ ਕਰੇਗਾ। ਅਤੇ ਪਾਤਸ਼ਾਹ ਕਹਿੰਦੇ ਨੇ ਜੇ ਕਿਤੇ ਅਰਪਿਤ ਕੀਤੀਆਂ ਚੀਜ਼ਾਂ ਉੱਪਰ ਪਹੁੰਚਣ ਤਾਂ ਫਿਰ ਅੱਗੇ ਵਸਤ ਸਿਆਣੀਏ,
ਜਿਨ੍ਹਾਂ ਦੇ ਘਰ 'ਚੋਂ ਸਮਾਨ ਚੋਰੀ ਕੀਤਾ ਉਹਨਾਂ ਦੇ ਵੱਡੇ ਵਡੇਰੇ ਵੀ ਉੱਪਰ ਬੈਠੇ ਨੇ। ਚੋਰ ਦਾ ਕੰਮ ਚੋਰੀ ਸੀ, ਸਾਰਾ ਸਮਾਨ ਚੋਰੀ ਦਾ। ਜਿਨ੍ਹਾਂ ਦੇ ਘਰ 'ਚੋਂ ਚੋਰੀ ਕੀਤਾ ਉਹਨਾਂ ਦੇ ਵੱਡੇ ਵਡੇਰੇ ਵੀ ਬੈਠੇ, ਉਹਨਾਂ ਨੇ ਆਪਣੀਆਂ ਚੀਜ਼ਾਂ ਪਛਾਣ ਲੈਣੀਆਂ, ਅੱਗੇ ਵਸਤ ਸਜਾਣੀ ਹੈ। ਪਿੱਤਰੀ ਚੋਰ ਕਰੇ ਉਹਨਾਂ ਚੋਰ ਦਾ ਬਾਪੂ ਢਾ ਲੈਣਾ ਵੀ ਤੁਹਾਡਾ ਮੁੰਡਾ ਤਾਂ ਥੱਲੇ ਸਾਡੇ ਘਰਾਂ 'ਚੋਂ ਚੋਰੀ ਕਰਕੇ ਸਮਾਨ ਉੱਪਰ ਸਮਗਲ ਕਰੀ ਜਾਂਦਾ, ਫਿਰ ਦੋਸ਼ੀ ਕੌਣ ਹੈ? ਵੱਡੀਏ ਹੱਥ ਦਲਾਲ ਕੇ। ਪੁਰੋਹਿਤ ਜੀ, ਚੋਰੀ ਦਾ ਮਾਲ ਮਾਤ ਲੋਕ ਤੋਂ ਉੱਪਰ ਲੋਕ ਨੂੰ ਸਮਗਲਿੰਗ ਕਰੀ ਜਾਂਦੇ ਨੇ, ਪਰ ਪਾਤਸ਼ਾਹ ਕਹਿੰਦੇ ਨਹੀਂ, ਇੰਜ ਨਹੀਂ ਹੋਵੇਗਾ। ਨਾਲ ਤੁਹਾਡੇ ਕੀ ਜਾਵੇਗਾ? ਨਾਨਕ ਅੱਗੇ ਸੇ ਮਿਲੇ ਜਿਹੇ ਖੱਟੇ ਕਾਲੇ ਦੇ। ਤੁਹਾਡਾ ਆਪਣਾ ਗੁਰੂ ਦੇ ਨਾਲ ਜੁੜਨਾ ਅਤੇ ਗੁਰਮਤਿ ਦੀ ਵਿਚਾਰਧਾਰਾ ਦੇ ਵਿੱਚੋਂ ਜੀਵਨ ਦੀ ਸੋਝੀ ਲੈ ਕੇ ਜੀਵਨ ਨੂੰ ਬਦਲ ਲੈਣਾ, ਜੀਵਨ ਦੇ ਵਿੱਚ ਇੱਕ ਤਬਦੀਲੀ ਲੈ ਆਉਣੀ, ਇਹ ਚੀਜ਼ਾਂ ਤਾਂ ਤੁਹਾਡੇ ਨਾਲ ਜਾ ਸਕਦੀਆਂ ਨੇ। ਪਾਤਸ਼ਾਹ ਨੇ ਕਿਹਾ ਸ਼ਰਾਧ ਕਰੋ, ਬਾਣੀ ਦੇ ਵਿੱਚ ਗੁਰਦੇਵ ਪਾਤਸ਼ਾਹ ਦੀ ਭਗਤ ਬਾਣੀ ਦੇ ਵਿੱਚ ਕਿਹਾ ਹੈ, ਕਹਿੰਦੇ ਸ਼ਰਾਧ ਕਰੋ ਉਹ ਜਿਉਂਦਿਆਂ ਦੇ ਕਰੋ। ਜੀਵਤ ਪਿੱਤਰ ਨਾ ਮਾਨੇ ਕਹੂ ਮੋਏ ਸ਼ਰਾਧ ਕਰਾਹੀ, ਪਿੱਤਰ ਵੀ ਵਪਰੇ ਕਹਾ ਕਿ ਉਹ ਪਾਵੇ ਕਊਆ ਕੁੱਕਰ ਖਾਈ। ਮੜਬੀਆਂ ਦੇ ਵਿੱਚ ਚੌਥੇ ਵਾਲੇ ਦਿਨ ਜਿਹੜੀਆਂ ਰੋਟੀਆਂ ਰੱਖ ਕੇ ਆਉਂਦੇ ਹੋ, ਕਿਤੇ ਕਾਂ ਖਾ ਜਾਂਦੇ ਨੇ, ਕਿਤੇ ਕੁੱਤੇ ਖਾ ਜਾਂਦੇ ਨੇ, ਉਹ ਜਿਉਂਦਿਆਂ ਤੇ ਮਾਂ ਬਾਪ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਦੇ, ਤੇ ਮਰਨ ਤੋਂ ਬਾਅਦ ਮੂੰਹ ਖੋਲ੍ਹ ਕੇ ਦੇਸੀ ਘਿਓ ਵੀ ਪਾਉਂਦੇ ਹੋ। ਜੇ ਸ਼ਰਾਧ ਕਰਨੇ ਤੇ ਜਿਉਂਦਿਆਂ ਦੇ ਕਰੋ, ਕਰੋ ਜਿਉਂਦਿਆਂ ਦੇ ਕਰੋ। ਜੀਵਤ ਪਿੱਤਰ ਨਾ ਮਾਨੇ ਕੂ, ਜਿਉਂਦਿਆਂ ਦੇ ਮਾਂ ਬਾਪ ਨੂੰ ਪਾਣੀ ਦਾ ਘੁੱਟ ਨਾ ਦਿੱਤਾ, ਤੇ ਮਰਨ ਤੋਂ ਬਾਅਦ ਉੱਪਰੋਂ ਗਿਰੀਆਂ ਛੁਆਰੇ ਬੜਾ ਕੁਝ ਸੁੱਟਿਆ ਜਾਂਦਾ, ਕਿ ਉਹ ਪਹੁੰਚ ਰਹੇ ਨੇ? ਨਹੀਂ, ਅਸੀਂ ਤੇ ਬ੍ਰਾਹਮਣਵਾਦ 'ਚੋਂ ਅਜੇ ਤੱਕ ਨਿਕਲੇ ਹੀ ਨਹੀਂ। ਅਸੀਂ ਤਾਂ ਸੋਚਿਆ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਬ੍ਰਾਹਮਣਵਾਦ ਦੀਆਂ ਕੜੀਆਂ ਸਾਡੇ ਪੈਰਾਂ 'ਚੋਂ ਤੋੜੀਆਂ ਸੀ ਨਾ, ਅਸੀਂ ਫਿਰ ਇਕੱਠੀਆਂ ਕਰ ਕਰਕੇ ਜੋੜਨੀਆਂ ਵੀ ਕਿਹੜਾ ਸਾਡਾ ਸੰਸਕਾਰ ਹੈ ਜਿਹੜਾ ਅਜੇ ਤੱਕ ਗੁਰਮਤ ਮਰਿਆਦਾ ਦੇ ਅਨੁਸਾਰ ਹੈ। ਵਿਆਹ ਹੁੰਦਾ, ਬੱਚਾ ਤਿਆਰ ਹੋ ਰਿਹਾ ਹੁੰਦਾ, ਇੱਕ ਨਾਲ 5 ਸਾਲ ਦਾ ਬੱਚਾ ਤਿਆਰ ਕਰ ਦਿੱਤਾ ਜਾਂਦਾ, ਇਹ ਕੀ ਹੈ ਜੀ? ਸਰਬਾਲਾ। ਵੀ ਕਿਸੇ ਨੂੰ ਪਿਛੋਕੜ ਦਾ ਪਤਾ ਹੈ? ਕਿਹੜਾ ਘਰ ਹੈ ਜਿੱਥੇ ਸਰਬਾਲੇ ਨਹੀਂ ਬਣਦੇ? ਕਿਹੜਾ ਵਿਆਹ ਹੈ ਜਿਹਦੇ 'ਚ ਸਰਬਾਲੇ ਨਹੀਂ ਬਣਦੇ? ਬਈ ਕਿਸੇ, ਜੇ ਤੁਹਾਨੂੰ ਪਿਛੋਕੜ ਦਾ ਪਤਾ ਹੋਵੇ ਕਿ ਇਹ ਰਸਮ ਕੀ ਹੈ, ਪਰ ਅਸੀਂ ਤਾਂ ਪੜ੍ਹਨਾ ਹੀ ਨਹੀਂ ਚਾਹੁੰਦੇ। ਕੋਈ ਸਮਾਂ ਸੀ, 17ਵੀਂ ਸਦੀ ਦੀਆਂ ਗੱਲਾਂ ਨੇ, ਕੋਈ ਸਮਾਂ ਸੀ ਬਰਾਤਾਂ ਲੁੱਟ ਲਈਆਂ ਜਾਂਦੀਆਂ ਸੀ। ਬਰਾਤ ਜਾ ਰਹੀ ਹੋਣੀ, ਉਹ ਸਾਫ ਕੀਮਤੀ ਜੇਵਰਾਤ, ਇਹਨਾਂ ਦੇ ਲਾਲਚ ਦੇ ਵਿੱਚ ਆ ਕੇ ਮੁਗਲ ਹਾਕਮਾਂ ਨੇ ਬਰਾਤਾਂ ਲੁੱਟ ਲੈਣੀਆਂ। ਕਈ ਵਾਰੀ ਲੁੱਟਮਾਰ ਇੰਨੀ ਹੋਣੀ ਕਿ ਉਸ ਲੁੱਟਮਾਰ ਦੇ ਵਿੱਚ ਵਿਆਹ ਵਾਲਾ ਲਾੜਾ ਵੀ ਮਾਰਿਆ ਜਾਣਾ। ਹੁਣ ਜਿਹੜੀ ਘਰ ਬੈਠੀ ਬੱਚੀ, ਉਹ ਤਾਂ ਕੀ ਕਸੂਰ? ਅੱਜ ਤਾਂ ਵੇਖਾ ਵਿਖਾਈ ਹੋ ਜਾਂਦੀ ਹੈ, ਰਿੰਗ ਸੈਰਾਮਨੀ ਹੋ ਜਾਂਦੀ ਹੈ, ਕਿੰਨੀਆਂ ਰਸਮਾਂ ਹੋ ਜਾਂਦੀਆਂ, ਪਰ ਉਹਨਾਂ ਸਮਿਆਂ ਦੇ ਉੱਤੇ ਕੋਈ ਵੇਖਾ ਵਿਖਾਈ ਨਹੀਂ ਸੀ। ਬੱਚੀ ਘਰ ਬੈਠੀ ਵਿਧਵਾ ਮੰਨ ਲਈ ਜਾਂਦੀ ਸੀ ਕਿ ਇਹਦਾ ਘਰ ਵਾਲਾ ਮਾਰਿਆ ਗਿਆ, ਅਤੇ ਬੱਚੀ ਨੇ ਘਰ ਵਾਲੇ ਨੂੰ ਵੇਖਿਆ ਵੀ ਨਹੀਂ ਸੀ ਹੁੰਦਾ। ਸੋ ਜਿਹੜੀ ਸੰਸਕ੍ਰਿਤ ਦੀ ਭਾਸ਼ਾ, ਉਹਦੇ 'ਚ ਲੜਕੇ ਨੂੰ ਕਿਹਾ ਜਾਂਦਾ ਵਰ ਔਰ ਲੜਕੀ ਨੂੰ ਕਿਹਾ ਜਾਂਦਾ ਬਾਲਾ, ਵਰ ਔਰ ਬਾਲਾ। ਬੜੇ ਸਿਆਣੇ ਜਿਹੜੇ ਲੋਕ ਸੀ ਨਾ, ਉਹਨਾਂ ਨੇ ਇੱਕ ਤਰਕੀਬ ਕੱਢੀ। ਉਹਨਾਂ ਨੇ ਕਿਹਾ ਕਿ ਲੜਕੇ ਦੀ ਮਾਸੀ ਦਾ, ਮਾਮੇ ਦਾ, ਚਾਚੇ ਦਾ ਜਾਂ ਭੂਆ ਦਾ ਜਿਹੜਾ ਹਮ ਉਮਰ ਪੁੱਤਰ ਹੈ ਨਾ, ਉਹਨੂੰ ਵੀ ਬਰਾਤ ਦੇ ਪਿੱਛੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰਕੇ ਰੱਖਿਆ ਜਾਵੇ, ਅਤੇ ਜੇ ਕਿਤੇ ਵਰ ਦਾ ਕਤਲ ਹੋ ਜਾਵੇ ਉਸ ਮੁੱਠ ਭਿੜ ਦੇ ਵਿੱਚ, ਅਤੇ ਉਹਦੀ ਜਗ੍ਹਾ ਦੇ ਉੱਪਰ ਫਿਰ ਬੱਚੀ ਦਾ ਵਿਆਹ ਉਹਦੇ ਭਰਾ ਦੇ ਨਾਲ, ਜਿਹੜਾ ਮਸੇਰਾ ਜਾਂ ਚਚੇਰਾ ਭਰਾ ਹੋਵੇ, ਉਹਨੂੰ ਕਰ ਦਿੱਤਾ ਜਾਵੇ। ਇਸ ਵਰ ਔਰ ਬਾਲਾ ਦੇ ਉੱਪਰ ਜਿਹੜਾ ਸਬਸਟੀਟਿਊਟ ਬਣਾਇਆ ਜਾਂਦਾ ਸੀ, ਉਹਨੂੰ ਸਰਬਾਲਾ ਕਿਹਾ ਜਾਂਦਾ ਸੀ। ਵੀ ਹੁਣ 5 ਸਾਲ ਦੇ ਬੱਚੇ ਦੇ ਗਲ 'ਚ ਪਾ ਕੇ ਹਾਰ 'ਤੇ ਫੜਾ ਕੇ ਕਿਰਪਾਨ ਕਹਿੰਦੇ ਸਰਬਾਲਾ। ਵੀ ਰਸਮ ਦਾ ਪਿਛੋਕੜ ਪਤਾ ਹੈ ਕਿੱਥੋਂ ਆਈ ਹੈ, ਕਿੱਥੇ ਜੋੜ ਲਈ, ਕਿੱਥੇ ਬਣਾ ਲਈ? ਸਾਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ।
ਹੋਰ ਤੇ ਹੋਰ ਬੱਚਾ ਤਿਆਰ ਰਿਹਾ ਹੁੰਦਾ, ਚਾਰ ਕੁ ਜਾਣੀਆਂ ਸੁਰਮਾ ਪਾ ਕੇ ਕਾਹਲੀਆਂ ਹੁੰਦੀਆਂ ਨੇ, ਜੇ ਮੁੰਡੇ ਦੀਆਂ ਅੱਖਾਂ 'ਚ ਸੁਰਮਾ ਜ਼ਰੂਰ ਪਾਉਣਾ। ਕਦੀ ਕਿਸੇ ਨੇ ਵੇਖਿਆ ਕਿ ਇਹ ਸਾਡੀ ਮਰਿਆਦਾ? ਇਸਲਾਮ ਦੀ ਮਰਿਆਦਾ। ਇਸਲਾਮ ਦੇ ਵਿੱਚ ਯਕੀਨ ਕੀਤਾ ਜਾਂਦਾ ਹੈ ਕਿ ਜਦੋਂ ਹਜ਼ਰਤ ਮੂਸਾ ਨੂੰ ਪਹਿਲੀ ਵਾਰ ਖੁਦਾ ਦੇ ਦੀਦਾਰ ਹੋਏ ਨਾ, ਅਤੇ ਉਸ ਵੇਲੇ ਪਹਾੜ ਦੇ ਉੱਪਰ ਬਿਜਲੀ ਡਿੱਗੀ, ਉਹ ਜਿਹੜੀ ਬਿਜਲੀ ਸੀ ਉਹਦੇ ਡਿੱਗਣ ਦੇ ਨਾਲ ਪਹਾੜ ਦਾ ਉਹ ਹਿੱਸਾ ਸੜ ਗਿਆ। ਉਸ ਪਹਾੜ ਨੂੰ ਕਿਹਾ ਜਾਂਦਾ ਕੋਹੇ ਤੂਰ, ਤੂਰ ਪਹਾੜ, ਅਜੇ ਵੀ ਉਹ ਹੈ। ਉੱਥੋਂ ਦਾ ਹਿੱਸਾ ਕਾਲਾ ਹੈ, ਅਤੇ ਉਹ ਜਿਹੜੀ ਕਾਲੀ ਸਵਾਹ ਹੈ ਨਾ ਜਿੱਥੇ ਜ਼ਮੀਨ ਸੜੀ ਹੋਈ ਹੈ, ਉਹਨੂੰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦੇ ਵਿੱਚ ਪਾ ਲਵੇ ਨਾ ਤਾਂ ਸ਼ੈਤਾਨ ਦੀ ਨਜ਼ਰ ਹੀ ਨਹੀਂ ਲੱਗਦੀ। ਹੁਣ ਸਾਡੇ ਧਰਮ ਦੇ ਵਿੱਚ ਸ਼ੈਤਾਨ ਦਾ ਕੰਸੈਪਟ ਹੀ ਨਹੀਂ ਹੈਗਾ, ਇਹ ਜਾਂ ਈਸਾਈ ਮਤ ਦੇ ਵਿੱਚ ਹੈ ਜਾਂ ਇਸਲਾਮ ਮਤ ਦੇ ਵਿੱਚ ਹੈ ਨਜ਼ਰ ਲੱਗਣੀ ਸ਼ੈਤਾਨ ਦੀ, ਇਹ ਸਾਡੇ ਮਤ ਦੇ ਵਿੱਚ ਤਾਂ ਕੰਸੈਪਟ ਹੀ ਨਹੀਂ ਹੈਗਾ, ਸਾਡੀ ਵਿਚਾਰਧਾਰਾ ਨਹੀਂ ਹੈ, ਅਸੀਂ ਸ਼ੈਤਾਨ ਨੂੰ ਮੰਨਦੇ ਨਹੀਂ ਹਾਂ। ਇਸਲਾਮ ਦੇ ਵਿੱਚ ਹੈ, ਜੂਡਾਇਜ਼ਮ ਦੇ ਵਿੱਚ ਹੈ, ਯਹੂਦੀਆਂ ਦੇ ਵਿੱਚ ਹੈ, ਈਸਾਈਆਂ ਦੇ ਵਿੱਚ ਹੈ, ਸਾਡੇ ਤਾਂ ਸ਼ੈਤਾਨ ਦੀ ਕੋਈ ਗੱਲ ਹੀ ਨਹੀਂ ਹੈਗੀ। ਇਹ ਇਸਲਾਮ ਦੀ ਪਰੰਪਰਾ ਹੈ। ਕਿਤੇ ਤੁਹਾਨੂੰ ਬੁੱਲੇ ਸ਼ਾਹ ਨੂੰ ਪੜ੍ਹਨ ਦਾ ਮੌਕਾ ਮਿਲੇ, ਬੜੀ ਪਿਆਰੀ ਗੱਲ ਕਰਦਾ, ਕਹਿੰਦਾ ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ, ਲੋਕੀ ਫਿਰ ਵੀ ਸੀਸ ਨਵਾਉਂਦੇ, ਕਹਤੂਰ ਪਹਾੜ ਦਾ ਸੁਰਮਾ ਵੀ ਕਾਲਾ, ਲੋਕੀ ਨੈਣਾਂ ਵਿੱਚ ਵਸੀਂਦੇ। ਕਾਹਦੇ ਕਰਕੇ ਕਹਤੂਰ ਪਹਾੜ ਦਾ ਸੁਰਮਾ? ਕਿਉਂਕਿ ਇਸਲਾਮ ਦੀ ਰਸਮ ਹੈ ਕਿ ਸੁਰਮਾ ਪਾਉਣ ਦੇ ਨਾਲ ਨਜ਼ਰ ਨਹੀਂ ਲੱਗੇਗੀ। ਅਸੀਂ ਛੋਟੇ ਛੋਟੇ ਬੱਚਿਆਂ 'ਤੇ ਵੀ ਟਿੱਕੇ ਲਾ ਦਿੰਦੇ ਕਾਲੇ ਰੰਗ ਦੇ, ਕਿਤੇ ਨਜ਼ਰ ਨਾ ਲੱਗ ਜਾਵੇ, ਵੀ ਸਾਡੀ ਗੁਰਮਤਿ ਵਿਚਾਰਧਾਰਾ ਤਾਂ ਇਸ ਗੱਲ ਨੂੰ ਮੰਨਦੀ ਨਹੀਂ। ਅਤੇ ਹੁਣ ਸਾਇੰਸਦਾਨ ਵੀ ਕਹਿ ਰਹੇ ਨੇ ਕਿ ਜਿੰਨਾ ਰਸਾਇਣਾਂ ਦੇ ਨਾਲ ਸੁਰਮਾ ਤਿਆਰ ਕੀਤਾ ਜਾ ਰਿਹਾ ਬੱਚਿਆਂ ਦੀਆਂ ਅੱਖਾਂ ਦੇ ਵਾਸਤੇ ਵਿਨਾਸ਼ਕਾਰੀ ਹੈ, ਅਸੀਂ ਫਿਰ ਵੀ ਪਾਉਣੋਂ ਨਹੀਂ ਹਟਦੇ। ਹੁਣ ਜੇ ਕੁਛ ਲੋਕਾਂ ਨੇ ਛੱਡਿਆ ਹੈ ਨਾ, ਅਤੇ ਵਿਚਾਰਧਾਰਾ ਨੂੰ ਪੜ੍ਹ ਕੇ ਨਹੀਂ ਛੱਡਿਆ, ਸਾਇੰਸਦਾਨਾਂ ਨੂੰ ਪੜ੍ਹ ਕੇ ਛੱਡਿਆ ਕਿ ਨਹੀਂ ਜੀ ਸੁਰਮਾ ਪਾਉਣ ਦੇ ਨਾਲ ਅੱਖਾਂ ਜਿਹੜੀਆਂ ਨੇ ਇਹਦੇ ਰਸਾਇਣਿਕ ਤੱਤ ਜਿਹੜੇ ਨੇ ਉਹ ਖਰਾਬ ਕਰਦੇ ਨੇ, ਕੋਈ ਮਰਕਰੀ ਵਗੈਰਾ ਇਹਦੇ 'ਚ ਪਾਇਆ ਜਾ ਰਿਹਾ। ਪਰ ਕਿਉਂ ਇਹ ਰਸਮਾਂ ਕਿਉਂ ਨੇ ਸਾਡੇ ਵਿੱਚ? ਕਿਉਂਕਿ ਅਸੀਂ ਵਿਚਾਰਧਾਰਾ ਨੂੰ ਨਹੀਂ ਪੜ੍ਹਦੇ। ਔਰ ਕਈ ਵਾਰੀ ਤਾਂ ਇੰਝ ਹੁੰਦਾ ਹੈ ਕਿ ਕਿਸੇ ਬਹੁਤ ਬੁਰੇ ਕਰਮ ਨੂੰ ਰੋਕਣ ਦੇ ਵਾਸਤੇ ਵੀ ਇੱਕ ਵਹਿਮ ਦਾ ਆਸਰਾ ਲਿਆ ਜਾਂਦਾ। ਉਹਨਾਂ ਵਹਿਮ ਦੇ ਆਸਰਿਆਂ ਦੇ ਵਿੱਚੋਂ ਇੱਕ ਸਾਡੇ ਵਿਆਹ ਦੀ ਰਸਮ ਹੈ। ਬੱਚੀਆਂ ਜਦੋਂ ਵਿਆਹ ਹੁੰਦਾ ਹੈ ਨਾ, ਕਲੀਰੇ, ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਕਲੀਰਾ ਨਾਮ ਹੀ ਗਲਤ ਹੈ। ਸ਼ਬਦ ਹੈ ਕਲੀਅਰ, ਜਿਸ ਤਰ੍ਹਾਂ ਤੁਸੀਂ ਪੰਜਾਬੀ 'ਚ ਲਿਖਦੇ ਹੋ ਅੜੀਅਲ, ਜਿਸ ਤਰ੍ਹਾਂ ਤੁਸੀਂ ਲਿਖਦੇ ਹੋ ਫਨੀਅਰ, ਇਹ ਪੜ੍ਹਨ ਦੇ ਵਿੱਚ ਅਸਲੀ ਸ਼ਬਦ ਹੈ ਕਲੀਅਰ। ਕਲੀਅਰ ਇੱਕ ਪਿੰਡ ਦਾ ਨਾਮ ਹੈ, ਔਰ ਇਹ ਪਿੰਡ ਹਰਿਦੁਆਰ ਤੋਂ ਤਕਰੀਬਨ 30 ਕਿਲੋਮੀਟਰ ਦੂਰ ਹੈ। ਹੁਣ ਇਸ ਪਿੰਡ ਨੂੰ ਕਿਹਾ ਜਾਂਦਾ ਪੀਰ ਕਲੀਅਰ। ਅਤੇ ਹੁਣ ਜੇ ਮੈਂ ਤੁਹਾਨੂੰ ਦੱਸਾਂ ਕਿ ਇਹਦਾ ਇਤਿਹਾਸ ਕੀ ਹੈ, ਹਰਿਦੁਆਰ ਦੇ ਇਸ ਇਲਾਕੇ ਦੇ ਵਿੱਚ ਜਿਹੜੇ ਉੱਥੋਂ ਦੇ ਹਰਿਦੁਆਰ ਦੇ ਪੁਰੋਹਿਤ ਸੀ, ਉਹਨਾਂ ਨੇ ਬੜੇ ਵਹਿਮ ਭਰਮ ਪਾਏ ਹੋਏ ਸੀ ਕਿ ਭੂਤ ਚੰਬੜ ਜਾਂਦੇ ਨੇ, ਅਤੇ ਉਹਨੂੰ ਭੂਤ ਚੰਬੜ ਤੋਂ ਮੁਕਤ ਕੀਤਾ ਜਾ ਸਕਦਾ ਸੀ ਜਿਹੜਾ ਉਹਨਾਂ ਨੂੰ ਪੈਸੇ ਦੇ ਕੇ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਸੀ, ਇੱਕ ਪੈਸੇ ਦਾ ਸਾਧਨ ਸੀ। ਇਸ ਗੱਲ ਦਾ ਪਤਾ ਪਤਾ ਕਿਹਨੂੰ ਲੱਗਾ? ਉਸ ਨੂੰ ਲੱਗਾ ਜਿਸ ਸੂਫੀ ਫਕੀਰ ਦੀ ਬਾਣੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਬਾਬਾ ਫਰੀਦ। ਬਾਬਾ ਫਰੀਦ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਇਲਾਕੇ ਦੇ ਵਿੱਚ ਲੋਕਾਂ ਨੂੰ ਬੜਾ ਲੁੱਟਿਆ ਜਾ ਰਿਹਾ ਭੂਤਾਂ ਪ੍ਰੇਤਾਂ ਦੇ ਨਾਮ ਦੇ ਉੱਪਰ, ਲੋਕਾਂ ਦਾ ਆਰਥਿਕ ਅਤੇ ਸਮਾਜਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ। ਜਵਾਨ ਲੜਕੀਆਂ ਨੂੰ ਕੋਈ ਨਾ ਕੋਈ ਬਿਮਾਰੀ ਹੋਣੀ, ਭੂਤ ਚੰਬੜਿਆ। ਪੁਜਾਰੀ ਸਰੀਰਕ ਸ਼ੋਸ਼ਣ ਵੀ ਕਰਦੇ ਸੀ, ਮਾਨਸਿਕ ਸ਼ੋਸ਼ਣ ਵੀ ਕਰਦੇ ਸੀ, ਆਰਥਿਕ ਸ਼ੋਸ਼ਣ ਵੀ ਕਰਦੇ ਸੀ। ਉਹਨਾਂ ਨੇ ਆਪਣੇ ਇੱਕ ਚੇਲੇ ਨੂੰ ਉੱਥੇ ਭੇਜਿਆ, ਇਹਦਾ ਨਾਮ ਹੈ ਅਲਾਉਦੀਨ ਅਲੀ ਮੁਹੰਮਦ, ਇਹਦਾ ਨਾਮ ਸੀ। ਇਹਦਾ ਜਨਮ ਹੋਇਆ 1196 ਦੇ ਵਿੱਚ, ਅਤੇ 1253 ਦੇ ਵਿੱਚ ਫਰੀਦ ਸਾਹਿਬ ਨੇ ਉਸਨੂੰ ਉੱਥੇ ਭੇਜਿਆ।
ਉੱਥੇ ਜਾ ਕੇ ਇਹਨਾਂ ਨੇ ਇੱਕ ਆਪਣਾ ਡੇਰਾ ਸਥਾਪਿਤ ਕੀਤਾ। ਡੇਰਾ ਸਥਾਪਿਤ ਕਰਕੇ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕੀਤਾ, ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕੀਤਾ। ਹੁਣ ਵਹਿਮ ਤਾਂ ਦੂਰ ਕਰਨਾ ਸੀ ਨਾ ਕਿ ਭੂਤ ਪ੍ਰੇਤ ਕੀ ਨੇ, ਤੁਹਾਨੂੰ ਮੁਕਤ ਕਿਵੇਂ ਕੀਤਾ ਜਾਵੇ, ਅਜੇ ਵੀ ਅਸੀਂ ਕਿਹੜੇ ਮੁਕਤ ਹੋ ਗਏ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 24 ਵਾਰ ਭੂਤ ਸ਼ਬਦ ਆਇਆ, 24 ਵਾਰ, ਕਿਤੇ ਸਮੇਂ ਦੇ ਰੂਪ ਦੇ ਵਿੱਚ, ਕਿਤੇ ਭਸਮਾਂ ਭੂਤ ਹੁਆ ਖਿਨ ਪੀਤਰ ਸਰੀਰ ਦੇ ਰੂਪ ਦੇ ਵਿੱਚ, ਕਿਤੇ ਪੰਚ ਭੂਤ ਸੱਚ ਭੈਰ ਅਤੇ ਪੰਜ ਵਿਕਾਰਾਂ ਦੇ ਰੂਪ ਦੇ ਵਿੱਚ 24 ਵਾਰ ਭੂਤ ਸ਼ਬਦ ਆਇਆ। ਮੈਨੂੰ ਇੱਕ ਥਾਂ 'ਤੇ ਵੀ ਦੱਸ ਦਿਓ ਜਿੱਥੇ ਕਿਤੇ ਲਿਖਿਆ ਹੋਵੇ ਭੂਤ ਕਿਸੇ ਨੂੰ ਚੰਬੜਦਾ ਹੈ। ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ 24 ਵਾਰ। ਹੁਣ ਉੱਥੇ ਪੀਰ ਜੀ ਨੇ ਇੱਕ ਬੜਾ ਪਿਆਰਾ ਕੰਮ ਕੀਤਾ, ਜਿਹੜੇ ਅਲਾਹੁਦੀਨ ਅਲੀ ਮੁਹੰਮਦ ਸਾਬਰੀ ਜਿਨ੍ਹਾਂ ਦਾ ਨਾਮ ਸੀ, 1253 ਦੇ ਵਿੱਚ ਕਲੀਅਰ ਪਿੰਡ ਦੇ ਵਿੱਚ ਆਏ, ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ। ਕਹਿੰਦੇ ਮੈਂ 40 ਦਿਨ ਵਾਸਤੇ ਚਲੀਹਾ ਕੱਟਣ ਲੱਗਾ, ਮੈਂ 40 ਦਿਨ ਇੱਥੇ ਬੰਦਗੀ ਕਰਾਂਗਾ ਇਸ ਮਕਬਰੇ ਦੇ ਵਿੱਚ ਬੈਠ ਕੇ, ਅਤੇ 40 ਦਿਨਾਂ ਦੇ ਬਾਅਦ ਮੈਂ ਤੁਹਾਨੂੰ ਕੌਡੀਆਂ ਦਊਂਗਾ। ਹੁਣ ਬਜ਼ੁਰਗ ਬੀਬੀਆਂ ਨੂੰ ਯਾਦ ਆ ਗਿਆ ਹੁਣ ਕਿ ਪਹਿਲਾਂ ਮੌਲੀ ਦੇ ਨਾਲ ਕੌਡੀਆਂ ਬੰਨੀਆਂ ਜਾਂਦੀਆਂ ਸੀ, ਬੱਚੇ ਦੀ ਤੜਾਗੀ ਦੇ ਨਾਲ ਕੌਡੀਆਂ ਬੰਨੀਆਂ ਜਾਂਦੀਆਂ ਸੀ, ਮੋਢੇ ਦੇ ਉੱਪਰ ਕੌਡੀਆਂ ਬੰਨੀਆਂ ਜਾਂਦੀਆਂ ਸੀ। ਉਦੋਂ ਪੀਰ ਜੀ ਨੇ ਕਿਹਾ ਕਿ ਮੈਂ 40 ਦਿਨ ਚਲੀਹਾ ਕੱਟਣ ਤੋਂ ਬਾਅਦ ਤੁਹਾਨੂੰ ਕੌਡੀਆਂ ਦਊਂਗਾ, ਇਹਨਾਂ ਕੌਡੀਆਂ ਦੇ ਉੱਪਰ ਮੈਂ ਇੰਨੇ ਮੰਤਰ ਪੜ੍ਹੇ ਹੋਣਗੇ ਕਿ ਜਿਹੜਾ ਆਪਣੇ ਘਰ ਦੇ ਵਿੱਚ ਇਹ ਕੌਡੀ ਰੱਖ ਲਵੇਗਾ, ਬੱਚੇ ਦੇ ਬੰਨ ਲਵੇਗਾ, ਉਹਨੂੰ ਕਦੀ ਭੂਤ ਨਹੀਂ ਚੰਬੜੇਗਾ। ਉਹ ਲੋਕਾਂ ਦਾ ਵਹਿਮ ਦੂਰ ਕਰਨ ਦਾ ਤਰੀਕਾ ਸੀ। ਜਿਹੜੇ ਲੋਕ ਕਹਿੰਦੇ ਸੀ ਕਿ ਬੱਚਿਆਂ ਨੂੰ ਵਿਆਹ ਦੇ ਸਮੇਂ ਸੁਗੰਧੀਆਂ ਵਗੈਰਾ, ਹੁਣ ਵੀ ਕਹਿੰਦੇ ਨਾ ਪਰਫਿਊਮ ਲਾ ਕੇ ਮੜੀਆਂ ਵੱਲ ਨਾ ਚਾਹੀਂ ਭੂਤ ਚੰਬੜ ਜਾਣਗੇ, ਕਹਿੰਦੇ ਨਾ ਅਸੀਂ ਬੱਚਿਆਂ ਨੂੰ, ਉਦੋਂ ਵੀ ਇਹ ਵਹਿਮ ਪਾਏ ਜਾਂਦੇ ਸੀ। ਉਹਨਾਂ ਨੇ ਕਿਹਾ ਵੀ ਕੋਈ ਵੀ ਬੱਚੀ ਜਿਹੜੀ ਤੁਹਾਡੀ ਵਿਆਹ ਵਾਸਤੇ ਤਿਆਰ ਕੀਤੀ ਜਾਂਦੀ ਦੁਲਹਨ, ਉਹਦੇ ਨਾਲ ਕੌਡੀਆਂ ਬੰਨ ਦਿਓ, ਕੋਈ ਭੂਤ ਨਹੀਂ ਚੰਬੜੇਗਾ। ਸੋ ਉਹ ਬ੍ਰਾਹਮਣਵਾਦ ਦੇ ਭੂਤਾਂ ਪ੍ਰੇਤਾਂ ਤੋਂ ਮੁਕਤ ਕਰਨ ਦੇ ਵਾਸਤੇ ਪੀਰ ਜੀ ਨੇ ਉਸ ਕਲੀਅਰ ਪਿੰਡ ਦੇ ਵਿੱਚ ਉਹ ਰਸਮ ਸ਼ੁਰੂ ਕਰ ਦਿੱਤੀ। ਅਸੀਂ ਕਲੀਰੇ ਬਣਾ ਲਿਆ, ਨਾਲ ਬ੍ਰਾਹਮਣਵਾਦ ਨੇ ਆਪਣੀ ਇੱਕ ਲਾਲ ਮੌਲੀ ਜੋੜ ਲਈ, ਲਾਲ ਮੌਲੀ, ਲਾਲ ਧਾਗਾ, ਇਹਦਾ ਜ਼ਿਕਰ ਸਾਨੂੰ ਭਿਸ਼ ਪੁਰਾਣ ਦੇ ਵਿੱਚ ਮਿਲਦਾ ਹੈ। ਅਤੇ ਸਭ ਤੋਂ ਪਹਿਲੀ ਵਾਰੀ ਮੌਲੀ ਜਿਹੜੀ ਹੈ ਨਾ, ਉਹ ਵਰਿੰਦਾ ਜਿਹੜੀ ਜਲੰਧਰ ਦੈਨ ਦੀ ਪਤਨੀ ਸੀ, ਜਦੋਂ ਉਹਦਾ ਜੰਗ ਵਿਸ਼ਨੂੰ ਦੇ ਨਾਲ ਹੋਇਆ ਅਤੇ ਉਦੋਂ ਉਸਨੇ ਆਪਣੇ ਪਤੀ ਨੂੰ ਬੰਨੀ ਸੀ। ਇਸੇ ਤਰ੍ਹਾਂ ਦਾ ਇਤਿਹਾਸ ਅਸੀਂ ਰੱਖੜੀ ਵਗੈਰਾ ਦੇ ਨਾਲ ਜੋੜ ਲਿਆ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਪਿਛੋਕੜ ਹੈ ਉਹ ਕੀ ਹੈ, ਅਸੀਂ ਬਣਾ ਕੀ ਦਿੱਤਾ, ਅਸੀਂ ਕਿਉਂ ਨਹੀਂ ਇਤਿਹਾਸ ਦੀ, ਅਸੀਂ ਕਿਉਂ ਨਹੀਂ ਇਹਨਾਂ ਸਾਰੀਆਂ ਗੱਲਾਂ ਦੀ ਖੋਜ ਕਰਦੇ, ਅਸੀਂ ਖੋਜ ਨਹੀਂ ਕਰਦੇ ਉਹਦੇ ਵਿੱਚੋਂ, ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਧਰਮ, ਧਰਮ ਦੀ ਮਰਿਆਦਾ ਔਰ ਆਪਣੇ ਸੰਸਕਾਰਾਂ ਦੇ ਨਾਲ ਜੋੜਦੇ ਜਾ ਰਹੇ ਹਾਂ। ਅਤੇ ਗੁਰਦੇਵ ਪਾਤਸ਼ਾਹ ਨੇ ਹਰ ਜਗ੍ਹਾ 'ਤੇ ਜਾ ਕੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕੁਰੂਕਸ਼ੇਤਰ ਗਏ ਅਤੇ ਕੀ ਕੁਰੂਕਸ਼ੇਤਰ ਜਿਹੜੀਆਂ ਰਸਮਾਂ ਹੁੰਦੀਆਂ ਨੇ, ਜਿਹੜੀਆਂ ਰਸਮਾਂ ਹਰਿਦੁਆਰ ਹੁੰਦੀਆਂ ਨੇ, ਅੱਜ ਅਸੀਂ ਛੱਡ ਦਿੱਤੀਆਂ ਨੇ? ਨਹੀਂ ਛੱਡੀਆਂ, ਬਿਲਕੁਲ ਨਹੀਂ ਛੱਡੀਆਂ। ਉਹਨਾਂ ਰਸਮਾਂ ਤੋਂ ਗੁਰੂ ਨਾਨਕ ਸਾਹਿਬ ਨੇ ਵੀ ਜਾ ਕੇ ਸਾਨੂੰ ਵਰਜਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਾ ਕੇ ਵਰਜਿਆ। ਗੁਰੂ ਗੋਬਿੰਦ ਸਿੰਘ ਨੇ ਤਾਂ ਸਪਸ਼ਟ ਇੱਕ ਇੰਨਾ ਪਿਆਰਾ ਕੌਤਕ ਕੀਤਾ ਨਾ ਕਿ ਸਾਰੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਕਿ ਲੋਕੋ ਇਹਨਾਂ ਧਰਮ ਦੇ ਨਾਂ ਦੇ ਉੱਪਰ ਲੁੱਟਣ ਵਾਲੇ ਪਜ਼ਾਰੀਆਂ ਤੋਂ ਬਚ ਜਾਓ। ਕੀ ਕੀਤਾ ਜਾਂਦਾ ਸੀ, ਅੱਜ ਵੀ ਹੈ, ਮੇਰਾ ਇੱਕ ਦੋਸਤ ਹੈ ਹਿੰਦੂ ਪਰਿਵਾਰ ਦੇ ਵਿੱਚੋਂ, ਮੇਰੇ ਪਿੰਡ ਦਾ ਹੀ ਰਹਿਣ ਵਾਲਾ, ਉਹਨਾਂ ਦੀ ਮਾਤਾ ਦੀ ਮੌਤ ਹੋ ਗਈ। ਮੇਰੇ ਨਾਲ ਉਹ ਕਾਫੀ ਇਸ ਤਰ੍ਹਾਂ ਲੈਕਚਰਾਂ ਦੇ ਵਿੱਚ ਜਾਂਦਾ ਹੁੰਦਾ ਰਹਿੰਦਾ, ਥੋੜ੍ਹਾ ਜਾਗਰੂਕ ਹੈ। ਕਹਿੰਦਾ ਜਦੋਂ ਮੌਤ ਹੋ ਗਈ ਨਾ ਤਾਂ ਅਸੀਂ ਸੋਚਿਆ ਅਸੀਂ ਨਾ ਸ਼ਰਾਧ ਕਰਨੇ ਨਾ ਪਿੰਡ ਭਰਾਉਣੇ ਨੇ, ਸੁਖਨੀ ਸਾਹਿਬ ਦਾ ਪਾਠ ਕਰਵਾ ਦਿੱਤਾ। ਪਰ ਕਹਿੰਦਾ ਰਿਸ਼ਤੇਦਾਰ ਖੇੜਾ ਹੀ ਨਾ ਛੱਡਣ, ਵੀ ਨਹੀਂ ਜੀ ਅਸੀਂ ਤਾਂ ਜ਼ਰੂਰ ਪਿੰਡ ਭਰਾਉਣ ਜਾਣਾ। ਵਿਚਾਰੇ ਗਰੀਬ ਦੁਕਾਨਦਾਰ ਔਖੇ ਸੌਖੇ ਚਲੇ ਗਏ। ਉਹਨੇ ਮੈਨੂੰ ਆਪ ਦੱਸਿਆ, ਕਹਿੰਦਾ ਵੀਰ ਜੀ ਜਦੋਂ ਅਸੀਂ ਆਪਣੇ ਪੁਰੋਹਿਤ ਦੇ ਕੋਲ ਗਏ ਨਾ ਤਾਂ ਪਹਿਲਾਂ ਕਹਿੰਦਾ ਕਿ ਮਾਤਾ ਦੀ ਮੁਕਤੀ ਕਿਵੇਂ ਦੀ ਕਰਵਾਉਣੀ ਹੈ, 1100 ਵਾਲੀ
21 ਵਾਲੀ 31 ਵਾਲੀ ਕਹਿੰਦਾ ਕਰਦਾ ਕਰਦਾ 51,000 ਤੱਕ ਲੈ ਗਿਆ, ਮੁਕਤੀ ਕਿਵੇਂ ਦੀ ਕਰਾਉਣੀ ਹੈ? ਕਹਿੰਦਾ ਸੀ ਕਿ ਜੀ 11 ਸਵਾਲੀ ਕਰ ਦਿਓ ਗਰੀਬ ਬੰਦੇ। ਕਹਿੰਦਾ ਉਹਦਾ ਅਗਲਾ ਸਵਾਲ ਸੀ ਮਾਤਾ ਨੂੰ ਸਵਰਗਾਂ 'ਚ ਮੰਜਾ ਕਿਹੜਾ ਚਾਹੀਦਾ, 300 ਵਾਲਾ 600 ਵਾਲਾ ਕਵੀਨਸ ਬੈੱਡ ਤੱਕ ਲੈ ਗਿਆ ਕਿ 15,000 ਵਾਲਾ। ਕਹਿੰਦਾ ਮੈਂ ਕਿਹਾ ਜੀ ਤੁਸੀਂ 250 ਵਾਲਾ ਫੋਲਡਿੰਗ ਬੈੱਡ ਹੀ ਦੇ ਦਿਓ, ਗਰੀਬ ਬੰਦੇ ਆ, ਮਾਤਾ ਇੱਥੇ ਵੀ ਉੱਥੇ ਸੌਂਦੀ ਸੀ। ਫਿਰ ਕਹਿੰਦਾ ਕਿ ਹੁਣ 1100 ਰੁਪਈਆ ਹੋਰ ਰੱਖ ਦਿਓ। ਕਹਿੰਦਾ ਉਹ ਕਾਹਦਾ? ਕਹਿੰਦਾ ਛਤੜੀ ਦਾ ਅਤੇ ਡੰਡੇ ਦਾ ਅਤੇ ਟਾਰਚ ਦਾ। ਕਹਿੰਦਾ ਮੈਂ ਹੱਥ ਜੋੜ ਕੇ ਕਹਿ ਦਿੱਤਾ ਕਿ ਮਾਤਾ ਨੂੰ ਸਵਰਗਾਂ 'ਚ ਭੇਜਣ ਲੱਗੇ ਹੋ ਕਿ ਸ਼ਿਕਾਰ ਖੇਡਣ ਭੇਜਣ ਲੱਗੇ ਹੋ, ਮੈਨੂੰ ਦੱਸ ਹੀ ਦਿਓ। ਅੱਜ ਵੀ ਇਹ ਕੁਛ ਹੁੰਦਾ, ਅੱਜ ਵੀ ਜਾ ਕੇ ਵੇਖੋ, ਅੱਜ ਵੀ ਗਊਦਾਨ ਹੁੰਦੀ ਜੇ ਅਜੇ ਵੀ। ਇਹ ਵੱਖਰੀ ਗੱਲ ਹੈ ਕਿ ਲੋਕੋ ਇੱਥੋਂ ਗਊ ਨਹੀਂ ਲੈ ਕੇ ਜਾਂਦੇ, ਉੱਥੇ ਕੀ ਕਰਦੇ ਨੇ ਕਿ ਇੱਕ ਪੰਡਤਾਂ ਨੇ ਗਊ ਰੱਖੀ ਹੁੰਦੀ ਹੈ ਔਰ ਉਸ ਗਊ ਦੇ ਕੋਲ ਮੰਤਰ ਪੜ੍ਹ ਕੇ ਤੁਹਾਡੇ ਕੋਲ ਪੈਸੇ ਲੈ ਲੈਂਦੇ ਨੇ ਜੀ 11,000 ਰੁਪਈਆ। ਆਹ ਲਓ ਜੀ ਹੁਣ ਤੁਹਾਡੇ ਬਾਪੂ ਦੇ ਵਾਸਤੇ ਗਊ ਦਾਨ ਕਰ ਦਿੱਤੀ। ਫਿਰ ਅਗਲਾ ਗਾਹਕ ਆ ਜਾਂਦਾ, ਗਊ ਉਹ ਹੀ ਆ ਪਾਣੀ 'ਚ ਖੜੀ ਹੁੰਦੀ, ਆਹ ਲਓ ਜੀ ਅਸੀਂ ਤੁਹਾਡੇ ਬਾਪੂ ਵਾਸਤੇ ਗਊ ਦਾਨ ਕਰਤੀ। ਹੁਣ ਕਿਉਂ ਕੀਤੀ ਜਾਂਦੀ ਹੈ? ਇਹਦੇ ਵਾਸਤੇ ਫਿਰ ਤੁਹਾਨੂੰ ਪੁਰਾਣਾਂ ਨੂੰ ਪੜ੍ਹਨਾ ਪਵੇਗਾ। ਪੁਰਾਣਾਂ ਦੇ ਵਿੱਚ ਤੁਸੀਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਪੜ੍ਹਿਆ ਹੋਵੇਗਾ ਵੈਤਰਣੀ। ਵੈਤਰਣੀ ਇੱਕ ਸਿਰਜੀ ਹੋਈ ਨਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਪਾਰਵਤੀ ਦੀ ਮੌਤ ਹੋ ਗਈ ਸਤੀ ਦੇ ਦੌਰਾਨ ਅਤੇ ਸ਼ਿਵ ਜੀ ਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਵਗੇ ਉਹਨਾਂ ਦੇ ਵਿੱਚੋਂ ਨਦੀ ਪੈਦਾ ਹੋਈ। ਬਣਾਈਆਂ ਗੱਲਾਂ ਨੇ ਮਿਥਿਹਾਸ ਦੇ ਵਿੱਚ। ਉਹ ਨਦੀ ਜਿਹੜੀ ਹੈ ਕਹਿੰਦੇ ਸਵਰਗਾਂ ਅਤੇ ਨਰਕਾਂ ਦੇ ਵਿਚਕਾਰ ਹੈ ਅਤੇ ਜਿਹੜਾ ਬੰਦਾ ਵੀ ਮਰ ਕੇ ਜਾਂਦਾ ਉਹਨੂੰ ਉਹ ਪਾਰ ਕਰਨੀ ਪੈਂਦੀ ਹੈ। ਬੜੀ ਔਖੀ ਹੈ, ਪਰ ਪਾਰ ਉਹ ਕਰ ਸਕਦਾ ਹੈ ਨਾ। ਜੇ ਮੰਨ ਲਓ ਮੈਂ ਮਰ ਗਿਆ ਨਾ ਅਤੇ ਮੈਂ ਨਰਕ ਦੇ ਕੰਢੇ 'ਤੇ ਹਾਂ, ਅਤੇ ਮੈਂ ਪਾਰ ਤਾਂ ਕਰ ਸਕਦਾ ਜੇ ਮੇਰਾ ਮੁੰਡਾ ਬ੍ਰਾਹਮਣ ਨੂੰ ਗਊ ਦਾਨ ਕਰੇ। ਅਤੇ ਜਦੋਂ ਮੇਰਾ ਮੁੰਡਾ ਬ੍ਰਾਹਮਣ ਨੂੰ ਗਊ ਦਾਨ ਕਰੂਗਾ ਨਾ, ਗਊ ਉੱਪਰ ਚਲੀ ਜਾਊਗੀ ਅਤੇ ਉੱਤੇ ਜਾ ਕੇ ਫਿਰ ਮੈਂ ਉਹਦੀ ਪੂਛ ਫੜ ਕੇ ਨਾ ਪਾਰ ਕਰੂੰਗਾ। ਮਤਲਬ ਕਿ ਜਿਹੜੀ ਇੱਥੇ ਗਊ ਆ ਨਾ ਉਹ ਮੰਤਰ ਪੜ੍ਹਦੇ ਨਾਲ ਉੱਤੇ ਮੋਟਰ ਬੋਟ ਬਣ ਜਾਂਦੀ, ਜਾ ਕੇ ਨਦੀ ਪਾਰ ਕਰਾ ਦਿੰਦੀ। ਹੁਣ ਖਿਆਲ ਕਰਿਓ, ਉਹ ਨਦੀ ਨੂੰ ਪਾਰ ਕਰਾਉਣ ਦੇ ਵਾਸਤੇ ਗਊ ਦਾਨ ਕੀਤੀ ਜਾਂਦੀ ਹੈ ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਚਲੇ ਗਏ ਅਤੇ ਪੰਡਿਤ ਇਕੱਠੇ ਕੀਤੇ, ਕਹਿੰਦੇ ਮੈਂ ਦਾਨ ਕਰਨ ਆਇਆ। ਪੰਡਿਤ ਬੜੇ ਖੁਸ਼, ਇੰਨਾ ਸ਼ਾਹੀ ਜਾਹੋ ਜਲਾਲ, ਇੰਨੇ ਲਸ਼ਕਰ, ਬਾਬਾ ਦਾਨ ਕਰਨ ਆਇਆ, ਬਾਬਾ ਤਾਂ ਬਹੁਤ ਕੁਛ ਦੇਵੇਗਾ, ਦਾਨ ਕੀ ਕਰਨਾ। ਪਿੱਛੋਂ ਭਾਈ ਦਿਆ ਸਿੰਘ ਨੂੰ ਕਹਿੰਦੇ ਗੋਦਾ ਕੱਢ ਕੇ ਲਿਆਓ। ਦਿਆ ਸਿੰਘ ਖੋਤਾ ਲੈ ਆਇਆ, ਖੋਤਾ ਦਾਨ ਕਰਨਾ। ਪੜ੍ਹ ਕੇ ਵੇਖਿਓ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੋਤਾ ਲਿਆ ਕੇ ਖੜਾ ਕਰ ਦਿੱਤਾ, ਕਹਿੰਦੇ ਮੈਂ ਖੋਤਾ ਦਾਨ ਕਰਨਾ। ਹੁਣ ਉਹ ਕਹਿਣ ਜੀ ਖੋਤਾ ਤਾਂ ਦਾਨ ਹੋ ਹੀ ਨਹੀਂ ਸਕਦਾ, ਖੋਤਾ ਨਦੀ ਨਹੀਂ ਪਾਰ ਕਰਾ ਸਕਦਾ, ਅਸੀਂ ਖੋਤਾ ਦਾਨ ਕਿਵੇਂ ਕਰੀਏ? ਸਾਰੇ ਚੁੱਪ। ਉਸੇ ਵੇਲੇ ਕਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਹੁਣਾਂ ਵੱਲ ਇਸ਼ਾਰਾ ਕੀਤਾ ਅਤੇ ਮਨੀ ਸਿੰਘ ਨੇ ਗੱਠੜੀ 'ਚੋਂ ਕੱਢ ਕੇ ਖੋਤੇ ਦੇ ਗਲ ਦੇ ਵਿੱਚ ਸੋਨੇ ਦਾ ਹਾਰ ਪਾ ਦਿੱਤਾ ਅਤੇ ਸਾਰੇ ਬ੍ਰਾਹਮਣ ਅੱਗੇ ਪਿੱਛੇ, ਬਾਬਾ ਜੀ ਅਸੀਂ ਖੋਤਾ ਦਾਨ ਕਰਾਂਗੇ, ਅਸੀਂ ਖੋਤਾ ਦਾਨ ਕਰਾਂਗੇ। ਪਾਤਸ਼ਾਹ ਨੇ ਕਿਹਾ ਵੇਖ ਲਓ ਇਹ ਕਾਹਦੇ ਕਰਕੇ ਦਾਨ ਹੋ ਰਿਹਾ? ਇਹ ਗਲੇ ਦੇ ਹਾਰ ਦੇ ਕਰਕੇ, ਇਹ ਪੈਸੇ ਕਰਕੇ ਸਭ ਕੁਝ ਹੋ ਰਿਹਾ। ਪੰਜਾਬ ਦੀਆਂ ਲੋਕ ਧਾਰਾਂ ਕਿਤੇ ਪੜ੍ਹ ਕੇ ਵੇਖਿਓ, ਕਹਿੰਦੇ ਕਿਸੇ ਕਿਸਾਨ ਦੇ ਪਿਤਾ ਦੀ ਮੌਤ ਹੋ ਗਈ। ਬ੍ਰਾਹਮਣ ਨੂੰ ਪਤਾ ਲੱਗਾ ਪਿੰਡ ਦੇ ਪੁਰੋਹਿਤ ਨੂੰ ਕਿ ਫਲਾਣੇ ਦੇ ਬਾਪ ਦੀ ਮੌਤ ਹੋਈ ਹੈ, ਇਹਨੇ ਗਊਦਾਨ ਨਹੀਂ ਕੀਤੀ, ਅੱਜ ਇਹਨੇ ਨਹੀਂ ਕੀਤੀ, ਕੱਲ੍ਹ ਨੂੰ ਕੋਈ ਹੋਰ ਨਹੀਂ ਕਰੇਗਾ, ਪਰਸੋਂ ਨੂੰ ਕੋਈ ਹੋਰ ਨਹੀਂ ਕਰੇਗਾ, ਫਿਰ ਕੋਈ ਹੋਰ ਨਹੀਂ ਕਰੇਗਾ, ਮੇਰਾ ਤਾਂ ਧੰਦਾ ਚੌਪਟ ਹੋ ਜਾਵੇਗਾ, ਇਹਨੂੰ ਰੋਕਣਾ ਪਵੇਗਾ। ਗਿਆ ਉਸਦੇ ਘਰ, ਦਰਵਾਜ਼ਾ ਖੜਕਾਇਆ, ਕਹਿੰਦਾ ਟਹਿਲ ਸਿਆਂ ਦਰਵਾਜ਼ਾ ਖੋਲ। ਦਰਵਾਜ਼ਾ ਖੋਲਿਆ, ਕਹਿੰਦਾ ਤੇਰੇ ਪਿਤਾ ਦੀ ਮੌਤ ਹੋ ਗਈ ਹੈ? ਕਹਿੰਦਾ ਹਾਂ ਬਿਲਕੁਲ। ਕਹਿੰਦਾ ਤਾਂ ਹੀ ਤੂੰ ਗਊ ਦਾਨ ਨਹੀਂ ਕੀਤੀ? ਕਹਿੰਦਾ ਜੀ ਨਹੀਂ ਕੀਤੀ। ਕਹਿੰਦਾ ਤਾਂ ਹੀ ਤੇਰਾ ਬਾਪ ਰਾਤੀ ਸੁਪਨੇ ਦੇ ਵਿੱਚ ਆਇਆ ਸੀ?
ਅਤੇ ਮੈਨੂੰ ਸੁਪਨੇ 'ਚ ਆ ਕੇ ਕਹਿੰਦਾ ਸੀ ਕਿ ਮੈਂ ਨਰਕਾਂ ਦੇ ਵਿੱਚ ਬੜਾ ਔਖਾ ਹੈ ਅਤੇ ਬਾਕੀ ਸਾਰੇ ਲੋਕ ਸਵਰਗਾਂ 'ਚ ਜਾਈ ਜਾ ਰਹੇ ਨੇ, ਜਿਨ੍ਹਾਂ ਦੇ ਬੱਚੇ ਥੱਲੇ ਗਊਦਾਨ ਕਰੀ ਜਾ ਰਹੇ ਨੇ, ਮੇਰੇ ਮੁੰਡੇ ਨੂੰ ਜਾ ਕੇ ਕਹਿ ਗਊਦਾਨ ਕਰੇ, ਮੇਰਾ ਫਿਰ ਉੱਥੋਂ ਉੱਧਰ ਦਾ ਵੀਜ਼ਾ ਲੱਗਣਾ ਹੈ, ਨਰਕਾਂ ਤੋਂ ਸਵਰਗਾਂ ਦਾ ਮੇਰੇ ਕੋਲ ਫਿਰ ਜਾਇਆ ਜਾਣਾ ਹੈ। ਗਰੀਬ ਕਿਸਾਨ ਇੱਕੋ ਹੀ ਘਰ ਦੇ ਵਿੱਚ ਗਊ ਜਿਹਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ, ਛੋਟਾ ਜਿਹਾ ਬੱਚਾ ਪੜ੍ਹਦਾ ਸੀ, ਹੁਣ ਜੇ ਗਊਦਾਨ ਦੇ ਦੇਵੇ ਤਾਂ ਘਰ ਦੀ ਆਰਥਿਕਤਾ ਖਰਾਬ ਹੁੰਦੀ ਹੈ, ਘਰ ਵਾਲੀ ਅੜ ਗਈ ਵਿਚਾਰੀ। ਤੁਹਾਨੂੰ ਪਤਾ ਬੀਬੀਆਂ ਦੀ ਆਦਤ ਹੁੰਦੀ ਹੈ ਵੀ ਜੋ ਬਾਪੂ ਨੂੰ ਹੁੰਦਾ ਹੁੰਦਾ ਰਹਿਣ ਦੇ, ਸਹੁਰਾ ਹੀ ਹੈ ਨਾ, ਰਵੇ ਨਰਕਾਂ 'ਚ ਰਵੇ ਸਵਰਗਾਂ 'ਚ, ਅਸੀਂ ਨਹੀਂ ਗਊਦਾਨ ਕਰਨੀ। ਪਰ ਜਿਹੜਾ ਪੁੱਤ ਸੀ ਉਹਨੂੰ ਤਰਸ ਆਇਆ, ਕਹਿੰਦਾ ਭਾਗਵਾਨ ਨੇ ਬਾਪੂ ਤਾਂ ਪਾਰ ਕਰਾਉਣਾ ਹੀ ਹੈ ਨਾ, ਕੋਈ ਨਹੀਂ ਗਊ ਹੋਰ ਲੈ ਲਾਂਗੇ, ਵੇਖਾਂਗੇ ਜੋ ਬਣਦਾ। ਗਊ ਦਾ ਸੰਗਲ ਖੋੜ ਕੇ ਪੰਡਿਤ ਜੀ ਨੂੰ ਦੇ ਦਿੱਤੀ, ਪੰਡਿਤ ਜੀ ਗਊ ਲੈ ਕੇ ਬੜੇ ਪ੍ਰਸੰਨ ਵੀ ਲਓ ਜੀ ਹੁਣ ਤਾਂ ਅਸੀਂ ਗਊ ਲੈ ਆਉਂਦੀ ਹੈ। ਤਿੰਨ ਕੁ ਦਿਨ ਲੰਘੇ, ਕਿਸਾਨ ਨੇ ਜਾ ਕੇ ਆਪਣਾ ਮੁੰਡਾ ਨਾਲ ਸੀ ਦਰਵਾਜ਼ਾ ਖੜਕਾਇਆ, ਪੰਡਿਤ ਜੀ ਨੇ ਦਰਵਾਜ਼ਾ ਖੋਲ੍ਹਿਆ, ਕਹਿੰਦਾ ਪੰਡਿਤ ਜੀ ਤੁਹਾਨੂੰ ਗਊ ਦਿੱਤੀ ਸੀ? ਕਹਿੰਦਾ ਬਿਲਕੁਲ ਜੀ। ਕਹਿੰਦਾ ਤੁਸੀਂ ਮੰਤਰ ਪੜ੍ਹ ਦਿੱਤੇ? ਕਹਿੰਦਾ ਹਾਂ ਮੰਤਰ ਪੜ੍ਹ ਦਿੱਤੇ। ਕਹਿੰਦਾ ਕੀ ਹੁਣ ਮੇਰਾ ਬਾਪੂ ਨਰਕਾਂ 'ਚੋਂ ਸਵਰਗਾਂ 'ਚ ਚਲਾ ਗਿਆ ਹੋਊਗਾ? ਕਹਿੰਦੇ ਹਾਂ, ਜਦੋਂ ਮੈਂ ਮੰਤਰ ਪੜ੍ਹਿਆ ਸੀ ਨਾ ਉਸੇ ਰਾਤ ਤੇਰਾ ਬਾਪੂ ਬੜਾ ਪ੍ਰਸੰਨ ਹੋ ਕੇ ਮੈਨੂੰ ਮਿਲਿਆ ਕਿ ਤੇਰਾ ਬੜਾ ਧੰਨਵਾਦ, ਤੂੰ ਮੇਰੇ ਬੱਚੇ ਨੂੰ ਜਾ ਕੇ ਦੱਸਿਆ ਗਊਦਾਨ ਕਰ, ਹੁਣ ਮੈਂ ਵੀ ਨਰਕਾਂ 'ਚੋਂ ਸਵਰਗਾਂ 'ਚ ਚਲਾ ਗਿਆ। ਕਹਿੰਦਾ ਪੰਡਿਤ ਜੀ ਹੁਣ ਦੁਬਾਰਾ ਕਿਤੇ ਸਵਰਗਾਂ 'ਚੋਂ ਨਰਕਾਂ 'ਚ ਨਹੀਂ ਭੇਜ ਦੇਣਗੇ? ਕਹਿੰਦਾ ਨਹੀਂ, ਹੁਣ ਇਹੋ ਜਿਹੇ ਮੰਤਰ ਪੜ੍ਹ ਦਿੱਤੇ ਨੇ ਨਾ, ਹੁਣ ਤਾਂ ਸਾਰੀ ਜਿੰਨੀ ਉਹਦੀ ਹਯਾਤ ਹੈ, ਜਿੰਨਾ ਵੀ ਉਹਦਾ ਸਮਾਂ ਹੈ, ਸਵਰਗਾਂ 'ਚ ਰਹੇਗਾ, ਹੁਣ ਨਰਕਾਂ 'ਚ ਨਹੀਂ ਜਾ ਸਕਦਾ। ਆਪਣੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਜੱਗਿਆ ਖੋਲ੍ਹ, ਗਊ ਦਾ ਸੰਗਲ ਘਰ ਲੈ ਕੇ ਚੱਲੀਏ, ਆਪਾਂ ਬਾਪੂ ਹੀ ਪਾਰ ਕਰਾਉਣਾ ਸੀ, ਕਰਾ ਲਿਆ, ਬਾਪੂ ਹੀ ਪਾਰ ਲੰਘਾਉਣਾ ਸੀ, ਆਪਾਂ ਲੰਘਾ ਲਿਆ, ਚੱਲ ਗਊ ਲੈ ਕੇ ਘਰ ਚੱਲੀਏ। ਸੋ ਉਹ ਸਾਡੇ ਸਿੱਧੇ ਸਾਧੇ ਵੀਰਾਂ ਦੇ 'ਚ ਕਿੰਨੀ ਜਾਗਰੂਕਤਾ ਹੁੰਦੀ ਸੀ, ਸਾਡੇ 'ਚੋਂ ਜਾਗਰੂਕਤਾ ਜਨਮ ਨਹੀਂ ਲੈ ਰਹੀ। ਉਹਦੇ ਕੁਛ ਕਾਰਨ ਨੇ ਕਿ ਅਸੀਂ ਇਤਿਹਾਸ ਦੇ ਵਿੱਚੋਂ ਜਿਹੜੇ ਤੱਥ ਨੇ ਉਹਨਾਂ ਦੀ ਖੋਜ ਦੀ ਕੋਸ਼ਿਸ਼ ਨਹੀਂ ਕਰਦੇ, ਅਤੇ ਜਿੰਨਾ ਚਿਰ ਤੱਕ ਅਸੀਂ ਇਹਨਾਂ ਤੱਥਾਂ ਦੀ ਖੋਜ ਦੀ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਇਸ ਗਿਆਨ ਤੋਂ ਵਾਂਝੇ ਰਵਾਂਗੇ, ਅਤੇ ਜਿੰਨਾ ਚਿਰ ਗਿਆਨ ਤੋਂ ਵਾਂਝੇ ਰਵਾਂਗੇ ਉਹਨਾਂ ਚਿਰ ਤੱਕ ਸਾਨੂੰ ਇਹ ਲੋਕ ਇਸੇ ਤਰ੍ਹਾਂ ਲੁੱਟਦੇ ਰਹਿਣਗੇ, ਇਹ ਲੋਕ ਇਸੇ ਤਰ੍ਹਾਂ ਹੀ ਸਾਡਾ ਮਜ਼ਾਕ ਉਡਾਉਂਦੇ ਰਹਿਣਗੇ। ਤੁਸੀਂ ਕੀ ਸੋਚਦੇ ਹੋ ਕਿ ਜਦੋਂ ਕੋਈ ਲੁੱਟ ਕੇ ਸਾਨੂੰ ਜਾਂਦਾ ਹੈ ਤਾਂ ਉਹ ਸਾਡਾ ਮਜ਼ਾਕ ਨਹੀਂ ਉਡਾਉਂਦਾ? ਬਿਲਕੁਲ ਉਡਾਉਂਦਾ ਹੈ। ਪਰ ਕਾਰਨ ਕੀ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਥੋੜ੍ਹਾ ਥੋੜ੍ਹਾ ਗਿਆਨ ਹੁੰਦਾ ਨਾ, ਮਤ ਸਮਝੋ ਕਿ ਇਹ ਲੋਕ ਨਦਾਨ ਨੇ, ਇਹ ਬੜੇ ਚਲਾਕ ਲੋਕ ਨੇ ਜਿਹੜੇ ਧਰਮ ਦੇ ਨਾਮ ਦੇ ਉੱਪਰ ਸਾਨੂੰ ਲੁੱਟਦੇ ਨੇ। ਪਰ ਜੇਕਰ ਤੁਸੀਂ ਇਹਨਾਂ ਦੇ ਅੱਗੇ ਆਰਗੂ ਕਰਨਾ ਸ਼ੁਰੂ ਕਰ ਦਿਓ ਨਾ, ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ, ਤਾਂ ਇਹਨਾਂ ਕੋਲ ਕੁਛ ਵੀ ਨਹੀਂ ਹੈ। ਭਾਈ ਸਾਹਿਬ, ਭਾਈ ਗੁਰਦਾਸ ਨੇ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ, ਕਹਿੰਦੇ ਜੇ ਬਿੰਡਾ ਖੁੱਥੀ ਬਹੇ ਕਿਤ ਹੋਏ ਬਜਾਜ। ਬਿੰਡਾ ਰਾਤ ਨੂੰ ਅਸੀਂ ਕਈ ਵਾਰੀ ਹਨੇਰੇ 'ਚ ਨਿਕਲੀਏ, ਟੀਂ ਟੀਂ ਦੀ ਇੱਕ ਕੀੜੇ ਦੀ ਆਵਾਜ਼ ਆਉਂਦੀ ਹੈ, ਕੀੜਾ ਨਜ਼ਰ ਨਹੀਂ ਆਉਂਦਾ, ਬਿੰਡਾ ਕਿਹਾ ਜਾਂਦਾ। ਕਹਿੰਦੇ ਹੁਣ ਬਿੰਡਾ ਬੋਲਦਾ ਤਾਂ ਬਹੁਤ ਹੈ, ਪਰ ਉਹਨੂੰ ਕੱਪੜਿਆਂ ਦੇ ਢੇਰ ਦੇ ਉੱਪਰ ਬਿਠਾ ਦਿਓ ਅਤੇ ਉਹ ਬਜਾਜੀ ਥੋੜ੍ਹਾ ਕਰ ਸਕਦਾ, ਕੱਪੜੇ ਥੋੜ੍ਹਾ ਵੇਚ ਸਕਦਾ। ਰਤਨਮਣੀ ਗੱਲ ਬਾਂਦਰੇ ਜੌਹਰੀ ਨੇ ਕਾਜ, ਹੁਣ ਬਾਂਦਰ ਦੇ ਗੱਲ 'ਚ ਤੁਸੀਂ ਹੀਰਿਆਂ ਦਾ ਹਾਰ ਪਾ ਦਿਓ, ਅਤੇ ਬਾਂਦਰ ਜਿਹੜਾ ਉਹ ਵਿਚਾਰਾ ਜਾ ਕੇ ਜਿਊਲਰੀ ਦਾ ਸ਼ੋਰੂਮ ਥੋੜ੍ਹਾ ਖੋਲ ਸਕਦਾ ਹੈ। ਕੁੱਤੇ ਦੇ ਗੱਲ ਆਰਸੀ ਲੈ ਸਰਾਫੀ ਸਾਜ, ਹੁਣ ਕੁੱਤੇ ਦੇ ਗੱਲ ਦੇ 'ਚ ਪੈਸਿਆਂ ਦੀ ਪੋਟਲੀ ਪਾ ਦਿਓ ਅਤੇ ਕੁੱਤੇ ਨੇ ਪ੍ਰਾਪਰਟੀ ਡੀਲਰ ਥੋੜ੍ਹਾ ਬਣ ਜਾਣਾ। ਗਧੋ ਚੰਦਨ ਲੱਦੀ ਹੈ ਨਹਿਗਾਂਧੀ ਗਾਜ, ਅਤੇ ਹੁਣ ਤੁਸੀਂ ਗਧੇ ਦੇ ਉੱਪਰ ਰੋਜ਼ ਚੰਦਨ ਦੀਆਂ ਲੱਕੜਾਂ ਲੱਦੀ ਜਾਓ, ਰੋਜ਼ ਚੰਦਨ ਦੀਆਂ ਲੱਕੜਾਂ ਲੱਦੀ ਜਾਓ, ਮਾੜੀ ਮੋਟੀ ਉਹਦੇ ਜਿਸਮ ਤੋਂ ਸੁਗੰਧ ਤਾਂ ਆ ਸਕਦੀ ਹੈ, ਅਤੇ ਉਹਨੇ ਕਿਸੇ ਪਰਫਿਊਮ ਦੀ ਮਸ਼ਹੂਰੀ ਥੋੜ੍ਹਾ ਦੇਣ ਲੱਗ ਜਾਣਾ, ਰਹਿਣਾ ਤਾਂ ਗਧਾ ਹੀ ਹੈ ਨਾ। ਗੱਲ ਇਹ ਹੈ ਕਿ ਤੁਹਾਡੇ ਕੋਲ ਆਰਗੂ ਕਿਉਂ ਨਹੀਂ, ਤੁਹਾਡੇ ਕੋਲ ਚੇਤਨਤਾ ਕਿਉਂ ਨਹੀਂ? ਜਿੰਨਾ ਚਿਰ ਤੁਹਾਡੇ ਕੋਲ ਚੇਤਨਤਾ ਨਹੀਂ ਉਹਨਾਂ ਚਿਰ ਇਹ ਲੋਕ ਲੁੱਟਦੇ ਰਹਿਣਗੇ। ਹੁਣ ਮੈਂ ਆਖਰੀ ਗੱਲ, ਵਕਤ ਮੇਰਾ ਹੋ ਗਿਆ ਭੈਣੋ, ਮੈਂ ਤੁਹਾਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ, ਜੇਕਰ ਤੁਹਾਡੇ ਕੋਲ ਚੇਤਨਤਾ ਹੋਵੇਗੀ ਨਾ, ਤੁਹਾਡੀ ਆਉਣ ਵਾਲੀ ਔਲਾਦ ਕਦੀ ਵੀ ਇਹਨਾਂ ਪਖੰਡੀਆਂ ਦੇ ਕੋਲ ਲੁੱਟੀ ਨਹੀਂ ਜਾਵੇਗੀ।
ਪਰ ਜੇਕਰ ਤੁਸੀਂ ਕਿਸੇ ਨਾ ਕਿਸੇ ਰੂਪ ਵਿੱਚ ਚੇਤਨਤਾ ਨੂੰ, ਸ਼ਬਦ ਨੂੰ, ਸ਼ਬਦ ਦੀ ਵਿਚਾਰਧਾਰਾ ਨੂੰ ਜ਼ਰਮ ਨਾ ਦਿੱਤਾ, ਤਾਂ ਜਿਸ ਤਰ੍ਹਾਂ ਸਾਨੂੰ ਪਹਿਲਾਂ ਇਹ ਲੋਕ ਲੁੱਟਦੇ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਲੁੱਟਦੇ ਰਹਿਣਗੇ। ਮੈਂ ਇੱਕ ਡਾਕਟਰ ਹਾਂ, ਮੈਂ ਤੁਹਾਨੂੰ ਆਪਣੀ ਇੱਕ ਉਦਾਹਰਣ ਦਿੰਦਾ, ਛੋਟੀ ਜਿਹੀ ਉਦਾਹਰਣ ਦੇਣ ਤੋਂ ਪਹਿਲਾਂ। ਸਾਡੇ ਲਾਗੇ ਇੱਕ ਬਾਬਾ ਸੀ, ਬੜੀਆਂ ਪੁੱਛਾਂ ਦਾ ਕੰਮ ਕਰਦਾ। ਇੱਕ ਦਿਨ ਇੱਕ ਬੀਬੀ ਆਈ ਮੇਰੇ ਕਲੀਨਿਕ ਦੇ ਉੱਪਰ, ਕਹਿੰਦੀ ਵੀਰ ਜੀ ਤੁਹਾਨੂੰ ਦੱਸਾਂ। ਮੈਂ ਕਿਹਾ ਕਿ? ਕਹਿੰਦੀ ਅੱਜ ਮੈਂ ਬਾਬੇ ਦੀ ਚਪੇੜ ਮਾਰ ਕੇ ਆਈ ਹਾਂ। ਮੈਂ ਕਿਹਾ ਕਿਹੜੀ ਗੱਲੋਂ ਚਪੇੜ ਮਾਰ ਕੇ ਆਈ ਹਾਂ? ਕਹਿੰਦੀ ਬਾਬਾ ਕਿਹੜਾ ਮੈਨੂੰ ਜਾਣਦਾ ਸੀ, ਮੈਂ ਦੂਜੇ ਪਿੰਡ ਦੀ ਹਾਂ, ਸਾਡੇ ਲਾਗੇ ਜੇਤੋ ਸਰਜਾ ਪਿੰਡ ਹੈ, ਉੱਥੋਂ ਦੀ ਸੀ। ਕਹਿੰਦੀ ਮੈਂ ਬਾਬੇ ਦੇ ਕੋਲ ਗਈ, ਮੈਂ ਕਿਹਾ ਬਾਬਾ ਜੀ ਮੇਰੀ ਉਮਰ 33 ਸਾਲ ਹੋ ਗਈ ਹੈ, ਰਿਸ਼ਤਾ ਕੋਈ ਨਹੀਂ ਹੁੰਦਾ। ਅਤੇ ਕਹਿੰਦਾ ਬਾਬਾ ਉਸੇ ਵੇਲੇ ਕਹਿੰਦਾ ਕਿ ਬੀਬਾ 2100 ਰੁਪਈਆ ਦੇ, ਮੈਂ ਮੰਤਰ ਦੇਊਂਗਾ ਅਤੇ ਉਹ ਮੰਤਰ ਘਰ ਜਾ ਕੇ ਤੂੰ ਪਾਣੀ 'ਚ ਘੋਲ ਕੇ ਪੀਣਾ ਅਤੇ ਮਹੀਨੇ 'ਚ ਰਿਸ਼ਤਾ ਹੋ ਜਾਣਾ। ਕਹਿੰਦੀ ਮੈਂ ਠਾਹ ਕਰਦਿਆਂ ਚਪੇੜ ਮਾਰੀ। ਕਹਿੰਦੀ ਬਾਬਾ 3 ਬੱਚੇ ਮੇਰੇ 3 ਬੱਚੇ ਮੈਂ ਵਿਆਹੀ ਹੋਈ ਹੂੰ। ਹੁਣ ਉਸ ਬੀਬੀ ਦੇ ਅੰਦਰ ਚੇਤਨਤਾ ਨੇ ਜਨਮ ਲਿਆ ਨਾ, ਇਹ ਚੇਤਨਤਾ ਤੁਹਾਡੇ ਅੰਦਰ ਵੀ ਆ ਸਕਦੀ ਹੈ। ਇਹ ਲੋਕ ਪਖੰਡ ਦੇ ਨਾਂ 'ਤੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਾਡੀ ਵਿਚਾਰਧਾਰਾ ਤੋਂ ਦੂਰ ਲੈ ਕੇ ਜਾਂਦੇ ਨੇ, ਇਹਨਾਂ ਤੋਂ ਬਚੋ, ਇਹ ਸਾਨੂੰ ਲੁੱਟਦੇ ਨੇ। ਇਹ ਕੋਈ ਧਾਰਮਿਕ ਲੋਕ ਨਹੀਂ ਹੈ, ਧਰਮ ਦੇ ਵਿੱਚ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ, ਸਾਨੂੰ ਸ਼ਬਦ ਦੀ ਲੋੜ ਹੈ। ਅਤੇ ਜੋ ਸਾਨੂੰ ਸ਼ਬਦ ਨੇ ਸੋਝੀ ਦਿੱਤੀ ਹੈ, ਅਸੀਂ ਆਪਣੀ ਜ਼ਿੰਦਗੀ ਉਸ ਦੇ ਅਨੁਸਾਰ ਗੁਜ਼ਾਰਨੀ ਹੈ। ਹੁਣ ਮੈਂ ਆਖਰੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ, ਗੁਲਾਮ ਕਾਦਰ ਰਹੇਲਾ। ਇਤਿਹਾਸ ਇਹਦਾ ਬੜਾ ਪੁਰਾਣਾ, ਸਰਦਾਰ ਕਪੂਰ ਸਿੰਘ ਹੁਣਾਂ ਨੇ ਬੜਾ ਜ਼ਿਕਰ ਕੀਤਾ ਇਸ ਦਾ ਆਪਣੀਆਂ ਲਿਖਤਾਂ ਦੇ ਵਿੱਚ, ਮੈਂ ਸਿਰਫ ਉਹਦੇ ਤੋਂ ਸ਼ੁਰੂ ਕਰੂੰਗਾ। ਗੁਲਾਮ ਕਾਦਰ ਰਹੇਲਾ, ਇਸ ਨੇ ਦਿੱਲੀ ਦੇ ਬਾਦਸ਼ਾਹ ਤੈਮੂਰ ਦੇ ਖਾਨਦਾਨ ਦੇ ਵਿੱਚੋਂ ਉਹਦੇ ਬੇਟੇ ਨੂੰ ਹਰਾ ਦਿੱਤਾ, ਉਹਦੇ ਔਲਾਦ ਦੇ ਵਿੱਚੋਂ, ਉਹਦੇ ਖਾਨਦਾਨ ਦੇ ਵਿੱਚੋਂ ਜਿਹੜਾ ਰਾਜਾ ਸੀ ਉਸ ਨੂੰ ਹਰਾ ਦਿੱਤਾ। ਉਸ ਨੂੰ ਹਰਾ ਤਾਂ ਲਿਆ, ਪਰ ਮਨ ਦੇ ਵਿੱਚ ਇੱਕ ਡਰ ਸੀ ਵੀ ਮੈਂ ਦਿੱਲੀ ਦੇ ਬਾਦਸ਼ਾਹ ਨੂੰ ਹਰਾ ਕੇ ਦਿੱਲੀ ਦੇ ਤਖ਼ਤ ਦੇ ਉੱਪਰ ਤਾਂ ਆਪ ਬੈਠ ਗਿਆ। ਇਹ ਰੋਹੇਲਖੰਡ ਦੇ ਜ਼ਬੀਤਾ ਖਾਨ ਦਾ ਬੇਟਾ ਸੀ, ਜ਼ਬੀਤਾ ਖਾਨ ਕਿਸੇ ਸਮੇਂ ਅਮਰ ਸ਼ਕਿਆ ਧਰਮ ਸਿੰਘ ਬਣਿਆ ਸੀ, ਇਹ ਉਹਦਾ ਪੁੱਤਰ ਸੀ। ਇਸੇ ਕਰਕੇ ਕਿਹਾ ਜਾਂਦਾ ਐਸਾ ਏਕ ਗੁਰੂ ਕਾ ਚੇਲਾ ਆਧਾ ਸਿੱਖ ਆਧਾ ਰੋਹੇਲਾ, ਕਿਉਂਕਿ ਇਹਦਾ ਬਾਪ ਸਿੱਖ ਬਣਿਆ ਸੀ। ਇਹਦੇ ਮੁੰਡੇ ਨੇ ਅੱਗੋਂ ਧਰਮ ਸਿੰਘ ਜਿਹੜਾ ਸੀ ਜ਼ਬੀਤਾ ਖਾਨ, ਇਹਦੇ ਮੁੰਡੇ ਗੁਲਾਮ ਕਾਦਰ ਰਹੇਲੇ ਨੇ ਦਿੱਲੀ 'ਤੇ ਕਬਜ਼ਾ ਕੀਤਾ। ਮਨ ਦੇ ਵਿੱਚ ਡਰ ਕਿ ਦਿੱਲੀ 'ਤੇ ਕਬਜ਼ਾ ਤਾਂ ਕਰ ਲਿਆ, ਕਿਤੇ ਇਹ ਨਾ ਹੋਵੇ ਤੈਮੂਰ ਖਾਨਦਾਨ ਦੇ ਵਿੱਚੋਂ ਜਿਸ ਸ਼ਾਹ ਆਲਮ ਦੀਆਂ ਮੈਂ ਅੱਖਾਂ ਕੱਢ ਕੇ ਜਿਸ ਨੂੰ ਮੈਂ ਬੰਦੀ ਦੇ ਵਿੱਚ ਪਾ ਲਿਆ, ਕਿਤੇ ਇਹਦੀ ਔਲਾਦ ਦੁਬਾਰਾ ਮੇਰੇ ਕੋਲੋਂ ਰਾਜ ਨਾ ਲੈ ਲਵੇ। ਆਪਣੇ ਵਜ਼ੀਰ ਨੂੰ ਪੁੱਛਦਾ, ਕਹਿੰਦਾ ਕੀ ਕਰਾਂ ਕਿ ਮੇਰੇ ਕੋਲੋਂ ਇਹ ਰਾਜ ਦੁਬਾਰਾ ਨਾ ਜਾਵੇ। ਵਜ਼ੀਰ ਬੜਾ ਸਿਆਣਾ ਸੀ, ਉਹਨੇ ਇੱਕ ਸਲਾਹ ਦਿੱਤੀ, ਕਹਿੰਦਾ ਬਾਦਸ਼ਾਹ ਜੇ ਤੈਮੂਰ ਖਾਨਦਾਨ ਦੀਆਂ ਔਰਤਾਂ ਦੇ ਵਿੱਚੋਂ ਅਣਖ ਖਤਮ ਹੋ ਜਾਵੇ ਨਾ, ਧਰਮ ਦੀ ਵਿਚਾਰਧਾਰਾ ਖਤਮ ਹੋ ਜਾਵੇ, ਹਮੀਅਤ ਸ਼ਬਦ ਉਹਨੇ ਵਰਤਿਆ, ਹਮੀਅਤ ਗੈਰਤ ਖਤਮ ਹੋ ਜਾਵੇ ਨਾ, ਅਤੇ ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗੀ, ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਨੈਤਿਕ ਗੁਣਾਂ ਦੀ ਗੱਲ ਨਹੀਂ ਕਰ ਸਕੇਗੀ, ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਸਿੰਘਾਸਨ 'ਤੇ ਨਹੀਂ ਬੈਠ ਸਕੇਗੀ ਜੇ ਔਰਤ ਦੀ ਕੁੱਖ ਦੇ ਵਿੱਚੋਂ ਦ੍ਰਿੜਤਾ, ਬਹਾਦਰੀ ਅਤੇ ਗੈਰਤ ਮੁੱਕ ਜਾਵੇ। ਕਹਿੰਦਾ ਫਿਰ ਕਿਵੇਂ ਪਤਾ ਲੱਗੇ ਗੈਰਤ ਖਤਮ ਹੋ ਗਈ? ਕੋਈ ਤਰੀਕਾ ਤਾਂ ਹੋਵੇ ਨਾ, ਕੋਈ ਇਹੋ ਜਿਹਾ ਥਰਮਾਮੀਟਰ ਨਹੀਂ ਕਿ ਲਾ ਕੇ ਚੈੱਕ ਕਰ ਲਈਏ ਕਿ ਗੈਰਤ ਹੈ ਜਾਂ ਨਹੀਂ, ਅਣਖ ਹੈ ਜਾਂ ਨਹੀਂ, ਬਹਾਦਰੀ ਹੈ ਜਾਂ ਨਹੀਂ, ਕਿਤਨਾ ਪਤਾ ਲੱਗੇ? ਉਹਨੇ ਇੱਕ ਤਰੀਕਾ ਦੱਸਿਆ, ਅਤੇ ਉਸ ਤਰੀਕੇ ਦਾ ਜ਼ਿਕਰ ਡਾਕਟਰ ਮੁਹੰਮਦ ਇਕਬਾਲ ਨੇ ਆਪਣੀ ਉਰਦੂ ਦੀ ਕਿਤਾਬ ਬਾਂਗੇ ਤਰ੍ਹਾਂ ਦੇ ਵਿੱਚ ਕੀਤਾ, ਬੜਾ ਪਿਆਰਾ ਤਰੀਕਾ। ਕਹਿੰਦਾ ਗੁਲਾਮ ਕਾਦਰ ਰਹੇਲਾ ਇੱਕ ਤਖ਼ਤ ਦੇ ਉੱਪਰ ਨਿਰਵਸਤਰ ਹੋ ਕੇ ਲੇਟ ਗਿਆ ਅਤੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ, ਮਿਆਨ 'ਚੋਂ ਕੱਢ ਕੇ ਛਾਤੀ ਦੇ ਉੱਪਰ ਰੱਖ ਲਿਆ ਅਤੇ ਤੈਮੂਰ ਦੇ ਹਰਮ ਦੀਆਂ ਸਾਰੀਆਂ ਔਰਤਾਂ ਨੂੰ ਬੁਲਾ ਕੇ ਕਹਿੰਦਾ ਕਿ ਮੇਰੇ ਇਸ ਦਰਬਾਰ ਵਿੱਚ ਨਿਰਵਸਤਰ ਹੋ ਕੇ ਨੱਚੋ। ਕਿਸੇ ਨੇ ਨੱਚਣਾ ਸ਼ੁਰੂ ਕਰ ਦਿੱਤਾ,
ਕਿਸੇ ਨੇ ਗਾਉਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਰੋਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਖੁਦਾ ਦੇ ਅੱਗੇ ਨਮਾਜ਼ ਪੜ੍ਹਨੀ ਸ਼ੁਰੂ ਕਰਤੀ ਹੈ, ਖੁਦਾਵੰਦ ਬਖਸ਼ਿੰਦ ਸਾਡੀ ਇੱਜ਼ਤ ਬਚਾ ਲਾ, ਨਗਨ ਹੋ ਕੇ ਨੱਚਣਾ ਪੈ ਰਿਹਾ। ਬੜਾ ਸਮਾਂ ਇਹ ਨਾਟਕ ਚੱਲਦਾ ਰਿਹਾ। ਜਦੋਂ ਕਾਫ਼ੀ ਚਿਰ ਇਹ ਨਾਟਕ ਚੱਲਦਾ ਰਿਹਾ ਨਾ, ਫਿਰ ਗੁਲਾਮ ਕਾਦਰ ਰਹੇਲਾ, ਜਿਹੜਾ ਅੱਖਾਂ ਬੰਦ ਕਰਕੇ ਤਖ਼ਤ 'ਤੇ ਬੈਠਾ ਸੀ, ਉੱਠਿਆ, ਕਹਿੰਦਾ ਤੈਮੂਰ ਦੇ ਖਾਨਦਾਨ ਦੀ ਉਹ ਬੇਟੀ, ਉਹ ਰੁਕ ਜਾਓ, ਸਾਰੀਆਂ ਰੁਕ ਜਾਏਗੀਆਂ। ਇੱਥੇ ਫਿਰ ਆ ਕੇ ਡਾਕਟਰ ਮੁਹੰਮਦ ਇਕਬਾਲ ਕਹਿੰਦਾ, ਕਹਿੰਦਾ ਰਹੇਲਾ ਇਸ ਕਦਰ ਜ਼ਾਲਿਮ ਅਦੂ ਵਾ ਕੀਨਾ ਪਰਵਰ ਥਾ, ਨਿਕਾਲੀ ਸ਼ਾਹੇ ਤੈਮੂਰੀ ਕੀ ਆਂਖੇ ਉਸਨੇ ਖੰਜਰ ਸੇ। ਕਹਿੰਦਾ ਤੈਮੂਰ ਖਾਨਦਾਨ ਦੇ ਰਾਜੇ ਦੀਆਂ ਅੱਖਾਂ ਕੱਢ ਦਿੱਤੀਆਂ। ਫਿਰ ਉਠਾ ਫਿਰ ਆਪਣੇ ਮਸਜਿਦ ਸੇ ਔਰ ਬੋਲਾ, ਸ਼ਿਕਾਇਤ ਚਾਹੀਏ ਨਹੀਂ ਤੁਮਕੋ ਆਪਣੇ ਮੁਕੱਦਰ ਸੇ। ਕਹਿੰਦਾ ਮੈਂ ਹੁਣ ਤੁਹਾਨੂੰ ਜਿਹੜੀ ਗੱਲ ਕਹਿਣ ਲੱਗਿਆ ਨਾ, ਚੁੱਪ ਕਰਕੇ ਗੁਲਾਮੀ ਸਵੀਕਾਰ ਕਰ ਲਿਓ, ਹੁਣ ਆਪਣੀ ਕਿਸਮਤ ਨਾਲ ਦੋਸ਼ ਨਾ ਦਿਓ। ਕਹਿੰਦਾ ਜੇ ਮਕਸਦ ਥਾ ਮੇਰਾ, ਕਹਿੰਦਾ ਮੇਰਾ ਇੱਥੇ ਸੌਣ ਦਾ ਤਰੀਕਾ ਮਕਸਦ ਪਤਾ ਕੀ ਸੀ? ਕਹਿੰਦਾ ਮੇਰਾ ਮਸਨਦ, ਮਸਨਦ ਤਖ਼ਤ ਨੂੰ ਕਿਹਾ ਜਾਂਦਾ, ਜਿਹਨੂੰ ਪੰਜਾਬੀ 'ਚ ਅਸੀਂ ਮਸੰਦ ਕਹਿ ਦਿੰਦੇ ਹਾਂ, ਮੇਰਾ ਮਸਨਦ ਪੇ ਸੋ ਜਾਣਾ ਬਨਾਵਟ ਥੀ ਤਕੱਲਫ ਥਾ। ਮੈਂ ਸੁੱਤਾ ਹੋਇਆ ਨਹੀਂ ਸੀ, ਮੈਂ ਤਾਂ ਬਨਾਵਟ ਡਰਾਮਾ ਕਰ ਰਿਹਾ ਸੀ, ਨਾਟਕ ਕਰ ਰਿਹਾ ਸੀ ਕਿ ਗਫਲਤ ਦੂਰ ਹੈ ਸ਼ਾਹੇ ਸਫ਼ਰ ਅਰਾਨੇ ਲਸ਼ਕਰ ਸੇ, ਮੈਦਾਨੇ ਜੰਗ 'ਚ ਜੂਝਣ ਵਾਲੀਆਂ ਕੌਮਾਂ ਦੇ ਜਰਨੈਲ ਕਦੀ ਬੇਹੋਸ਼ੀ ਦੀ ਨੀਂਦ ਨਹੀਂ ਸੌਂਦੇ। ਜੇ ਮਕਸਦ ਥਾ ਮੇਰਾ ਇਨਮੇ ਕੋਈ ਤੈਮੂਰ ਕੀ ਬੇਟੇ, ਮੇਰਾ ਤਾਂ ਮਕਸਦ ਇਹ ਸੀ ਕਿ ਤੈਮੂਰ ਖਾਨਦਾਨ ਦੀ ਕਿਸੇ ਵੀ ਔਰਤ ਦੇ ਵਿੱਚ ਜੇ ਕਿਤੇ ਅਣਖ ਬਚੀ ਹੋਈ ਨਾ, ਜੇ ਮਕਸਦ ਥਾ ਮੇਰਾ ਇਨਮੇ ਕੋਈ ਤੈਮੂਰ ਕੀ ਬੇਟੀ, ਮੁਝੇ ਗਾਫਲ ਸਮਝ ਕਰ ਮਾਰ ਡਾਲੇ ਮੇਰੇ ਖੰਜਰ ਸੇ, ਵੀ ਜੇ ਕਿਸੇ ਇੱਕ ਦੇ ਵਿੱਚ ਵੀ ਅਣਖ ਬਚੀ ਹੋਈ ਨਾ, ਤਾਂ ਮੇਰੀ ਛਾਤੀ ਦੇ ਉੱਪਰ ਪਈ ਬੇਮਿਆਨ ਤਲਵਾਰ ਨੂੰ ਚੁੱਕ ਕੇ ਮੇਰਾ ਸਿਰ ਧੜ ਤੋਂ ਜੁਦਾ ਕਰ ਦੇਵੇਗੀ। ਮਗਰ ਜੇ ਰਾਜ ਖੁੱਲ੍ਹ ਗਿਆ ਜ਼ਮਾਨੇ ਭਰ ਸੇ, ਹਮੀਅਤ ਨਾਮ ਹੈ ਜਿਸਕਾ ਗਈ ਤੈਮੂਰ ਕੇ ਘਰ ਸੇ। ਪਰ ਕਹਿੰਦਾ ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗੀ। ਉਹੀ ਗੱਲ ਇਤਿਹਾਸ ਦੇ ਵਿੱਚ ਹੋਈ, ਉਸ ਤੋਂ ਬਾਅਦ ਉਸ ਕੌਮ ਨੂੰ ਤਖ਼ਤ ਨਸੀਬ ਨਹੀਂ ਹੋਇਆ। ਸੋ ਮੇਰੀਓ ਭੈਣੋ, ਇਹ ਸਭ ਕੁਛ ਤੁਹਾਡੇ 'ਤੇ ਮੁਨਸਰ ਕਰਦਾ ਕਿ ਤੁਸੀਂ ਸਾਰਾ ਦਿਨ ਟੈਲੀਵਿਜ਼ਨ ਦੇ ਉੱਪਰ ਬੈਠ ਕੇ ਨਾਟਕ ਵੇਖ ਕੇ ਬੱਚਿਆਂ ਨੂੰ ਨੈਤਿਕ ਤੋਂ ਹੀਣੇ ਕਰਮਾਂ ਵਾਲੇ ਪਾਸੇ ਲੈ ਕੇ ਆਉਣਾ, ਜਾਂ ਗੁਰੂ ਦੇ ਨਾਲ ਜੋੜ ਕੇ ਉਹਨਾਂ ਨੂੰ ਅਜੀਤ ਅਤੇ ਜੁਝਾਰ ਸਿੰਘ ਦਾ ਵਿਰਸਾ ਦਰ ਕਰਾਉਣਾ। ਵਕਤ ਜ਼ਿਆਦਾ ਲੈ ਗਿਆ, ਖਿਮਾ ਦਾ ਜਾ ਚੱਕਾ, ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ।